ਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹੀਂ ਨਾ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮਾ ਨਦੀ ਜਾਈ ਤਰਨੀ ਤੇਰੇ ਕਵਣਾ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕਾਂ ਤੂੰ ਠਾਕੁਰ ਊਚ ਭਗਵਾਨਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਸੁਹੀ ਮਹਲਾ ਚੌਥਾ ਹਰ ਹਰ ਕਰੈ ਨਿਤ ਕਪਟ ਕੁਮਾਵੈ ਹਿਰਦਾ ਸ਼ੁੱਧ ਨਾ ਹੋਈ ਅੰਨ ਦਿਨ ਕਰਮ ਕਰੈ ਬਹੁ ਤੇਰੈ ਸੁਪਨੇ ਸੁਖ ਨ ਹੋਈ ਗਿਆਨੀ ਗੁਰ ਬਿਨਾ ਭਗਤ ਨ ਹੋਈ ਕੋਰੇ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨ ਜਾਈ ਅੰਤਰ ਰੋਗ ਮਹਾ ਅਭਿਮਾਨਾ ਦੂਜੈ ਪਾਏ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨਵਾ ਦੇ ਦਿਸਤਾਵੈ ਹਉ ਮੈਂ ਵਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੁਝੈ ਸੋ ਜਾਨਾ ਨਾਮ ਧਿਆਏ ਗੁਰ ਪ੍ਰਸਾਦੀ ਏਕੋ ਬੁਝੈ ਇਕਸ ਮਾਹੇ ਸਮਾਏ ਨਾਨਕ ਨਦਰ ਕਰੇ ਸੋ ਬੁਝੈ ਸੋ ਜਨ ਨਾਮ ਧਿਆਏ ਗੁਰ ਪ੍ਰਸਾਦੀ ਏਕੋ ਬੁਝੈ
ਇਕਸ ਮਾਹੇ ਸਮਾਈ ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸੁਭਾਏ ਮਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਅੱਜ ਦੇ ਇਸ ਗੁਰਮਤਿ ਸਮਾਗਮ ਦੇ ਵਿੱਚ ਲੰਬਾ ਟਾਈਮ ਤੋਂ ਬੈਠ ਕੇ ਹਾਜ਼ਰੀ ਭਰ ਰਹੇ ਹੋ। ਗੁਰਬਾਣੀ ਦਾ ਕੀਰਤਨ ਮੇਰੇ ਤੋਂ ਪਹਿਲਾਂ ਆਪ ਜੀ ਨੇ ਭਾਈ ਸਾਹਿਬ ਹੁਣਾਂ ਦੇ ਜੱਥੇ ਪਾਸੋਂ ਬਹੁਤ ਪਿਆਰ ਨਾਲ ਸਰਵਣ ਕੀਤਾ। ਆਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਪਾਠ ਆਪਾਂ ਸਾਰਿਆਂ ਨੇ ਹੀ ਬੜੇ ਪਿਆਰ ਨਾਲ ਟਿਕਾ ਵਿੱਚ ਬੈਠ ਕੇ ਸਰਵਣ ਕੀਤਾ ਹੈ। ਰਾਗ ਸੂਹੀ ਅੰਦਰ 732 ਅੰਕ 'ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਹੈ। ਪਾਵਨ ਸ਼ਬਦ ਦੀਆਂ ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਅੱਗੇ ਨਿਮਰਤਾ ਸਹਿਤ ਬੇਨਤੀ ਹੈ। ਜਿਨ੍ਹਾਂ ਭੈਣਾਂ ਨਾਲ ਛੋਟੇ ਛੋਟੇ ਬੱਚੇ ਆਏ ਨੇ, ਬੜੇ ਪਿਆਰ ਨਾਲ ਆਪਣੀ ਗੋਦ ਵਿੱਚ ਬਿਠਾਓ। ਇਹ ਅਕਸਰ ਸਾਧ ਸੰਗਤ ਮੈਂ ਬੇਨਤੀ ਕਰਦਾ ਹੁੰਦਾ, ਜਿਨ੍ਹਾਂ ਪਰਿਵਾਰਾਂ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਜਾਂ ਜਿਨ੍ਹਾਂ ਪਰਿਵਾਰਾਂ ਵਿੱਚ ਕੁਝ ਮਾਹੌਲ ਸਿੱਖਿਆਦਾਇਕ ਹੈ, ਉਹ ਬੱਚੇ ਭਾਵੇਂ ਛੋਟੀ ਉਮਰ ਦੇ ਹੋਣ, ਬੜੇ ਪਿਆਰ ਨਾਲ ਆਣ ਕੇ ਗੁਰਦੁਆਰੇ ਟਿਕਾ ਨਾਲ ਬੈਠ ਜਾਂਦੇ ਨੇ। ਗੁੱਸਾ ਨਾ ਮਨਾਇਓ। ਜਿਨ੍ਹਾਂ ਘਰਾਂ ਵਿੱਚ ਕਦੀ ਗੁਰਬਾਣੀ ਨਹੀਂ ਪੜ੍ਹੀ ਗਈ, ਜਿਸ ਮਾਂ ਨੇ ਕਦੀ ਬੱਚੇ ਲਾਗੇ ਬੈਠ ਕੇ ਬਾਣੀ ਦਾ ਪਾਠ ਨਹੀਂ ਕੀਤਾ, ਜਾਂ ਜਿਸ ਪਿਤਾ ਨੂੰ ਕਦੀ ਘਰ ਵਿੱਚ ਬੱਚਿਆਂ ਨੇ ਗੁਰਬਾਣੀ ਪੜ੍ਹਦਿਆਂ ਨਹੀਂ ਵੇਖਿਆ, ਉਹਨਾਂ ਨੂੰ ਤੁਸੀਂ ਧੱਕੇ ਨਾਲ ਕਹੋ ਵੀ ਗੁਰਦੁਆਰੇ ਆਣ ਕੇ ਬਹਿ ਜਾਣ, ਇੱਦਾਂ ਕਦੀ ਨਹੀਂ ਹੋਏਗਾ। ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਕੁਝ ਸੁਧਾਰ ਕਰਨਾ ਹੋਵੇ ਨਾ, ਅਸੀਂ ਬੱਚਿਆਂ ਤੋਂ ਕਈ ਵਾਰੀ ਆਸ ਲਾਉਂਦੇ ਹਾਂ, ਪਰ ਉਹਨਾਂ ਦੇ ਸਾਹਮਣੇ ਆਪ ਆਪਣੀਆਂ ਆਦਤਾਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ। ਵਾਰੇ ਸ਼ਾਹ ਨੂੰ ਬਾਣੀ ਨੇ ਝੂਠਿਆਂ ਕੀਤਾ। ਵਾਰੇ ਸ਼ਾਹ ਨੇ ਆਖਿਆ ਸੀ ਆਦਤਾਂ ਨਹੀਂ ਬਦਲਦੀਆਂ ਮਨੁੱਖ ਦੀਆਂ, ਭਾਵੇਂ ਨਿੱਕਾ ਨਿੱਕਾ ਕਰ ਦਿਓ ਮਨੁੱਖ ਨੂੰ। ਵਾਰੇ ਸ਼ਾਹ ਨੇ ਲਿਖਿਆ ਸੀ ਵਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ ਜੀ, ਭਾਵੇਂ ਕੱਟੀਏ ਪੂਰੀਆ ਪੂਰੀਆ ਜੀ। ਪਰ ਬਾਣੀ ਨੇ ਵਾਰੇ ਸ਼ਾਹ ਨੂੰ ਝੂਠਿਆਂ ਕੀਤਾ ਵੀ ਵਾਰੇ ਸ਼ਾਹ ਜੇ ਬੰਦੇ ਦੀ ਆਦਤ ਹੀ ਨਹੀਂ ਬਦਲਣੀ, ਫਿਰ ਗੁਰਬਾਣੀ ਕੀ ਹੋਈ, ਫਿਰ ਗੁਰੂ ਦਾ ਪ੍ਰਤਾਪ ਕੀ ਹੋਇਆ। ਭਗਤਾਂ ਦੀ ਬਾਣੀ ਦਾ ਬਚਨ ਹੈ ਤਵ ਗੁਣ ਕਹਾ, ਧਿਆਨ ਨਾਲ ਸੁਣਿਓ ਜੀ। ਤਵ ਗੁਣ ਕਹਾ ਜਗਤ ਗੁਰਾ, ਤੁਹਾਡੇ ਕੀ ਗੁਣ ਹੋਏ ਹੇ ਜਗਤ ਦੇ ਗੁਰੂ ਪਰਮਾਤਮਾ ਜੀ, ਜੋ ਕਰਮ ਨਾ ਨਾਸੈ। ਕਰਮ ਕਹਿੰਦੇ ਨੇ ਆਦਤ ਨੂੰ, ਕਰਮ ਕਹਿੰਦੇ ਨੇ ਸਾਡੇ ਸੁਭਾਅ ਨੂੰ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ। ਕਹਿੰਦੇ ਸਿੰਘ ਸ਼ਰਨ ਕਤ ਜਾਈਏ ਜੋ ਜੰਬੂ ਗ੍ਰਸੈ। ਸ਼ੇਰ ਦੀ ਸ਼ਰਨ ਲੈਣ ਦਾ ਕੀ ਫਾਇਦਾ ਜੇ ਫਿਰ ਵੀ ਗਿੱਦੜਾਂ ਦਾ ਡਰ ਰਹੇ। ਵਿਗੜੇ ਤੋਂ ਵਿਗੜਿਆ ਮਨੁੱਖ ਵੀ ਸੁਧਰ ਸਕਦਾ ਹੈ ਜੇ ਉਹ ਆਪ ਪ੍ਰਣ ਕਰ ਲਵੇ। ਕਿਸੇ ਨੂੰ ਕੋਈ ਨਹੀਂ ਬਦਲ ਸਕਦਾ ਜੀ, ਘਰ ਵਾਲੇ ਨੂੰ, ਪਤੀ ਨੂੰ ਪਤਨੀ ਨਹੀਂ ਬਦਲ ਸਕਦੀ, ਪਤਨੀ ਦੀਆਂ ਆਦਤਾਂ ਪਤੀ ਨਹੀਂ ਬਦਲ ਸਕਦਾ, ਬੱਚਿਆਂ ਦੀਆਂ ਆਦਤਾਂ ਮਾਂ ਬਾਪ ਨਹੀਂ ਬਦਲ ਸਕਦਾ, ਮਾਂ ਬਾਪ ਦੀਆਂ ਆਦਤਾਂ ਬੱਚੇ ਨਹੀਂ ਬਦਲ ਸਕਦੇ। ਹਰ ਇਨਸਾਨ ਆਪਣੇ ਆਪ ਨੂੰ ਆਪ ਬਦਲ ਸਕਦਾ, ਇਹ ਬਾਣੀ ਕਹਿੰਦੀ ਹੈ। ਹਰ ਬੰਦਾ, ਬੋਲੋ, ਹਰ ਬੰਦਾ ਆਪਣੇ ਆਪ ਨੂੰ ਖੁਦ ਬਦਲ ਸਕਦਾ, ਕੋਈ ਨਹੀਂ ਬਦਲ ਸਕਦਾ ਕਿਸੇ ਨੂੰ। ਅਤੇ ਜੇ ਬੰਦਾ ਆਪ ਨਹੀਂ ਨਾ ਸੁਧਰਨਾ ਚਾਹੁੰਦਾ, ਉਹਨੂੰ ਦੁਨੀਆ ਦੀ ਕੋਈ ਤਾਕਤ ਸੁਧਾਰ ਨਹੀਂ ਸਕਦੀ, ਜੇ ਸੁਧਰਨਾ ਨਹੀਂ ਚਾਹੁੰਦਾ। ਜੇ ਬੰਦਾ ਖੁਦ ਠੀਕ ਨਹੀਂ ਨਾ ਹੋਣਾ ਚਾਹੁੰਦਾ, ਉਹਨੂੰ ਦੁਨੀਆ ਦਾ ਕੋਈ ਡਾਕਟਰ ਨਹੀਂ ਜਿਹੜਾ ਠੀਕ ਕਰ ਸਕੇ। ਕਿਉਂ ਭਲਾ? ਕਿਉਂਕਿ ਜਿਹੜੀ ਜਿਹੜੀ ਚੀਜ਼ ਤੋਂ ਡਾਕਟਰ ਨੇ ਪਰਹੇਜ਼ ਆਖਣਾ, ਉਹਨੇ ਉਹ ਚੀਜ਼ਾਂ ਖਾਈ ਜਾਣੀਆਂ, ਉਹ ਠੀਕ ਕਿੱਦਾਂ ਹੋਏਗਾ ਜੀ?
ਬੰਦਾ ਠੀਕ ਆਪਣੇ ਆਪ ਹੁੰਦਾ ਹੈ, ਡਾਕਟਰ ਤਾਂ ਜ਼ਰੀਆ ਹੈ, ਮੈਡੀਸਨ ਤਾਂ ਜ਼ਰੀਆ ਹੈ, ਕੋਈ ਟੀਚਰ ਕਿਸੇ ਵਿਦਿਆਰਥੀ ਨੂੰ ਨਹੀਂ ਪੜ੍ਹਾ ਸਕਦਾ। ਜੇ ਵਿਦਿਆਰਥੀ ਆਪ ਪੜ੍ਹਨਾ ਬੋਲੋ ਜੀ ਨਹੀਂ ਚਾਹੁੰਦਾ, ਜਿੰਨਾ ਪੜ੍ਹਨਾ ਉਹ ਆਪਣੇ ਟੀਚਰ ਦਾ ਬੁੱਤ ਬਣਾ ਕੇ ਵੀ ਪੜ੍ਹ ਲੈਂਦੇ, ਜਿੰਨਾ ਨਹੀਂ ਪੜ੍ਹਨਾ ਸਾਹਮਣੇ ਮਾਸ ਚੰਮਦਾ ਤੁਰਿਆ ਫਿਰਦਾ ਟੀਚਰ ਉਹਦੇ ਕੋਲੋਂ ਵੀ ਨਹੀਂ ਪੜ੍ਹਦੇ ਜਿੰਨਾ ਕੁਝ ਸਿੱਖਣਾ ਹੈ। ਤੋ ਬੇਨਤੀ ਹੈ, ਜਿਹੜਾ ਖਜ਼ਾਨਾ ਹੈ ਗੁਰਬਾਣੀ ਦਾ ਬੰਦਿਆ ਤੇਰੇ ਲਈ ਹੈ, ਜਿਵੇਂ ਟੀ ਵੀ ਵੇਖਣਾ ਤੇਰੇ ਲਈ, ਮੋਬਾਈਲ ਤੇਰੇ ਲਈ, ਇੱਦਾਂ ਗੁਰਬਾਣੀ ਤੇਰੇ ਲਈ ਹੈ, ਤੈਨੂੰ ਸਮਝਾਉਣ ਵਾਸਤੇ ਹੈ ਵੀ ਤੂੰ ਆਪਣੀ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ। ਇਹ ਪ੍ਰੈਕਟੀਕਲ ਜੀਵਨ ਹੈ, ਇਹ ਕੋਈ ਮੰਤਰ ਨਹੀਂ ਹੈ। ਇੱਦਾਂ ਸਮਝ ਲਈਏ ਵੀ ਜਿਵੇਂ ਤੁਸੀਂ LCD ਲੈਣ ਜਾਂਦੇ ਹੋ, LED ਲੈਣ ਜਾਂਦੇ ਹੋ, ਮੋਬਾਈਲ ਨਵਾਂ ਲੈਣ ਜਾਂਦੇ ਹੋ, ਨਵੀਂ ਗੱਡੀ ਲੈਣ ਜਾਂਦੇ ਹੋ, ਉਹਦੇ ਵਿੱਚ ਇੱਕ ਬੁੱਕ ਦਿੰਦੇ ਨੇ ਨਾਲ, ਇੱਕ ਕਿਤਾਬ ਹੁੰਦੀ ਹੈ ਨਿੱਕੀ ਜੀ, ਉਹ ਕਾਹਦੇ ਲਈ ਹੁੰਦੀ ਹੈ ਜੀ? ਪੜ੍ਹੇ ਲਿਖੇ ਵੀਰ ਬੈਠੇ, ਮੇਰੀਆਂ ਭੈਣਾਂ ਬੇਟੀਆਂ ਨੇ, ਉਹ ਕਾਹਦੇ ਲਈ ਹੁੰਦੀ ਹੈ ਜੀ? ਭਲਾ ਬੋਲੋ ਜੀ, ਜਾਣਕਾਰੀ ਵਾਸਤੇ। ਗੱਡੀ ਦੇ ਨਾਲ ਇੱਕ ਬੁੱਕ ਦਿੰਦੇ ਨੇ ਵੀ ਜੇ ਨਹੀਂ ਤੈਨੂੰ ਪਤਾ ਵੀ ਪਤਾ ਲੱਗ ਜਾਏ ਇਹਦੇ, ਇਹਨੂੰ ਪੜ੍ਹ ਕੇ। ਮੋਬਾਈਲ ਦੇ ਨਾਲ ਇੱਕ ਬੁੱਕ ਦਿੰਦੇ ਵੀ ਬੈਟਰੀ ਕਿੱਦਾਂ ਪਾਉਣੀ ਹੈ, ਕਿੱਦਾਂ ਕੱਢਣੀ ਹੈ, ਕੈਮਰੇ ਦੇ ਨਾਲ, ਯਾਨੀ ਕਿ ਓਵਰਆਲ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ। ਸਤਿਗੁਰ ਨੇ ਉਹ ਖਜ਼ਾਨਾ ਗੁਰਬਾਣੀ ਵਿੱਚ ਲਿਖ ਦਿੱਤਾ ਹੈ ਵੀ ਵਾਰ ਵਾਰ ਪੁੱਛੀ ਨਾ, ਗੁਰਬਾਣੀ ਪੜ੍ਹਦਾ ਜਾ ਅਤੇ ਜ਼ਿੰਦਗੀ ਨੂੰ ਆਪਣੇ ਸਵਾਰਦਾ ਜਾ। ਇਹ ਗੁਰਬਾਣੀ ਖਜ਼ਾਨਾ ਹੈ। ਅੱਖਾਂ ਨੇ ਕਿੱਦਾਂ ਵੇਖਣਾ ਹੈ, ਕੰਨਾਂ ਨੇ ਕਿੱਦਾਂ ਸੁਣਨਾ ਹੈ, ਪੈਰਾਂ ਨੇ ਕਿੱਦਾਂ ਚੱਲਣਾ ਹੈ, ਬ੍ਰੇਨ ਨੇ ਕਿੱਦਾਂ ਕੰਮ ਕਰਨਾ ਹੈ, ਤੂੰ ਕਿਵੇਂ ਜ਼ਿੰਦਗੀ ਨੂੰ ਜਿਉਣਾ ਹੈ, ਸਤਿਗੁਰ ਨੇ ਗੁਰਬਾਣੀ ਵਿੱਚ ਲਿਖ ਦਿੱਤਾ। ਇੱਦਾਂ ਖਜ਼ਾਨਾ ਇਕੱਠਾ ਕਰ ਦਿੱਤਾ ਹੈ। ਹੁਣ ਅਸੀਂ ਪੜ੍ਹੀਏ ਨਾ, ਵਿਚਾਰੀਏ ਨਾ, ਇਹ ਸਾਡੀ ਆਪਣੀ ਗਲਤੀ ਹੈ। ਆਓ ਇੱਕ ਵਾਰ ਬੜੇ ਪਿਆਰ ਨਾਲ ਬੇਨਤੀ ਹੱਥ ਜੋੜ ਕੇ, ਜਿਹੜੇ ਬੱਚੇ ਇੱਧਰ ਉੱਧਰ ਦੌੜ ਰਹੇ ਨੇ, ਦੋ ਸੇਵਾਦਾਰਾਂ ਨੂੰ ਬੇਨਤੀ ਹੈ ਜੀ, ਦੋ ਜਾਣੇ ਬਾਹਰ ਜਾ ਕੇ ਬੱਚਿਆਂ ਨੂੰ ਜਾਂ 'ਤੇ ਬਿਠਾ ਦਿਓ, ਜਾਂ ਉਹ ਪਰੇ ਲੰਗਰ ਹਾਲ ਚਲੇ ਜਾਣ, ਕਿਉਂਕਿ ਮਾਲਵੇ ਵਿੱਚ ਬਹੁਤ ਟਕਾ ਨਾਲ ਦੀਵਾਨ ਲੱਗਦੇ ਨੇ, ਕੋਈ ਬੱਚਾ ਸ਼ੋਰ ਨਹੀਂ ਪਾਉਂਦਾ। ਗੁੱਸਾ ਨਾ ਮਨਾਇਓ, ਦੁਆਬਾ ਅਤੇ ਮਾਝਾ ਅਜੇ ਪਿੱਛੇ ਹੈ, ਭਾਵੇਂ ਮੈਂ ਵੀ ਮਾਝੇ ਦਾ ਰਹਿਣ ਵਾਲਾ, ਪਰ ਸੱਚਾਈ ਹੈ, ਗਲਤੀ ਮੰਨਣ 'ਚ ਕੋਈ ਹਰਜ ਨਹੀਂ, ਅਸੀਂ ਬਹੁਤ ਪਿੱਛੇ ਹਾਂ ਜੀ। ਸਾਡੇ ਗੁਰਦੁਆਰੇ ਬਹੁਤ ਪੱਕੇ ਨੇ, ਪਰ ਚੰਦ ਬੰਦਿਆਂ ਨੂੰ ਛੱਡ ਕੇ, ਚੰਦ ਪਰਿਵਾਰਾਂ ਨੂੰ ਛੱਡ ਕੇ ਗੁਰਦੁਆਰਿਆਂ ਵਿੱਚ ਬੈਠਣ ਦੀ ਅਜੇ ਜਾਚ ਸਾਨੂੰ। ਪੁੱਛੋ ਕਿਉਂ? ਕਿਉਂਕਿ ਸਾਲ ਬਾਅਦ ਇੱਕ ਸਮਾਗਮ ਹੋ ਗਿਆ, ਦੋ ਸਾਲਾਂ ਬਾਅਦ ਇੱਕ ਹੋ ਗਿਆ, 6 ਮਹੀਨਿਆਂ ਬਾਅਦ ਇੱਕ ਹੋ ਗਿਆ। ਮੈਨੂੰ ਇਮਾਨਦਾਰੀ ਨਾਲ ਜਵਾਬ ਦਿਓ, ਘਰ 'ਚ ਤੁਸੀਂ ਗਮਲੇ 'ਚ ਪੌਦਾ ਲਾਓ ਅਤੇ 6 ਮਹੀਨਿਆਂ ਬਾਅਦ ਪਾਣੀ ਪਾਓ, ਹਰਿਆ ਰਹੂ? ਉੱਚੀ ਬੋਲੋ ਪਿਆਰੇ, ਹੋ ਹਰਿਆ ਰਹੂ? ਕੀ ਕਰਨਾ ਪਊ ਫਿਰ? ਬੋਲੋ ਭੈਣੋ, ਕਮ ਸੇ ਕਮ ਇੱਕ ਨਹੀਂ ਤਾਂ ਦੋ ਦਿਨਾਂ ਬਾਅਦ ਤਾਂ ਪਾਣੀ ਦੇਣਾ ਹੀ ਪਊ, ਵਿੱਚ ਘਾਹ ਉੱਗ ਪੈਣਾ, ਫਿਰ ਗੋਡੀ ਕਰਕੇ ਘਾਹ ਪੁੱਟਣਾ ਪੈਣਾ, ਤਾਂ ਕਿ ਇਹਨੂੰ ਫੁੱਲ ਲੱਗ ਸਕਣ, ਅਤੇ ਮਨ ਦੇ ਪੌਦੇ ਨੂੰ ਵੀ ਰੋਜ਼ ਪਾਣੀ ਦੇਣਾ ਪੈਣਾ ਹੈ। ਮੇਰੇ ਮਾਧੋ ਜੀ, ਸੱਤ ਬੋਲੋ, ਸੱਤ ਸੰਗਤ ਮਿਲੈ ਸੋ ਗੁਰਪ੍ਰਸਾਦ, ਉੱਚੀ ਬੋਲੋ ਸੁਕੇ, ਬਸ ਗੱਲ ਇੰਨੀ ਕੀ ਹੈ। ਇੱਕ ਵਾਰੀ ਗੱਜ ਕੇ ਬੁਲਾਓ ਫਤਿਹ, ਕੋਈ ਇੱਦਾਂ ਦੀ ਰਸਨਾ ਨਾ ਰਵੇ ਜਿਹੜੀ ਫਤਿਹ ਨਾ ਬੁਲਾਵੇ, ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਸਾਰਿਆਂ ਨੇ ਬਾਣੀ ਪੜ੍ਹਨੀ ਹੈ। ਮੈਂ ਕੈਮਰੇ ਵਾਲੇ ਵੀਰ ਨੂੰ ਬੇਨਤੀ ਹੈ, ਕਿ ਸੰਗਤ ਵੱਲ ਘੁਮਾਓ ਤਾਂ ਕਿ ਪਤਾ ਲੱਗ ਜਾਵੇ ਵੀ ਕਿੰਨੀ ਸੰਗਤ ਬਾਣੀ ਪੜ੍ਹਨ ਵਾਲੀ ਬੈਠੀ। ਹੁਣ ਤੁਹਾਡੇ ਚਿਹਰੇ ਪਤਾ ਲੱਗਣਾ ਵੀ ਕਿੰਨੀ ਕੁ ਸੰਗਤ ਬਾਣੀ ਪੜ੍ਹਦੀ। ਮੈਂ ਤਾਂ ਤੁਕਾਂ ਬੋਲੀ ਜਾਣੀਆਂ ਨੇ, ਅਤੇ ਤੁਹਾਡੇ ਤੋਂ ਪਤਾ ਲੱਗਣਾ ਚਾਹੀਦਾ। ਜਿਵੇਂ ਭੰਗੜਾ ਨਹੀਂ ਪਾਉਂਦੇ ਵਿਆਹਾਂ ਸ਼ਾਦੀਆਂ 'ਤੇ ਵੀ ਮੇਰੀ ਵੀ ਫੋਟੋ ਆਵੇ, ਉੱਥੇ ਤਾਂ ਜਿਹਨੂੰ ਨਹੀਂ ਆਉਂਦਾ ਉਹ ਵੀ ਪਾਉਂਦੇ ਹਾਂ। ਇੱਥੇ ਗੁਰੂ ਦੀ ਬਾਣੀ ਹੈ, ਬਾਣੀ ਪੜ੍ਹਨ ਲੱਗਿਆਂ ਸੰਗਦੇ ਹਾਂ, ਅਤੇ ਭੰਗੜਾ ਪਾਉਣ ਲੱਗਿਆਂ ਪੈਲਸਾਂ ਦੇ ਸਾਹਮਣੇ, ਬੋਲੋ ਹੁਣ ਕੋਈ ਸੰਗ ਨਹੀਂ ਆਉਂਦੀ।
ਧੱਕੇ ਨਾਲ ਬਾਪੂ ਨੂੰ ਖਿੱਚ ਕੇ ਵੀ ਲੈ ਜਾਂਦੇ ਉਹ, ਬਥੇਰਾ ਰੌਲਾ ਪਾਉਂਦਾ, ਮੇਰੀ ਡਿਸ ਕਿੱਲੀ ਹੈ, ਕਹਿੰਦੇ ਲੈ ਪੋਤਰੇ ਦਾ ਵਿਆਹ ਰੋਜ਼ ਹੋਣਾ ਤੇਰਾ ਕਿਤੇ। ਉਦੋਂ ਸਾਰੀ ਸੰਗ ਸ਼ਰਮ ਲੈ ਜਾਂਦੀ ਹੈ, ਜਦੋਂ ਆਉਂਦਾ ਗੁਰਮਤਿ ਦਾ ਮਸਲਾ ਉਦੋਂ ਸਾਨੂੰ ਸਾਰਿਆਂ ਨੂੰ ਸੰਗ ਆਉਂਦੀ ਹੈ। ਇੱਕ ਵਾਰ ਸਾਰੇ ਪੜ੍ਹੋ, ਗਿਆਨੀ ਗੁਰਬਿਨ ਭਗਤ ਨਾ ਹੋਈ, ਕੋਰੇ ਰੰਗ ਕਦੇ ਨਾ ਚੜ੍ਹੇ ਜੋ ਲੋਚੈ ਸਭ, ਕੋਈ ਭਗਤੀ ਗੁਰੂ ਤੋਂ ਬਿਨਾਂ ਹੋਣੀ ਨਹੀਂ, ਭਗਤੀ ਤੋਂ ਬਿਨਾਂ ਤੇਰਾ ਜੀਵਨ ਅਧੂਰਾ ਹੈ। ਇੰਝ ਕਹਿ ਲਓ ਜਿਵੇਂ ਸਰੀਰ ਨੂੰ ਖੁਰਾਕ ਚਾਹੀਦੀ ਹੈ, ਮਨ ਨੂੰ ਵੀ ਕੋਈ ਖੁਰਾਕ ਚਾਹੀਦੀ ਹੈ। ਮਨ ਨੂੰ ਖੁਰਾਕ ਚੰਗੀ ਦੇਵੇਂਗਾ ਤੇ ਮਨ ਤੰਦਰੁਸਤ ਰਹੇਗਾ, ਮਨ ਨੂੰ ਖੁਰਾਕ ਮਾੜੀ ਦੇਵੇਂਗਾ ਤੇ ਮਨ ਬਿਮਾਰ ਹੋਏਗਾ। ਅੱਜ ਸਰੀਰ ਕਰਕੇ ਭਾਵੇਂ ਕੋਈ ਬੰਦਾ ਦਾਅਵਾ ਕਰੇ ਕਿ ਮੈਨੂੰ ਕੋਈ ਰੋਗ ਨਹੀਂ, ਪਰ ਦੁਨੀਆ 'ਤੇ ਟਾਵਾਂ ਬੰਦਾ ਜਿਹੜਾ ਇਹ ਦਾਅਵੇ ਨਾਲ ਕਵੇ ਮੇਰੇ ਮਨ ਨੂੰ ਕੋਈ ਬਿਮਾਰੀ ਨਹੀਂ। ਕਿਸੇ ਨੂੰ ਕਾਮ ਦੀ ਬਿਮਾਰੀ, ਕਿਸੇ ਨੂੰ ਕ੍ਰੋਧ ਦੀ ਬਿਮਾਰੀ ਅਤੇ ਕਿਸੇ ਨੂੰ ਹੰਕਾਰ ਦੀ ਬਿਮਾਰੀ, ਕਿਸੇ ਨੂੰ ਈਰਖਾ ਦੀ ਬਿਮਾਰੀ, ਇਹ ਬਿਮਾਰੀਆਂ ਮਨ ਦੀਆਂ ਨੇ। ਇਹਨਾਂ ਦਾ ਇਲਾਜ ਸਿਰਫ ਗੁਰੂ ਕੋਲ ਹੈ, ਹੋਰ ਕਿਸੇ ਕੋਲ ਨਹੀਂ ਹੈ। ਸਾਰੇ ਪਿਆਰ ਨਾਲ ਪੜ੍ਹੋ ਜੀ। ਗੁਰਬਿਨ ਭਗਤ ਨਾ ਹੋਈ ਗਿਆਨੀ, ਗੁਰਬਿਨ ਭਗਤ ਨਾ ਹੋਈ, ਗੁਰਬਿਨ ਭਗਤ ਨਾ ਹੋਈ ਗਿਆਨੀ, ਗੁਰਬਿਨ 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 ਭਗਤ ਨਾ ਹੋਈ ਗਿਆਨੀ, ਗੁਰਬਿਨ ਭਗਤ ਨਾ ਹੋਈ, ਗੁਰਬਿਨ ਭਗਤ ਨਾ ਹੋਈ ਗਿਆਨੀ, ਗੁਰਬਿਨ ਭਗਤ ਨਾ ਹੋਈ। ਵਾਹ ਵਾਹ। ਕੋਰੇ ਰੰਗ ਕਦੇ ਨਾ ਚੜ੍ਹੇ, ਕੋਰੇ ਰੰਗ ਕਦੇ ਨਾ ਚੜ੍ਹੇ, ਕੋਰੇ ਰੰਗ ਕਦੇ ਨਾ ਚੜ੍ਹੇ, ਕੋਰੇ ਰੰਗ ਕਦੇ ਨਾ ਚੜ੍ਹੇ। ਵਾਹ ਵਾਹ। ਜੇ ਲੋਚੈ ਸਭ ਕੋਈ ਗਿਆਨੀ, ਗੁਰਬਿਨ ਭਗਤ ਨਾ ਹੋਈ, ਗੁਰਬਿਨ ਭਗਤ ਨਾ ਹੋਈ ਗਿਆਨੀ, ਗੁਰਬਿਨ ਭਗਤ ਨਾ ਹੋਈ, ਵਾਹ ਵਾਹ। ਹਰ ਹਰ ਕਰੈ ਨਿਤ ਕਪਟ ਕੁਮਾਵੈ, ਹਰ ਹਰ ਕਰੈ ਨਿਤ ਕਪਟ ਕੁਮਾਵੈ, ਹਿਰਦਾ ਸ਼ੁੱਧ ਨ ਹੋਈ ਗਿਆਨੀ, ਗੁਰਬਿਨ ਭਗਤ ਨ ਹੋਈ, ਗੁਰਬਿਨ ਭਗਤ ਨ ਹੋਈ ਗਿਆਨੀ, ਗੁਰਬਿਨ ਭਗਤ ਨ ਹੋਈ, ਵਾਹ ਵਾਹ। ਅੰਨ ਦਿਨ ਕਰਮ ਕਰੈ ਬਹੁ ਤੇਰੇ, ਅੰਨ ਦਿਨ ਕਰਮ ਕਰੈ ਬਹੁ ਤੇਰੇ, ਸੁਪਨੇ ਸੁਖ ਨਾ ਹੋਈ ਗਿਆਨੀ, ਗੁਰਬਿਨ ਭਗਤ ਨਾ ਹੋਈ, ਗੁਰਬਿਨ ਭਗਤ ਨਾ ਹੋਈ ਗਿਆਨੀ, ਗੁਰਬਿਨ ਭਗਤ ਨਾ ਹੋਈ,
ਸ਼ਬਦ ਆਪਾਂ ਪੜ੍ਹਿਆ ਧੰਨ ਗੁਰੂ ਕਿਹਨਾਂ ਦਾ ਜੀ? ਸਾਰਿਆਂ ਦੀ ਆਵਾਜ਼ ਨਹੀਂ ਆ ਰਹੀ, ਵੇਖੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ। ਰਾਗ ਕਿਹੜਾ ਸੀ ਜੀ? ਸੂਹੀ। ਗੁਰੂ ਗ੍ਰੰਥ ਸਾਹਿਬ ਦਾ ਅੰਕ ਕਿੰਨਾ ਸੀ? 732। ਤਿੰਨ ਗੱਲਾਂ ਚੇਤੇ ਰੱਖਿਓ, ਬਾਕੀ ਗੱਲਾਂ ਬਾਅਦ ਦੀਆਂ ਨੇ, ਵੀ ਕਿੰਨੀਆਂ ਗੱਲਾਂ ਸਾਨੂੰ ਘਰ ਤੱਕ ਚੇਤੇ ਰਹਿੰਦੀਆਂ ਕਿ ਮਹਾਰਾਜ ਨੇ ਸਾਨੂੰ ਬਾਣੀ ਵਿੱਚ ਕਿਹਾ ਕੀ ਹੈ। ਬੱਚਾ ਸਕੂਲ ਪੜ੍ਹਨ ਜਾਂਦਾ, ਜਦੋਂ ਪੜ੍ਹ ਕੇ ਘਰ ਆਉਂਦਾ ਹੈ ਨਾ, ਤਾਂ ਅਸੀਂ ਉਸਨੂੰ ਪੁੱਛਦੇ ਹਾਂ ਵੀ ਅੱਜ ਮੇਰਾ ਪੁੱਤ ਕੀ ਪੜ੍ਹ ਕੇ ਆਇਆ, ਅੱਜ ਮੇਰੀ ਧੀ ਕੀ ਪੜ੍ਹ ਕੇ, ਇੱਦਾਂ ਪੁੱਛਦੇ ਹਾਂ ਨਾ। ਤਾਂ ਬੱਚੇ ਨੂੰ ਸਕੂਲ ਵਿੱਚ ਜੋ ਪੜ੍ਹਾਇਆ ਹੁੰਦਾ ਉਹਨੂੰ ਘਰ ਤੱਕ ਚੇਤਾ ਰਹਿੰਦਾ। ਜੇ ਉਹ ਚੇਤਾ ਨਾ ਰੱਖੇਗਾ, ਉਹ ਕਦੀ ਵੀ ਅੱਗੇ ਨਹੀਂ ਜਾ ਸਕਦਾ, ਕੋਈ ਡਿਗਰੀ ਨਹੀਂ ਲੈ ਸਕਦਾ, ਉਸ ਕਲਾਸ 'ਚੋਂ ਅਗਲੀ ਕਲਾਸ ਵਿੱਚ ਨਹੀਂ ਜਾ ਸਕਦਾ। ਉਹਨੂੰ ਚੇਤਾ ਰੱਖਣਾ ਪੈਂਦਾ। ਘਰ ਆਣ ਕੇ ਫਿਰ ਕਈ ਵਾਰੀ ਦੋ ਦੋ ਤਿੰਨ ਤਿੰਨ ਟਿਊਸ਼ਨਾਂ ਬੱਚੇ ਪੜ੍ਹਦੇ ਨੇ, ਬੜੀ ਸਟੱਡੀ ਕਰਦੇ ਨੇ, ਮਿਹਨਤ ਕਰਦੇ ਨੇ। ਇੱਦਾਂ ਹੀ ਗੁਰਦੁਆਰਾ ਇੱਕ ਸਿੱਖੀ ਦਾ ਸਕੂਲ ਹੈ, ਜਿੱਥੇ ਅਸੀਂ ਵਿਦਿਆਰਥੀ ਬਣ ਕੇ, ਸਟੂਡੈਂਟ ਬਣ ਕੇ ਸਿੱਖਣ ਵਾਸਤੇ ਆਉਂਦੇ ਹਾਂ। ਪਰ ਚੰਦ ਨੂੰ ਛੱਡ ਕੇ, ਟਾਵਿਆਂ ਨੂੰ ਛੱਡ ਕੇ, ਬਹੁਤੀਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਘਰ ਜਾਂਦਿਆਂ ਤੱਕ ਕਿੰਨੇ। ਹੁਣ ਮੈਂ ਸੌਖੀ ਜਿਹੀ ਗੱਲ ਕਰਨ ਲੱਗਾ। ਭਾਈ ਸਾਹਿਬ ਗੁਰਬਾਣੀ ਦਾ ਕੀਰਤਨ ਤੁਹਾਡੇ ਸਾਹਮਣੇ ਕਰਕੇ ਗਏ ਨੇ। ਜੇ ਕੋਈ ਬਾਹਰ ਸਾਡੇ ਵਾਸਤੇ ਕਾਪੀ ਪੈੱਨ ਲੈ ਕੇ, ਇੱਦਾਂ ਮੈਕ ਲਾ ਕੇ, ਵੀਡੀਓ ਚਲਾ ਕੇ, ਇੱਦਾਂ ਇਕੱਲੇ ਇਕੱਲੇ ਨੂੰ ਪੁੱਛੇ ਵੀ ਭਾਈ ਸਾਹਿਬ ਨੇ ਪਹਿਲਾ ਸ਼ਬਦ ਕਿਹੜਾ ਪੜ੍ਹਿਆ ਸੀ, ਇੱਦਾਂ ਬੋਲੋ ਪਿਆਰੇ, ਇੱਦਾਂ ਪੁੱਛੇ ਵੀ ਇਕੱਲੇ ਇਕੱਲੇ ਨੂੰ ਪੁੱਛੇ ਵੀ ਹਾਂ ਭਾਈ ਸਾਹਿਬ ਨੇ ਜਦੋਂ ਕੀਰਤਨ ਸ਼ੁਰੂ ਕੀਤਾ ਸੀ ਪਹਿਲਾ ਸ਼ਬਦ ਕਿਹੜਾ ਪੜ੍ਹਿਆ ਸੀ। ਸੁਭਾਵਿਕ ਹੈ ਵੀ ਦੋ ਚਾਰ ਤੁਹਾਡੇ ਵਿੱਚੋਂ ਜਵਾਬ ਦੇ ਦੇਣਗੇ। ਫਿਰ ਪੁੱਛੇ ਜੀ ਉਹ ਜਿਹੜਾ ਸ਼ਬਦ ਸੀ ਕਿਹੜੇ ਗੁਰੂ ਪਾਤਸ਼ਾਹ ਦਾ ਉਚਾਰਨ ਕੀਤਾ ਸੀ। ਤੀਜਾ ਸਵਾਲ, ਉਸ ਸ਼ਬਦ ਵਿੱਚੋਂ ਸਾਨੂੰ ਸਿੱਖਿਆ, ਬੋਲੋ ਪਿਆਰਿਓ, ਕੀ ਮਿਲੀ। ਇਹ ਚਾਰ ਪੰਜ ਸਵਾਲ ਨੇ ਇੱਦਾਂ। ਅਤੇ ਜੇ ਸਾਨੂੰ ਘਰ ਜਾਂਦਿਆਂ ਤੱਕ ਇਹ ਦੋ ਚਾਰ ਗੱਲਾਂ ਵੀ, ਕਈ ਵਾਰੀ ਨਾ ਮੁੱਖ ਵਾਕ ਜਦੋਂ ਲਿਆ ਜਾਂਦਾ, ਮੁੱਖ ਵਾਕ ਲਿਆ ਜਾਂਦਾ, ਹੁਕਮਨਾਮਾ ਅਖੀਰ 'ਤੇ ਲੈਂਦੇ, ਸਮਾਪਤੀ ਵੇਲੇ, ਦੀਵਾਨ ਦੀ ਸਮਾਪਤੀ ਵੇਲੇ, ਬਾਹਰ ਜਾਂਦਿਆਂ ਤੱਕ, ਘਰ ਜਾਂਦਿਆਂ ਤੱਕ ਸਾਨੂੰ ਮੁੱਖ ਵਾਕ ਵੀ ਨਹੀਂ ਚੇਤਾ ਹੁੰਦਾ ਵੀ ਕਿਹੜੇ ਪਾਤਸ਼ਾਹ ਦਾ ਹੈ, ਕਿਹੜੇ ਰਾਗ ਵਿੱਚ ਹੈ, ਉਹਦਾ ਅੰਤਰੀ ਭਾਵ ਕੀ ਹੈ, ਸਤਿਗੁਰੂ ਜੀ ਸਿੱਖਿਆ ਕੀ ਦਿੰਦੇ ਹਨ। ਪੱਗਾਂ ਵਾਲੇ, ਉਹ ਸਰੀਰ ਗੁਰਦੁਆਰੇ ਆਇਆ ਪਰ ਸਿੱਖਣਾ ਸੁਰਤ ਨੇ। ਜੇ ਸੁਰਤ ਇੱਥੇ ਨਾ ਆਈ ਕਦੀ ਪਾਸੇ, ਤਾਂ ਹੀ ਤੁਸੀਂ ਵੇਖਿਓ ਜਿਹੜੀ ਸੁਰਤ ਹੈ ਨਾ, ਸੁਰਤ ਉਹਨੇ ਸਿੱਖਣਾ ਹੈ। ਜਿਹੜਾ ਗਿਆਨ ਗੁਰੂ ਹੈ ਸਾਡਾ, ਸ਼ਬਦ ਗੁਰੂ ਹੈ, ਪਰ ਜਿਹੜੀ ਸਿੱਖ ਹੈ ਨਾ, ਉਹ ਸੁਰਤ ਨੇ ਬਣਨਾ। ਜੇ ਸੁਰਤ ਸਿੱਖ ਨਹੀਂ ਬਣੀ, ਕਈ ਵਾਰੀ ਐਸਾ ਹੁੰਦਾ ਬੰਦਾ ਰਾਤ ਸੁੱਤਾ, ਸਵੇਰੇ ਪ੍ਰਭਾਵਿਤ ਹੋ ਕੇ ਨਾ ਖੰਡੇ ਦੀ ਪਹੁ ਲੈ ਲਈ, ਤਨ ਦੇ ਉੱਤੇ ਸਰੀਸਾ ਪੈ ਲਈ ਹੈ, ਹੱਥ ਵਿੱਚ ਕੜਾ ਪੈ ਗਿਆ, ਸਿਰ 'ਤੇ ਪੱਗ ਬੰਨ ਲਈ ਹੈ, ਕੰਘਾ ਰੱਖ ਲਿਆ, ਉਹਨੇ ਕਕਾਰ ਧਾਰਨ ਕਰ ਲਏ ਨੇ, ਵੇਖਣ ਵਾਲਾ ਕੀ ਕਹਿੰਦਾ? ਭਾਈ ਇਹ ਗੁਰੂ ਦਾ ਸਿੱਖ ਬਣ ਗਿਆ। ਪਰ ਜੇ ਸੁਰਤ ਨਾ ਬਣੀ ਹੋਈ, ਵੀਰਵਾਰ ਉਹਨੇ ਫਿਰ ਦੀਵਾ ਜਗਾਉਣ ਤੁਰ ਪੈਣਾ। ਬੋਲੋ ਭਾਈ, ਜੇ ਸੁਰਤ ਸਿੱਖ ਨਾ ਬਣੀ ਹੋਈ, ਬਾਬਾ ਉਹਨੂੰ ਪੰਜਾਂ ਪੈਰਿਆਂ ਆਖਿਆ ਸੀ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੋਂ ਸਵਾਏ ਤੇਰਾ ਸਿਰ ਕਿਤੇ ਹੋਰ, ਬੋਲੋ ਹੁਣ ਅੱਗਿਓਂ, ਹੋਰ ਇੱਦਾਂ ਹੀ ਹੈ ਜੀ। ਜਿਹਨਾਂ ਤੁਹਾਡੇ 'ਚੋਂ ਖੰਡੇ ਦੀ ਪੌਲ ਲਈ, ਪੰਜ ਪਿਆਰੇ ਇੱਦਾਂ ਹੀ ਕਹਿੰਦੇ ਹਨ ਨਾ, ਵੀ ਗੁਰੂ ਗ੍ਰੰਥ ਸਾਹਿਬ ਤੋਂ ਸਵਾਏ ਅੱਜ ਤੋਂ ਬਾਅਦ ਕਿਸੇ ਹੋਰ ਦੇਹਧਾਰੀ ਵਿਅਕਤੀ ਦੇ ਅੱਗੇ ਸਿਰ। ਅੱਛਾ, ਜੇ ਸੁਰਤ ਨਾ ਬਣੀ ਸਿੱਖ, ਤਾਂ ਉਹਨੇ ਬਾਬਾ ਵੇਖ ਕੇ ਆਪਣਾ ਸਿਰ ਫਿਰ ਬਾਬੇ ਦੇ ਪੈਰਾਂ 'ਤੇ ਰੱਖ ਦੇਣਾ। ਇਹਦਾ ਮਤਲਬ ਸੁਰਤ ਨਹੀਂ ਸਿੱਖ ਬਣੀ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗਿਆਨੀ। ਅੱਛਾ ਧਿਆਨ ਨਾਲ ਸੁਣਿਓ ਜੀ, ਥੋੜ੍ਹੀ ਤਵੱਜੋ ਦੇ ਕੇ ਗੱਲ। ਇੱਥੇ ਸ਼ਬਦ ਵਰਤਿਆ ਗਿਆਨੀ, ਗਿਆਨੀ ਗਿਆਨੀ ਕਿਹਨੂੰ ਕਹਿੰਦੇ ਭਲਾ ਆਪਾਂ, ਜਿਹਨੂੰ ਥੋੜ੍ਹਾ ਬਹੁਤਾ ਧਰਮ ਦਾ ਪਤਾ ਹੋਵੇ। ਆਮ ਹੀ ਸਾਡੇ ਪਿੰਡਾਂ ਸ਼ਹਿਰਾਂ ਵਿੱਚ ਹੁੰਦਾ ਨਾ, ਜਿਹੜਾ ਅੰਮ੍ਰਿਤਧਾਰੀ ਹੋਵੇ, ਸਭ ਸੂਰਤ ਹੋਵੇ, ਅਸੀਂ ਆਮ ਹੀ ਕਹਿ ਦਿੰਦੇ ਹੋਰ ਗਿਆਨੀ ਜੀ ਕੀ ਹਾਲ ਹੈ। ਗੁਰਦੁਆਰੇ ਦੇ ਭਾਈ ਨੂੰ ਕਹਿ ਦੇਵਾਂਗੇ, ਪਿੰਡ ਵਿੱਚ ਵੀ ਕੋਈ ਬੰਦਾ ਹੋਏਗਾ, ਅਸੀਂ ਕਹਾਂਗੇ ਹੋਰ ਗਿਆਨੀ ਜੀ ਕੀ ਹਾਲ ਹੈ। ਅਤੇ ਸਾਡੇ ਮੁਤਾਬਕ ਇਹ ਹੁੰਦਾ ਵੀ ਇਹਨੂੰ ਥੋੜ੍ਹਾ ਬਹੁਤਾ ਦੂਜਿਆਂ ਨਾਲੋਂ ਗੁਰਮਤ ਦਾ, ਬੋਲੋ ਜੀ, ਜ਼ਿਆਦਾ ਪਤਾ। ਇੱਦਾਂ ਕਹਿੰਦੇ ਆਪਾਂ। ਇੱਥੇ ਤਾਂ ਮਹਾਰਾਜ ਕਹਿ ਗਿਆਨੀ ਨੂੰ ਰਹੇ ਨੇ, ਕੈਮਰੇ ਵਾਲੇ ਵੀਰ ਥੋੜ੍ਹਾ ਜਿਹਾ ਬਹਿ ਜਾਓ ਤੁਸੀਂ ਤਾਂ ਕਿ ਇਕਾਗਰਤਾ ਬਣੀ ਰਹੇ। ਜਿੱਥੇ ਇੱਕ ਵਾਰੀ ਕੈਮਰਾ ਫਿੱਟ ਕਰ ਦਿਓ, ਐਨ ਬੈਠ ਜਾਓ, ਬੜੇ ਪਿਆਰ ਨਾਲ ਜਿੱਥੇ ਜਗ੍ਹਾ ਮਿਲਦੀ ਹੈ ਤੁਸੀਂ ਬੈਠ ਜਾਓ, ਤਾਂ ਕਿ ਗੱਲ ਜਿਹੜੀ ਸੰਗਤ ਨਾਲ ਅਸੀਂ ਜਿਹੜੀ ਕਰਨਾ ਚਾਹੁੰਦੇ ਹਾਂ, ਜਿਸ ਵਾਸਤੇ ਅਸੀਂ ਆਏ ਹਾਂ, ਤੁਸੀਂ ਬੁਲਾਇਆ, ਤਾਂ ਮੇਰਾ ਬੇਨਤੀ ਹੈ ਵੀ ਗੱਲ ਆਪਾਂ ਗੱਲ ਪੂਰੀ ਗੁਰੂ ਦੀ ਕਰ ਸਕੀਏ। ਆਪਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ਼ਬਦ ਵਰਤ ਰਹੇ ਨੇ ਗਿਆਨੀ, ਅਤੇ ਅਸੀਂ ਗਿਆਨੀ ਉਹਨੂੰ ਕਹਿੰਦੇ ਜਿਹਨੂੰ ਥੋੜ੍ਹਾ ਬਹੁਤਾ ਦੂਜਿਆਂ ਨਾਲੋਂ ਜ਼ਿਆਦਾ ਪਤਾ ਹੈ। ਇੱਥੇ ਮਹਾਰਾਜ ਇਹਦਾ ਕਹਿੰਦੇ ਵੀ ਹੇ ਅਗਿਆਨੀ, ਅਤੇ ਗੱਲ ਫੱਬਦੀ ਸੀ, ਇੱਥੇ ਕਹਿ ਵੀ ਗਿਆਨੀ ਨੂੰ ਰਹਿੰਦੇ ਵੀ ਗਿਆਨੀ ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਹੁਣ ਇਹਦਾ ਕੀ ਅਰਥ ਹੋਇਆ, ਜਿਵੇਂ ਸਾਧ ਸ਼ਬਦ ਅਸੀਂ ਕਿਹਦੇ ਵਾਸਤੇ ਵਰਤਦੇ ਹਾਂ, ਸਾਧ ਕਿਹਨੂੰ ਕਹਿੰਦੇ ਹਾਂ ਜੀ, ਇਹ ਤਾਂ ਬਹੁਤ ਸਾਧ ਹੈ ਜੀ, ਯਾਨੀ ਕਿ ਜਿਹਨੇ ਸਾਧਿਆ ਹੋਇਆ ਆਪਣੇ ਆਪ ਨੂੰ, ਇਹ ਬਾਬਾ ਜੀ ਤਾਂ ਪੁੱਗੇ ਹੋਏ ਸਾਧੂ ਨੇ, ਇੱਦਾਂ ਹੀ ਆ ਨਾ ਜੀ, ਵੀ ਇਹਨਾਂ ਤਾਂ ਪੰਜਾਂ ਵਿਕਾਰਾਂ ਨੂੰ ਕੰਟਰੋਲ ਕੀਤਾ ਹੋਇਆ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਪਤਾ ਕੀ ਕਹਿੰਦੇ ਨੇ, ਸਾਧੋ ਇਹ ਮਨ ਗਏ ਨਾ ਜਾਈ। ਸਾਧ ਨੂੰ ਕਹਿਣ ਦੀ ਲੋੜ ਸੀ ਮਹਾਰਾਜ ਨੂੰ ਭਲਾ, ਵੀ ਇਹ ਮਨ ਨਹੀਂ ਫੜਿਆ ਜਾਂਦਾ, ਸਾਧ ਦਾ ਤਾਂ ਮਨ ਕੰਟਰੋਲ 'ਚ ਹੁੰਦਾ। ਬੋਲੋ ਪਿਆਰੇ, ਜਿਵੇਂ ਸੌਦੇ ਵਾਲੇ ਦਾ ਮਨ, ਸੌਦੇ ਸਮਝਦੇ ਜੀ, ਸਿਰਸੇ ਵਾਲੇ ਦਾ ਕਹਿੰਦੇ ਸੀ ਮਨ ਕੰਟਰੋਲ 'ਚ ਹੈ, ਪਰ ਕੰਟਰੋਲ 'ਚ ਹੈਗਾ ਸੀ? ਬੋਲੋ ਪਿਆਰਿਓ, ਮੈਂ ਆਪਣਿਆਂ ਦਾ ਨਾਂ ਤਾਂ ਨਹੀਂ ਲਿਆ ਵੀ ਕਈਆਂ ਨੇ ਉੱਠ ਕੇ ਤੁਰ ਪੈਣਾ ਵੀ ਸਿੱਧਾ ਸਾਡਿਆਂ ਵਾਲੇ ਬੰਨੇ ਹੋ ਗਿਆ, ਪਰ ਘੱਟ ਆਪਣੇ ਵੀ ਹੈ ਨਹੀਂ, ਥੋੜ੍ਹੇ ਜਿਹੇ ਆਪਾਂ ਟੱਕੇ ਹੋਏ ਨੇ ਕੱਪੜੇ ਕੁੱਪੜੇ ਪਾ ਕੇ। ਸਾਧੋ ਇਹ ਮਨ ਗਹਿਓ ਨਾ ਜਾਈ। ਅਸਾਧ ਨੂੰ ਕਹਿੰਦੇ ਤਾਂ ਗੱਲ ਫੱਬਦੀ ਸੀ, ਇੱਥੇ ਸ਼ਬਦ ਹੀ ਸਾਧ ਵਰਤਿਆ। ਦੋ ਗੱਲਾਂ ਹੁੰਦੀਆਂ ਨੇ, ਸਾਧ ਅਖਵਾਉਣਾ ਬੜਾ ਸੌਖਾ ਹੈ, ਸਾਧ ਬਣਨਾ, ਸਾਧ ਬਣਨ ਵਾਸਤੇ ਕੀ ਹੈ, ਸਾਧ ਬਣਨ ਵਾਸਤੇ ਵਿਕਾਰਾਂ ਨੂੰ ਕੰਟਰੋਲ ਕਰਨਾ ਪੈਣਾ, ਅਤੇ ਜਿਹੜਾ ਸਾਧ ਅਸਲੀ ਸਾਧ ਹੈ ਨਾ, ਉਹ ਹਲਵਾਉਂਦਾ ਵੀ ਹੋ ਸਕਦਾ, ਫਰੂਟ ਦੀ ਦੁਕਾਨ ਲਾਉਣ ਵਾਲਾ ਵੀ ਹੋ ਸਕਦਾ, ਘਰ 'ਚ ਚਾਹ ਬਣਾਉਣ ਵਾਲੀ ਮਾਂ ਵੀ ਹੋ ਸਕਦੀ ਹੈ, ਸਕੂਲ 'ਚ ਪੜ੍ਹਾਉਣ ਵਾਲੀ ਟੀਚਰ ਵੀ ਹੋ ਸਕਦੀ ਹੈ। ਸਾਧ ਤਾਂ ਕੋਈ ਹੁਣ ਕਈ ਪੁੰਦੇ ਜੀ, ਅੱਛਾ ਬਾਣੀ ਸੰਤਾਂ ਨੂੰ ਨਹੀਂ ਮੰਨਦੀ, ਮੰਨਦੀ ਹੈ, ਬਾਣੀ ਤਾਂ ਬਣਾਉਂਦੀ ਸੰਤ ਹੈ, ਪਰ ਪਹਿਰਾਵੇ ਵਾਲੇ ਨਹੀਂ ਇਕੱਲੀ ਬਣਾਉਂਦੀ, ਬਿਰਤੀ ਵਾਲੇ ਬਣਾਉਂਦੀ ਹੈ, ਉਹ ਬੈਂਕ ਵਿੱਚ ਮੈਨੇਜਰ ਵੀ ਸੰਤ ਹੋ ਸਕਦਾ ਹੈ, ਸਕੂਲ ਵਿੱਚ ਟੀਚਰ ਵੀ ਸੰਤ ਹੋ ਸਕਦਾ ਹੈ, ਹਲ ਵਾਹੁਣ ਵਾਲਾ ਕਿਸਾਨ ਵੀ ਸੰਤ ਹੋ ਸਕਦਾ ਹੈ, ਚਾਹ ਦੀ ਦੁਕਾਨ ਵਾਲਾ ਵੀ ਸੰਤ ਹੋ ਸਕਦਾ ਹੈ, ਢਾਬੇ ਵਾਲਾ ਵੀ ਸੰਤ ਹੋ ਸਕਦਾ ਹੈ, ਸਾਰੀ ਦਿਹਾੜੀ ਸਾਡੇ ਘਰ ਇੱਟਾਂ ਲਾਉਣ ਵਾਲਾ ਮਿਸਤਰੀ ਪਿੱਛੇ ਮਜ਼ਦੂਰ ਵੀ ਸੰਤ ਹੋ ਸਕਦਾ, ਪਰ ਅਸੀਂ ਕਦੀ ਉਹਦੇ ਗਾੜੀ ਮੱਥਾ, ਹੁਣ ਬੋਲੋ, ਉਹਦੇ ਗਾੜੀ ਮੱਥਾ ਨਹੀਂ ਟੇਕਾਂਗੇ। ਹੁਣ ਦਿਹਾੜੀਦਾਰ ਬੰਦਾ ਕਈ ਵਾਰੀ ਜ਼ਿੰਦਗੀ 'ਚ ਕਦੀ ਬੇਈਮਾਨੀ ਨਹੀਂ ਕਰਦਾ, ਸਗੋਂ ਉਹਦੇ ਆਪਾਂ ਪੈਸੇ ਥੋੜ੍ਹੇ ਬਹੁਤੇ ਕਦੀ ਕਦੀ, ਉੱਚੀ ਬੋਲੋ, ਹੁਣ ਉਹਨੇ ਤਾਂ ਹੱਕ ਦੀ ਮਾਰਿਆ ਨਹੀਂ ਕਿਸੇ ਦਾ, ਕਿਸੇ ਦਾ ਨੁਕਸਾਨ ਨਹੀਂ ਕੀਤਾ, ਕਿਸੇ ਦਾ ਉਹਨੇ ਨੁਕਸਾਨ ਨਹੀਂ ਕੀਤਾ, ਕੋਈ ਮਾੜਾ ਕੰਮ ਨਹੀਂ ਕੀਤਾ, ਪਰ ਉਹਨੂੰ ਕੋਈ ਸਾਧ ਕਹਿੰਦਾ ਹੀ ਨਹੀਂ ਵਿਚਾਰੇ ਨੂੰ, ਕਿਉਂ ਭਲਾ? ਕਿਉਂਕਿ ਉਹਦੇ ਕੱਪੜੇ ਉਹੋ ਜਿਹੇ ਨਹੀਂ, ਉਹਦਾ ਪਹਿਰਾਵਾ ਉਹੋ ਜਿਹਾ ਨਹੀਂ। ਵੇਖੋ ਕੱਪੜੇ 'ਚ ਕਿੱਡੀ ਵੱਡੀ ਪਾਵਰ ਹੈ। ਮੈਂ ਇੱਕ ਬੰਗਲਾ ਸਾਹਿਬ ਤੋਂ ਕਥਾ ਕਰਦਿਆਂ ਗੱਲ ਕਹੀ ਸੀ ਵੀ ਉਹ ਕੱਪੜਾ,
ਉਸੇ ਕੱਪੜੇ ਦਾ ਪੈਂਟ ਕੋਟ ਬਣਾ ਦਿਓ ਅਤੇ ਆਪਾਂ ਕੀ ਕਹਿਣਾ ਹੈ? ਇਹ ਪੜ੍ਹਿਆ ਲਿਖਿਆ ਬੰਦਾ ਹੈ ਬਈ, ਇੱਦਾਂ ਇਹ ਲੱਗਦਾ ਕੋਈ ਮੁਲਾਜ਼ਮ ਹੈ, ਕੋਈ ਟੀਚਰ ਲੱਗਦਾ, ਕੋਈ ਬੈਂਕ ਜੋਬ ਕਰਨ ਵਾਲਾ ਲੱਗਦਾ, ਠੀਕ ਹੈ। ਉਸੇ ਕੱਪੜੇ ਦਾ ਲੰਮਾ ਜਿਹਾ ਚੋਲਾ ਪਾ ਦਿਓ ਜਿਹੜਾ ਪਿੰਨੀਆਂ ਤੱਕ ਲਮਕਦਾ ਹੋਵੇ, ਅਤੇ ਹੱਥ ਵਿੱਚ ਤੀਰ ਫੜਾ ਦਿਓ, ਅਤੇ ਕੀ ਕਹਿਣਾ ਭਲਾ ਸਾਡਿਆਂ ਨੇ? ਅੱਛਾ, ਬੰਦਾ ਉਹੀ ਸੀ ਨਾ, ਕੱਪੜੇ ਨੇ ਉਹਨੂੰ ਬਾਬਾ ਬਣਾ ਤਾ। ਹੁਣ ਉਹਨੂੰ ਮੈਂ ਇੱਕ ਬੇਨਤੀ ਕਰਦਾ, ਜਿਹੜੇ ਵੀ ਬਾਬੇ ਨੂੰ ਤੁਸੀਂ ਕਹਿੰਦੇ ਪੁੱਗਿਆ ਹੋਇਆ, ਉਹਨੂੰ ਕਹੋ ਬਾਬਾ ਜੀ ਪੈਂਟ ਕਮੀਜ਼ ਪਵਾ ਕੇ ਮੇਰੇ ਨਾਲ ਬੱਸ 'ਚ ਬਹਿ ਜਾਓ, ਆਪਾਂ ਗੋਇੰਦਵਾਲ ਤੋਂ ਬਹਿਣਾ ਹੈ ਅਤੇ ਲੁਧਿਆਣੇ ਤੱਕ ਜਾਣਾ ਹੈ, ਕਨੈਕਟਰ ਨੇ ਵੀ ਟਿਕਟ ਮੰਗ ਲਿਆ, ਵੀ ਟਿਕਟ ਕੱਢ। ਉਹ ਬੋਲੋ ਪਿਆਰੇ, ਉਹਨੇ ਵੀ ਟਿਕਟ ਮੰਗ ਲੈਣੀ ਹੈ, ਪਰ ਜੇ ਚੋਲਾ ਹੋਇਆ ਤਾਂ ਉਹਦਾ ਡਰਾਈਵਰ ਬੱਸ ਛੱਡ ਕੇ ਮੱਥਾ ਟੇਕਣ ਲੱਗ ਪਏ। ਬੰਦਾ ਤਾਂ ਉਹੀ ਸੀ ਨਾ, ਬੰਦਾ ਤਾਂ ਉਹੀ ਸੀ। ਇਹਦਾ ਮਤਲਬ ਵਰਦੀ ਅਤੇ ਬਾਣੀ ਵਿੱਚ ਪਤਾ ਕੀ ਆਖਿਆ? ਮਾਥੇ ਤਿਲਕ ਹੱਥ ਮਾਲਾ, ਤੀਜਾ ਬਾਨਾ, ਬਾਨਾ ਮੀਨਿੰਗ ਵਰਦੀ, ਡਰੈਸ। ਮੱਥੇ 'ਤੇ ਤਿਲਕ ਵੀ ਬਾਹਰੋਂ ਦਿਸਦਾ ਹੈ, ਹੱਥ ਵਿੱਚ ਮਾਲਾ ਵੀ ਬਾਹਰੋਂ ਦਿਸਦੀ ਹੈ, ਅਤੇ ਵਰਦੀ ਵੀ ਬਾਹਰੋਂ। ਇਹ ਤਿੰਨੇ ਚੀਜ਼ਾਂ ਬਾਹਰੋਂ ਦਿਸਦੀਆਂ ਨੇ। ਤਾਂ ਹੀ ਤੁਸੀਂ ਵੇਖਿਆ ਨਾ, ਭਾਵੇਂ ਬੰਦਾ ਦੁੱਧ 'ਚ ਮਿਲਾਵਟ ਕਰਕੇ ਵੇਚਦਾ ਹੋਵੇ, ਭਾਵੇਂ ਬੇਈਮਾਨੀ ਕਰਦਾ ਹੋਵੇ, ਮਾਲਾ ਇੱਦਾਂ ਉਹਨੇ ਦੋਹਰੀ ਤੇਰੀ ਪਾਈ ਹੁੰਦੀ ਹੈ। ਇੱਦਾਂ ਮਾਲਾ ਦਾ ਗੁਰਮਤਿ ਵਿੱਚ ਕੋਈ ਥਾਂ ਨਹੀਂ ਜੀ, ਧਿਆਨ ਨਾਲ ਸੁਣਿਓ, ਸਵਾਲ ਕਰ ਸਕਦੇ ਹੋ ਤੁਹਾਡੇ ਵਿੱਚੋਂ ਜੇ ਕਿਸੇ ਨੇ ਪੁੱਛਣਾ ਹੋਵੇ, ਜਾਣ ਲੱਗਿਆਂ। ਮਾਲਾ ਫੇਰਨ ਵਾਲੇ ਨੂੰ ਸਤਿਗੁਰ ਦੀ ਬਾਣੀ ਪਖੰਡੀ ਕਹਿੰਦੀ ਹੈ, ਸਿੱਧੀ ਜੀ ਗੱਲ। ਕਬੀਰ ਜਪਨੀ ਕਾਠ ਕੀ, ਸੁਣਿਓ, ਕਬੀਰ ਜਪਨੀ ਕਾਠ ਕੀ, ਜਪਣੀ ਮਾਲਾ ਕਾਠ ਕੀ ਲੱਕੜ ਦੀ, ਕਿਆ ਦਿਖਲਾਵੇ ਲੋਏ, ਕੀ ਲੋਕਾਂ ਨੂੰ ਵਿਖਾਉਂਦਾ ਫਿਰਦਾ ਵੀ ਮੇਰੇ ਵਰਗਾ ਭਗਤ ਕੋਈ ਨਹੀਂ। ਅੱਛਾ, ਕਿੰਨਿਆਂ ਦਾ ਹੱਕ ਮਾਰਿਆ ਕਦੀ ਉਹ ਲਿਖਿਆ ਆਪਣਾ, ਇੱਦਾਂ ਬੰਦੇ ਨੇ ਲਿਖ ਕੇ ਸਲਿੱਪ ਲਾਈ ਹੋਵੇ ਕਿ ਅੱਜ ਮੈਂ ਇੰਨਿਆਂ ਬੰਦਿਆਂ ਨਾਲ ਬੇਈਮਾਨੀ ਕੀਤੀ ਹੈ, ਮੈਂ ਆਪਣੇ ਲੜਕੇ ਦੇ ਵਿਆਹ 'ਤੇ ਮੰਗ ਕੇ ਦਾਜ ਲਿਆ ਹੈ, ਇੱਦਾਂ ਸਲਿੱਪ ਲਾ ਆਪਣੇ ਮੋਢੇ 'ਤੇ, ਇੱਦਾਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਇਹ ਬਹੁਤ ਵੱਡਾ ਲਾਲਚੀ ਹੈ, ਇਹਨੇ ਆਪਣੇ ਲੜਕੇ ਦੇ ਵਿਆਹ 'ਤੇ ਆਪਣੀ ਨੂੰਹ ਦੇ ਪੇਕਿਆਂ ਤੋਂ ਮਿਲਣੀ ਵੇਲੇ ਮੰਗ ਕੇ ਕੜਾ ਪਵਾਇਆ ਸੀ, ਆਖੋ ਸਤਨਾਮ। ਇਹ ਵੱਡਾ ਅਫਸਰ ਹੈ, ਕੰਮ ਰਿਸ਼ਵਤ ਤੋਂ ਬਿਨਾਂ ਕਰਦਾ ਨਹੀਂ, ਇੱਦਾਂ ਲਿਖ ਕੇ ਲਾ, ਮੈਂ ਇੰਨਿਆਂ ਮਜ਼ਦੂਰਾਂ ਦਾ ਹੱਕ ਮਾਰ ਲਿਆ, ਮੈਂ ਲੀਡਰ ਬਣ ਕੇ ਇੰਨੀ ਪਬਲਿਕ ਦਾ ਹੱਕ ਖਾ ਗਿਆ ਹਾਂ, ਲਿਖ ਕੇ ਲਾ ਇੱਦਾਂ ਸਲਿੱਪ ਆਪਣੇ 'ਤੇ। ਤੂੰ ਕਿੰਨਿਆਂ ਦਾ ਨੁਕਸਾਨ ਕੀਤਾ, ਇਹ ਤਾਂ ਮੰਨਣ ਨੂੰ ਤਿਆਰ ਨਹੀਂ। ਮਾੜਾ ਜਿਹਾ ਰਾਮ ਰਾਮ ਕਰ ਲੈਂਦਾ ਅਤੇ ਹੱਥ ਵਿੱਚ ਮਾਲਾ ਪਾ ਕੇ ਲੋਕਾਂ ਨੂੰ ਦੱਸਦਾ ਫਿਰਦਾ ਮੇਰੇ ਵਰਗਾ ਭਗਤ ਕੋਈ ਨਹੀਂ। ਅੱਛਾ, ਧਿਆਨ ਨਾਲ ਸੁਣਿਓ ਜੀ, ਕਮਾਇਆ ਧਰਮ ਵੀ ਜਾਂਦਾ ਹੈ ਅਤੇ ਕਮਾਏ ਪਾਪ ਵੀ ਜਾਂਦੇ ਨੇ, ਦੋਵਾਂ ਦਾ ਸੰਬੰਧ ਕਮਾਈ ਨਾਲ ਹੈ। ਧਰਮ ਕਮਾਉਂਦਾ ਨਹੀਂ ਪਰ ਲੋਕਾਂ ਤੋਂ ਆਸ ਲਾਉਂਦਾ ਮੈਨੂੰ ਲੋਕ ਧਰਮੀ। ਵੱਡੇ ਵੱਡੇ ਸਮਗਲਰ ਬੰਦੇ, ਨਸ਼ਿਆਂ ਦੀ ਤਸਕਰੀ ਕਰਨ ਵਾਲੇ ਬੰਦੇ ਵੀ ਆਸ ਲਾਉਂਦੇ ਆ, ਅਸੀਂ ਗੁਰਦੁਆਰੇ ਲੱਖ ਦੋ ਲੱਖ ਦੇਈਏ ਅਤੇ ਅਰਦਾਸੀਆ ਕਵੇ ਡਰ ਕਰਦੇ ਪ੍ਰੀਤਵਾਨ। ਵੱਡੀ ਤੋਂ ਵੱਡੀ ਬੇਈਮਾਨੀ ਕਰਨ ਵਾਲੇ ਘਪਲੇ ਬਾਜ ਬੰਦੇ, ਮਲਕ ਭਾਗੂ ਕੀ ਕਰਦਾ ਸੀ ਭਲਾ? ਲੋਕਾਂ ਦੀਆਂ ਜ਼ਮੀਨਾਂ ਨੱਪਦਾ ਸੀ, ਹੜੱਪ ਕਰਦਾ ਸੀ, ਧੱਕਾ ਕਰਦਾ ਸੀ। ਉਹਦੇ ਘਰ ਵੱਡੇ ਵੱਡੇ ਪੁੱਗੇ ਹੋਏ ਬਾਬੇ ਜਾਂਦੇ ਸਨ, ਸਾਧੂ ਜਾਂਦੇ ਸੀ, ਪਰ ਬਾਬੇ ਨੇ ਪਛਾਣਿਆ ਉਹਨੂੰ, ਤੇਰੀ ਰੋਟੀ ਆਪਣੀ ਨਹੀਂ ਹੈ, ਤੇਰੀ ਰੋਟੀ ਵਿੱਚ ਗਰੀਬਾਂ ਦਾ
ਕੀ ਹੈ ਜੀ? ਖੂਨ ਹੈ। ਤੇਰੀ ਇਹ ਰੋਟੀ ਆਪਣੀ ਨਹੀਂ ਹੈ, ਤੇਰੀ ਰੋਟੀ ਆਪਣੀ ਨਹੀਂ। ਗੁਰੂ ਪੰਜਵੇਂ ਪਾਤਸ਼ਾਹ ਵੇਲੇ ਇੱਕ ਸਿੱਖ ਦਾ ਨਾਂ ਆਉਂਦਾ ਹੈ ਰਾਮ ਕ੍ਰਿਸ਼ਨ। ਰਾਮ ਕਿਉਂਕਿ ਉਸ ਵੇਲੇ ਸਿੰਘ ਲਾਉਣ ਦੀ ਅਜੇ ਰਵਾਇਤ ਨਹੀਂ ਸੀ। ਰਾਮ ਕ੍ਰਿਸ਼ਨ ਇੱਕ ਸਿੱਖ ਦਾ ਨਾਂ ਆਉਂਦਾ ਹੈ। ਜਿਸ ਪਿੰਡ ਵਿੱਚ ਰਹਿੰਦਾ ਉਹ ਪਿੰਡ ਦੇ ਬਾਹਰ ਵਾਰ ਨਾ ਉਹਨੇ ਆਪਣਾ ਇੱਕ ਜਗ੍ਹਾ ਬਣਾਈ ਹੋਈ ਹੈ, ਇਲਾਕੇ ਦੇ ਸਟੂਡੈਂਟਾਂ ਨੂੰ ਵਿਦਿਆਰਥੀਆਂ ਨੂੰ ਬਾਣੀ ਦੀ ਸੰਥਿਆ ਦਿੰਦਾ ਹੈ। ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਉਹਦੇ ਪਿੰਡ ਵਿੱਚ ਇੱਕ ਬਹੁਤ ਵੱਡਾ ਸ਼ਾਹੂਕਾਰ ਬੰਦਾ ਰਹਿੰਦਾ ਸੀ, ਬਹੁਤ ਵੱਡਾ ਸ਼ਾਹੂਕਾਰ ਉਸ ਪਿੰਡ ਵਿੱਚ। ਉਸ ਪਿੰਡ ਵਿੱਚ ਗਰੀਬ ਬੰਦਾ ਰਹਿੰਦਾ ਸੀ ਜਿਸ ਨੇ ਸ਼ਾਹੂਕਾਰ ਕੋਲੋਂ ਆਪਣੀ ਪਤਨੀ ਦੀ ਬਿਮਾਰੀ ਵਾਸਤੇ ਕੁਝ ਪੈਸੇ ਲਏ ਸੀ ਵਿਆਜੀ। ਮੈਂ ਪਤਨੀ ਠੀਕ ਹੋ ਜਾਏਗੀ, ਮੈਂ ਵਿਆਜ ਸਮੇਤ ਤੇਰੇ ਪੈਸੇ ਵਾਪਸ ਕਰ ਦੇਵਾਂਗਾ। ਸਮੇਂ ਦੀ ਨਿਜਾਗਤ ਨੂੰ ਵੇਖਦਿਆਂ ਉਹਦੀ ਪਤਨੀ ਚੜ੍ਹਾਈ ਕਰ ਗਈ। ਜਿੰਨੇ ਉਹਨੇ ਪੈਸੇ ਲਏ ਸੀ ਉਹ ਪੈਸੇ ਉਹਦੇ ਕੋਲ ਮੁੜੇ ਨਾ ਗਏ, ਪੈਸੇ ਦੀ ਰਕਮ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ। ਉਹ ਦੋ ਚਾਰ ਵਾਰ ਸ਼ਾਹੂਕਾਰ ਦੇ ਕੋਲ ਵੀ ਗਿਆ ਵੀ ਮੈਂ ਗਰੀਬ ਬੰਦਾ ਜੀ, ਤੁਸੀਂ ਮੇਰੇ ਕੋਲੋਂ ਇੱਦਾਂ ਲਓ, ਜਿੰਨਾ ਮੂਲ ਬਣਦਾ ਸੀ ਉਹ ਲੈ ਲਓ, ਮੈਂ ਵਿਆਜ ਹੁਣ ਨਹੀਂ ਦੇ ਸਕਦਾ। ਪਰ ਉਹ ਆਕੜ ਗਿਆ, ਕਹਿੰਦਾ ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਸਮਾਂ ਪਿਆ, ਉਸੇ ਸ਼ਾਹੂਕਾਰ ਨੇ ਨਾ ਭਾਈ ਰਾਮ ਕ੍ਰਿਸ਼ਨ ਜੀ ਨੂੰ ਆਪਣੇ ਘਰ ਰੋਟੀ ਵਾਸਤੇ ਬੁਲਾਇਆ। ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਜਿਵੇਂ ਆਪਣੇ ਸਾਡੇ ਆਮ ਰਿਵਾਜ ਹੁੰਦਾ ਜੀ, ਪੰਜ ਪਿਆਰੇ ਘਰ ਸੱਦੋ, ਬਾਬਾ ਜੀ ਸਾਡੇ ਘਰ ਚਰਨ ਪਾਉਣ, ਬਾਬਾ ਜੀ ਸਾਡੇ ਘਰ ਪ੍ਰਸ਼ਾਦ ਛਕਣ, ਇੱਦਾਂ ਹੁੰਦਾ ਨਾ ਸਾਡੇ ਆਮ ਰਿਵਾਜ। ਜਿਵੇਂ ਹਿੰਦੂ ਹੋਏਗਾ ਤਾਂ ਪੰਡਿਤ ਜੀ ਨੂੰ ਸੱਦਣਗੇ, ਸਿੱਖ ਹੋਣਗੇ ਤਾਂ ਕਿਹਨੂੰ ਸੱਦਣਗੇ ਭਲਾ? ਅਤੇ ਜੇ ਕਿਤੇ ਭਾਪਾ ਜੀ ਦਾ ਸ਼ਰਾਧ ਕਰਾਉਣਾ ਹੋਵੇ ਤਾਂ ਫਿਰ ਪੰਜ ਪਿਆਰੇ ਲੱਭ ਕੇ ਲਿਆਉਣਗੇ ਵੀ ਭਾਪਾ ਜੀ ਉਹ ਖੀਰ ਖਾਓ, ਭਾਈ ਸਾਹਿਬ ਜੀ ਤੁਸੀਂ ਆਹ ਵੀ ਚੀਜ਼ ਖਾਓ ਜੀ। ਕਿਉਂ ਜੀ? ਵੀ ਤੁਸੀਂ ਖਾਓਗੇ ਤਾਂ ਸਮਾਨ ਸਾਡੇ ਭਾਪਾ ਜੀ ਨੂੰ ਪਹੁੰਚ ਜਾਏਗਾ, ਜਿਹਨੂੰ ਸ਼ਰਾਧ ਕਹਿੰਦੇ ਅਸੀਂ। ਰਾਮ ਕ੍ਰਿਸ਼ਨ ਜੀ ਨੂੰ ਉਹਨੇ ਘਰ ਬੁਲਾਇਆ। ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਅਤੇ ਰਾਮ ਕ੍ਰਿਸ਼ਨ ਜੀ ਦੇ ਕੋਲ ਉਹ ਗਰੀਬ ਪਹਿਲਾਂ ਬੰਦਾ ਆਪਣਾ ਦੁੱਖੜਾ ਦੱਸ ਚੁੱਕਾ ਸੀ, ਆਪਣੀ ਵੇਦਨਾ ਦੱਸ ਚੁੱਕਾ ਸੀ ਜੀ, ਵੀ ਮੈਂ ਆਪਣੀ ਪਤਨੀ ਦੀ ਬਿਮਾਰੀ ਵਾਸਤੇ ਪੈਸੇ ਲਏ ਸੀ, ਉਹ ਰਕਮ ਵੱਧਦਿਆਂ ਵੱਧਦਿਆਂ ਜ਼ਿਆਦਾ ਹੋ ਗਈ। ਜਿਹੜੇ ਸ਼ਾਹੂਕਾਰ ਦੇ ਘਰ ਤੁਸੀਂ ਅੱਜ ਪ੍ਰਸ਼ਾਦ ਪਾਣੀ ਛਕਣ ਜਾਣਾ ਹੈ ਨਾ, ਮੈਂ ਉਹਦੀ ਇੰਨੀ ਰਕਮ ਦੇਣੀ ਹੈ। ਕਹਿੰਦਾ ਕੋਈ ਗੱਲ ਨਹੀਂ, ਜਦੋਂ ਅਸੀਂ ਪ੍ਰਸ਼ਾਦ ਛਕਣ ਜਾਣਾ ਤੂੰ ਸਾਡੇ ਨਾਲ ਚੱਲੀ, ਤੂੰ ਸਾਡੇ ਬੋਲੋ ਉਹਨੂੰ ਨਾਲ ਲੈ ਗਏ। ਉਹਨਾਂ ਦੇ ਅੱਗੇ ਜਿੱਦਾਂ ਜਦੋਂ ਸਮਾਨ ਪਕਵਾਨ ਰੱਖਿਆ ਖਾਣ ਲਈ, ਛਕੋ ਜੀ। ਅਤੇ ਰਾਮ ਕ੍ਰਿਸ਼ਨ ਜੀ ਬਹੁਤ ਸਿਆਣੇ ਸਨ, ਗੁਰੂ ਪੰਜਵੇਂ ਪਾਤਸ਼ਾਹ ਵੇਲੇ ਦੇ ਸਿੱਖ ਹੋਏ ਨੇ। ਉਹ ਕਹਿੰਦੇ ਠੀਕ, ਇਹੋ ਜਿਹੀਆਂ ਸਾਖੀਆਂ ਮੈਨੂੰ ਨਹੀਂ ਲੱਗਦਾ ਵੀ ਇਹ ਸਾਖੀ ਤੁਸੀਂ ਕਦੀ ਸੁਣੀ ਹੋਵੇ, ਕਿਉਂਕਿ ਇੱਦਾਂ ਦੀਆਂ ਸਾਖੀਆਂ ਸਾਡੇ ਤੱਕ ਪਹੁੰਚਾਈਆਂ ਨਹੀਂ ਗਈਆਂ, ਕਿਉਂਕਿ ਅਜੋਕੇ ਬੰਦਿਆਂ 'ਤੇ ਬਹੁਤ ਇਹ ਸਾਖੀਆਂ ਚੋਟ ਕਰਦੀਆਂ ਨੇ। ਭਾਈ ਰਾਮ ਕ੍ਰਿਸ਼ਨ ਜੀ ਇੱਦਾਂ ਬੈਠ ਗਏ ਅਤੇ ਪ੍ਰਸ਼ਾਦ ਉਹਨਾਂ ਦੇ ਸਾਰੇ ਪਰਿਵਾਰ ਨੇ ਲਿਆ ਕੇ ਰੱਖਤਾ ਵੀ ਛਕੋ ਜੀ। ਕਹਿੰਦੇ ਛਕਦੇ ਹਾਂ, ਇੱਕ ਮਿੰਟ ਸ਼ਾਹੂਕਾਰ ਜੀ ਆਪਣਾ ਪਰਿਵਾਰ ਬੁਲਾ ਲਓ। ਉਹਨਾਂ ਪਰਿਵਾਰ ਬੁਲਾ ਲਿਆ ਆਪਣਾ, ਇੱਦਾਂ ਬੜੇ ਪਿਆਰ ਨਾਲ। ਇਸ ਬੰਦੇ ਨੂੰ ਪਛਾਣਦੇ ਜੀ? ਉਸ ਬੰਦੇ ਵੱਲ ਇਸ਼ਾਰਾ ਕੀਤਾ, ਇਸ ਬੰਦੇ ਨੂੰ ਤੁਸੀਂ ਪਛਾਣਦੇ ਜੀ? ਚੇਤਾ ਤਾਂ ਹੁੰਦਾ ਹੀ ਸੀ ਉਹਨੂੰ ਵੀ, ਜਦੋਂ ਕੋਲ ਲੈਣੇ ਹੋਣ, ਜਿਹਨੂੰ ਜਿਹਦੇ ਦੇਣੇ ਹੋਣ, ਕਈ ਵਾਰੀ ਉਹ ਦੁਕਾਨ ਭੁੱਲ ਜਾਈਦੀ ਹੈ, ਪਰ ਜਿਹਦੇ ਕੋਲੋਂ ਲੈਣੇ ਹੋਣ ਉਹ ਬੰਦੇ ਦੇ ਨਾਂ ਪਤਾ ਸਾਨੂੰ ਸਾਰਾ ਯਾਦ ਹੁੰਦਾ। ਕਈ ਵਾਰੀ ਅਗਲਾ ਚੇਤਾ ਕਰਾਉਂਦਾ, ਤੂੰ ਮੇਰੇ ਕੋਲ ਇੰਨੇ ਚਿਰ ਪਹਿਲਾਂ ਪੈਸੇ ਲਏ ਸੀ, ਪਰ ਜਿਹਦੇ ਕੋਲ ਲੈਣੇ ਹੋਣ ਨਾ ਉਹ ਨਹੀਂ ਭੁੱਲਦਾ, ਜਿਹਦੇ ਦੇਣੇ ਹੋਣ। ਕਈ ਵਾਰੀ ਕਈ ਬੰਦੇ ਹੁੰਦੇ ਨੇ, ਉਹ ਸਾਰਿਆਂ 'ਤੇ ਗੱਲਾਂ ਟੁੱਕਦੀਆਂ ਨੇ, ਪਰ ਜਿੱਥੇ ਟੁੱਕਦੀਆਂ ਉੱਥੇ ਟਕਾਇਓ ਜ਼ਰੂਰ, ਕਿਉਂਕਿ ਕਈ ਵਾਰੀ ਟੁੱਕ ਜਾਂਦੇ ਨੇ। ਕਈ ਬੰਦੇ ਇੱਕ ਵਾਰੀ ਦੁਕਾਨ ਤੋਂ ਸਮਾਨ ਲੈ ਆਉਂਦੇ ਨੇ, ਮੁੜ ਕੇ ਉਸ ਰਾਹ ਜਾਂਦੇ ਨੇ। ਉੱਦਾਂ ਗੁਰਦੁਆਰੇ ਆਣ ਕੇ ਇਕੱਲੀ ਇਕੱਲੀ ਪੌੜੀ ਦੇਖਣਗੇ, ਸਤਨਾਮ ਸਤਨਾਮ ਸਤਨਾਮ, ਇੱਦਾਂ ਗੁਰਦੁਆਰੇ ਆਣ ਕੇ ਪੂਰਾ ਧਰਮੀ।
ਅਸਲੀ ਧਰਮੀ ਉਹ ਹੈ ਜਿਹਦਾ ਵਿਹਾਰ ਦੁਨੀਆਂ 'ਤੇ ਵਧੀਆ। ਜੇ ਤੇਰਾ ਵਿਹਾਰ ਚੰਗਾ ਨਹੀਂ ਨਾ, ਤੂੰ ਭਾਵੇਂ ਮਾਲਾ ਪਾਈ ਫਿਰ, ਜਿੰਨਾ ਮਰਜ਼ੀ ਆਪਣੇ ਆਪ ਨੂੰ ਧਰਮੀ ਅਖਵਾਈ ਜਾ, ਤੂੰ ਨੌਟੰਕੀ ਬਾਜ਼ ਹੈ, ਨਾਟਕ ਹੈ, ਬਸ ਹੋਰ ਕੁਝ ਨਹੀਂ। ਇਹੋ ਸਤਿਗੁਰੂ ਜੀ ਕਹਿੰਦੇ ਨੇ। ਰਾਮਕ੍ਰਿਸ਼ਨ ਜੀ ਕਹਿਣ ਲੱਗੇ, ਸ਼ਾਹੂਕਾਰ ਜੀ, ਬੰਦੇ ਨੂੰ ਪਛਾਣਿਆ? ਕਹਿੰਦੇ ਹਾਂਜੀ, ਆਪਣੇ ਪਿੰਡ ਦਾ ਹੀ ਹੈ। ਨਹੀਂ, ਪਿੰਡ ਦਾ ਤਾਂ ਹੈ, ਕੋਈ ਹੋਰ ਸਾਂਝ ਹੈ ਇਹਦੇ ਨਾਲ? ਅਗਲੀ ਗੱਲ ਪੁੱਛੀ ਸੀ, ਕਹਿੰਦੇ ਹੋਰ ਕੋਈ ਸਾਂਝ ਹੈ? ਕਹਿੰਦੇ ਹਾਂਜੀ, ਇਹਨੇ ਆਪਣੀ ਪਤਨੀ ਦੀ ਬਿਮਾਰੀ ਵਾਸਤੇ ਮੇਰੇ ਕੋਲੋਂ ਕੁਝ ਪੈਸੇ ਲਏ ਸੀ। ਫਿਰ ਅਗਲੀ ਗੱਲ ਪੁੱਛੀ ਰਾਮਕ੍ਰਿਸ਼ਨ ਜੀ ਨੇ, ਫਿਰ? ਕਹਿੰਦੇ ਜੀ, ਇਹਦੀ ਪਤਨੀ ਚੜ੍ਹਾਈ ਕਰ ਗਈ ਹੈ। ਕਹਿੰਦੇ ਫਿਰ? ਅਤੇ ਪੈਸੇ ਇਹਨੇ ਅਜੇ ਮੇਰੇ ਵਾਪਸ ਕੀਤੇ ਨਹੀਂ। ਉਹਨੂੰ ਪੁੱਛਿਆ, ਜੀ ਕਿਉਂ ਭਾਈ? ਕਹਿੰਦਾ ਜੀ, ਮੈਂ 4-5 ਵਾਰੀ ਵਿਆਜ ਦੇ ਚੁੱਕਾ, ਪਰ ਵਿਆਜ ਹੈ ਜ਼ਿਆਦਾ ਹੋਣ ਕਰਕੇ ਮੇਰੇ ਕੋਲ ਅਜੇ ਮੋੜੇ ਨਹੀਂ ਗਏ। ਮੈਂ ਕਿਹਾ ਸੀ ਮੇਰੇ ਕੋਲੋਂ ਮੂਲ ਲੈ ਲਓ, ਜਿੰਨਾ ਤੁਸੀਂ ਦਿੱਤਾ ਸੀ, ਮੇਰਾ ਵਿਆਜ ਛੱਡ ਦਿਓ, ਨਹੀਂ ਤਾਂ ਇਹ ਮੇਰੇ 'ਤੇ ਚੜ੍ਹਦਾ ਜਾਣਾ, ਮੈਂ ਗਰੀਬ ਸਾਰੀ ਜ਼ਿੰਦਗੀ ਨਹੀਂ ਇਹ ਰਕਮ ਲਾ ਸਕਦਾ। ਰਾਮਕ੍ਰਿਸ਼ਨ ਜੀ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦਾ ਜਿੰਨਾ ਤੂੰ ਸਾਨੂੰ ਖਵਾਉਣ 'ਤੇ ਖਰਚਾ ਕੀਤਾ ਇਹਨਾਂ, ਇਹ ਤੋਂ ਅੱਧੇ ਦੇ ਨਾਲ ਇਹਦਾ ਮੂਲ ਵਾਪਸ ਹੋ ਸਕਦਾ ਸੀ। ਤੂੰ ਜਿੰਨਾ ਸਾਨੂੰ ਖਵਾਉਣ 'ਤੇ ਖਰਚਾ ਕੀਤਾ, ਸਾਨੂੰ ਨਾ ਖਵਾਉਂਦਾ, ਇੱਦਾਂ ਹਿੰਮਤ ਜੀ ਕਰਦਾ ਵੀ ਚੱਲ ਧਾਰਮਿਕ ਅਸਥਾਨ 'ਤੇ ਵੀ ਤਾਂ ਜਾ ਕੇ ਮੱਥਾ ਟੇਕਣਾ ਸੀ, ਤੂੰ ਵੀ ਤਾਂ ਮੇਰੇ ਪਰਿਵਾਰ ਵਰਗੇ ਹੈ, ਠੀਕ ਹੈ, ਚੱਲ ਕੋਈ ਗੱਲ ਨਹੀਂ, ਛੱਡ ਪਰਾਂ, ਕੋਈ ਗੱਲ ਨਹੀਂ ਲੈਂਦਾ ਤੇਰੇ ਕੋਲੋਂ ਮੈਂ, ਇੱਦਾਂ ਕਹਿ ਸਕਦਾ ਸੀ ਨਾ। ਰਾਮਕ੍ਰਿਸ਼ਨ ਜੀ ਕਹਿਣ ਲੱਗੇ ਵੀ ਅਸੀਂ ਤੇਰੇ ਘਰੋਂ ਪ੍ਰਸ਼ਾਦ ਨਹੀਂ ਛਕਣਾ, ਜਾਂ ਇਸ ਬੰਦੇ ਦਾ ਮੂਲ ਵਾਪਸ ਕਰ, ਜਿੰਨਾ ਤੇਰਾ ਬਣਦਾ ਹੱਕ ਸੀ ਉਹਨਾਂ ਲੈ ਲਾ, ਨਾਲੇ ਬੰਦਾ ਤਾਂ ਵੇਖਣਾ, ਗਰੀਬ ਬੰਦਾ ਹੈ ਵਿਚਾਰਾ, ਇਹ ਕਾਹਦੀ ਸੇਵਾ ਹੋਈ? ਗਰੀਬਾਂ ਦਾ ਖੂਨ ਚੋੜ ਕੇ ਅਤੇ ਬਾਬਿਆਂ ਦੇ ਅੱਗੇ ਲਿਆ ਕੇ ਪ੍ਰਸ਼ਾਦ ਪਾਣੀ ਰੱਖ ਦਿਓ, ਇਹ ਕਾਹਦੀ ਸੇਵਾ ਹੋਈ ਬਈ? ਪਰ ਰਾਮਕ੍ਰਿਸ਼ਨ ਵਰਗੇ ਬੰਦੇ ਅੱਜ ਲੱਭਣੇ ਸਮਾਜ ਵਿੱਚੋਂ? ਉੱਚੀ ਬੋਲੋ ਹੁਣ। ਮੰਨ ਲਓ ਇੱਕ ਬੰਦਾ ਬਹੁਤ ਵੱਡਾ 2 ਨੰਬਰ ਦੀ ਕਮਾਈ ਕਰਦਾ ਹੋਵੇ, ਵੱਡਾ ਸਮਗਲਰ ਹੋਵੇ, ਇੰਝ ਕਹਿ ਲਓ ਸਮਗਲਰ ਹੋਵੇ, ਸਮੈਕ ਦਾ ਧੰਦਾ ਕਰਦਾ ਹੋਵੇ, ਹੀਰੋਇਨ ਵੇਚਦਾ ਹੋਵੇ, ਸ਼ਰਾਬ ਦੀਆਂ ਫੈਕਟਰੀਆਂ ਹੋਣ, ਉਹਦੇ ਘਰ ਬਾਬਾ ਚਲਾ ਜਾਵੇ ਕੋਈ, ਮੈਂ ਆਪਣੀ ਗੱਲ ਕਰਾਂ, ਪ੍ਰਚਾਰਕ ਹੀ ਚਲਾ ਜਾਏ, ਲਾਇਓ ਸਾਹਿਬ, ਅਗਲਿਆਂ ਨੂੰ ਲਿਆ ਕੇ 1 ਲੱਖ ਦਾ ਚੈੱਕ, 5 ਲੱਖ ਦਾ ਚੈੱਕ ਰੱਖਿਆ, ਉਹਨਾਂ ਅਰਦਾਸ ਕਰਨੀ, ਮਹਾਰਾਜ ਇਹਨਾਂ ਨੂੰ ਦੇਣ ਦੁੱਗਣੀ। ਵੀ ਜਾਣੇ ਕਿ ਜਿਹੜੇ ਥੋੜ੍ਹੇ ਬਹੁਤੇ ਰਹਿ ਗਏ, ਜਿਹੜੇ ਅਕਾਲੀਆਂ ਵਾਲੇ ਰਹਿ ਗਏ ਉਹ ਕਾਂਗਰਸ ਵਾਲੇ ਮਰ ਜਾਣ, ਅਤੇ ਜਿਹੜੇ ਕਾਂਗਰਸ ਵਾਲੇ ਰਹਿ ਜਾਣੇ ਆ ਉਹ ਅਕਾਲੀ ਫੇ ਆ ਜਾਣੇ, ਫੇ ਮਰ ਜਾਣ, ਜਿਹੜੇ ਅਕਾਲੀਆਂ ਵਾਲੇ ਰਹਿ ਜਾਣੇ ਕਾਂਗਰਸ ਫੇ ਆ ਗਈ, ਫੇ ਮਰ ਜਾਣ, ਜਾਣੀ ਕਿ ਸਾਡਾ ਕੰਮ। ਰਾਮਕ੍ਰਿਸ਼ਨ ਜੀ ਕਹਿਣ ਲੱਗੇ, ਭਾਈ ਪ੍ਰਸ਼ਾਦ ਨਹੀਂ ਸਕਣਾ ਤੇਰੇ ਘਰ ਦਾ, ਆ ਗਰੀਬ ਦਾ ਚਿਹਰਾ ਵੇਖ, ਇਹਦੇ ਚਿਹਰੇ 'ਤੇ ਰੌਣਕ ਉੱਡੀ ਪਈ ਹੈ, ਤੇਰੇ ਘਰੋਂ ਅਸੀਂ ਚੰਗੇ ਚੰਗੇ ਪਕਵਾਨ ਖਾ ਕੇ ਇੱਦਾਂ ਗਲ 'ਚ ਪਾ ਕੇ ਕੱਪੜਾ ਅਰਦਾਸ ਕਰੀਏ ਵੀ ਇਹਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ, ਤਾਂ ਕਿ ਤੂੰ ਫੇਰ ਗਰੀਬਾਂ ਦਾ ਖੂਨ ਚੋੜੇ। ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਉਹ ਸ਼ਾਹੂਕਾਰ ਕਹਿੰਦਾ ਜੀ ਇਹ ਮੇਰਾ ਬਿਜ਼ਨਸ ਹੈ। ਕਹਿੰਦੇ ਜੇ ਤੇਰਾ ਬਿਜ਼ਨਸ ਹੈ ਤਾਂ ਅਸੀਂ ਤੇਰੇ ਘਰੋਂ ਪ੍ਰਸ਼ਾਦ ਨਹੀਂ ਛਕਣਾ। ਰਾਮਕ੍ਰਿਸ਼ਨ ਜੀ ਆਪਣੇ ਸਾਥੀਆਂ ਸਮੇਤ ਉੱਠ ਕੇ ਤੁਰ ਪਏ, ਉਦੋਂ ਉਹਨੂੰ ਵੀ ਫਤੂਰ ਚੜ੍ਹਿਆ ਸੀ, ਅਜੇ ਹੰਕਾਰ ਸਿਰ ਨੂੰ ਚੜ੍ਹਿਆ ਸੀ, ਕਹਿੰਦਾ ਕੋਈ ਗੱਲ ਨਹੀਂ ਚਲੇ ਜਾਓ, ਉਹ ਚਲੇ ਗਿਆ। ਭਾਈ ਰਾਮਕ੍ਰਿਸ਼ਨ ਜੀ ਗੁਰੂ 5ਵੇਂ ਪਾਤਸ਼ਾਹ ਵੇਲੇ ਦੇ ਸਿੱਖ ਉੱਠ ਕੇ ਤੁਰ ਪਏ, ਪਰ ਪਰਿਵਾਰ ਦੀ ਮਗਰੋਂ ਹਿੰਮਤ ਨਹੀਂ ਪਈ ਕਿ ਅਸੀਂ ਪ੍ਰਸ਼ਾਦਾ ਛਕ ਲਈਏ, ਰਾਤ ਸੌਂ ਨਹੀਂ ਪਾਈ। ਅਗਲੇ ਦਿਨ ਉੱਠ ਕੇ ਸ਼ਾਹੂਕਾਰ ਭਾਈ ਰਾਮਕ੍ਰਿਸ਼ਨ ਕੋਲ ਗਿਆ, ਕਹਿੰਦਾ ਜੀ ਰਾਤ ਦੇ ਵਿਲਕੀ ਜਾਂਦੇ ਹਾਂ ਸਾਰਾ ਟੱਬਰ, ਇੱਕ ਵਾਰ ਘਰ ਚਰਨ ਪਾਓ ਫਿਰ ਆਓ ਦੁਬਾਰਾ। ਕਹਿੰਦੇ ਆਵਾਂਗੇ ਇੱਕੋ ਸ਼ਰਤ 'ਤੇ, ਉਸੇ ਬੰਦੇ ਨੂੰ ਨਾਲ ਲੈ ਕੇ ਆਵਾਂਗੇ, ਮਨਜ਼ੂਰ ਹੈ? 5-5 ਬੋਰੀਆਂ ਖੰਡ ਦੀਆਂ
ਛਬੀਲ ਤੇ ਘੋਲ ਘੋਲ ਕੇ ਪਿਉਣ ਵਾਲਿਆ, ਜੇ ਕਿਸੇ ਗਰੀਬ ਕੋਲੋਂ 200-400 ਲੈਣਾ ਤੇ ਇੱਕ ਵਾਰੀ ਹਿੰਮਤ ਜੀ ਕਰਕੇ ਕਹਿੰਦੇ ਜਾ ਛੱਡਿਆ ਕੋਈ ਗੱਲ ਨਹੀਂ, ਛਬੀਲ ਲਾਈ ਨਾਲੋਂ ਵੱਡੀ ਗੱਲ ਹੋਏਗੀ ਤੇਰੇ ਵਾਸਤੇ। ਪਰ ਕਈ ਵਾਰੀ ਅਸੀਂ ਗਰੀਬਾਂ ਦਾ ਖੂਨ, ਵੱਡੇ ਵੱਡੇ ਅਹੁਦਿਆਂ ਤੇ ਬੈਠੇ ਬੰਦੇ, ਲੱਖ ਲੱਖ 70-70 ਹਜ਼ਾਰ ਦੀ ਸੈਲਰੀ ਲੈਣ ਵਾਲੇ 2-2 ਹਜ਼ਾਰ ਰੁਪਇਆ ਰਿਸ਼ਵਤ ਲੈਂਦੇ, ਕਈ ਵਾਰੀ ਫੜੇ ਜਾਂਦੇ ਨੇ। ਅਤੇ ਜਿਹੜਾ ਰਿਸ਼ਵਤ ਦੇ ਰਿਹਾ ਨਾ, ਕਈ ਵਾਰੀ 3%, 2% ਤੇ ਵਿਆਜੀ ਚੁੱਕ ਕੇ ਆਇਆ ਹੁੰਦਾ, ਉਹ ਬੰਦਾ ਗੁਰਦੁਆਰੇ ਮੱਥੇ ਟੇਕ ਰਿਹਾ ਹੁੰਦਾ, ਅਰਦਾਸ ਕਰ ਰਿਹਾ ਹੁੰਦਾ, ਇੱਦਾਂ ਘਿਓ ਦੀ ਜੋਤ ਉੱਤੇ ਹੱਥ ਫੇਰ ਕੇ ਮੂੰਹ 'ਤੇ ਲਾ, ਉਹ ਰੱਬ ਦੀਆਂ ਜੋਤਾਂ ਬੁਝਾਈ ਜਾਂਦਾ, ਕਿਹੜੀਆਂ ਘਿਓ ਦੀਆਂ ਜੋਤਾਂ 'ਤੇ ਹੱਥ ਫੇਰੀ ਜਾਂਦਾ ਬੰਦੇ? ਅਜੇ ਤੱਕ ਤੈਨੂੰ ਇਹ ਨਹੀਂ ਸਮਝ ਲੱਗੀ ਕਿ ਰੱਬ ਰਹਿੰਦਾ ਕਿੱਥੇ ਹੈ? ਜਿਹੜੀ ਅਸਲੀ ਭਗਤੀ ਸੱਚ ਜਾਣਿਓ, ਸ਼ਾਹੂਕਾਰ ਦੀਆਂ ਅੱਖਾਂ ਖੁੱਲੀਆਂ, ਉਹਨੇ ਆਖਿਆ ਠੀਕ ਹੈ ਭਾਈ, ਮੈਂ ਆਪਣੀ ਗਲਤੀ ਮੰਨਦਾ ਹਾਂ, ਮੈਂ ਇਸ ਬੰਦੇ ਨਾਲ ਧੱਕਾ ਕੀਤਾ ਹੈ, ਧੱਕਾ ਕੀਤਾ। ਵੇਖੋ ਕਈ ਵਾਰੀ ਤਾਂ ਇਹ ਹੁੰਦਾ ਨਾ, ਤੁਹਾਡੇ ਕੋਲੋਂ ਕੋਈ ਬੰਦਾ ਆਪਣੇ ਪੁੱਤਰ ਦੇ ਵਿਆਹ ਵਾਸਤੇ ਪੈਸੇ ਲੈਂਦਾ, ਉਹ ਤੁਹਾਨੂੰ ਪਤਾ ਕਿ ਉਹਨੇ ਸ਼ਰਾਬਾਂ 'ਤੇ ਰੋੜਨੇ ਨੇ, ਤੁਸੀਂ ਉੱਥੇ ਆਪਣਾ ਬਣਦਾ ਜੋ ਹੱਕ ਹੈ ਉਹ ਲੈਂਦੇ ਜੇ। ਪਰ ਕਈ ਵਾਰੀ ਕੋਈ ਗਰੀਬ ਬੰਦਾ ਆਉਂਦਾ ਤੁਹਾਡੇ ਕੋਲ, ਮੇਰਾ ਪੁੱਤ ਬਿਮਾਰ ਹੈ, ਮੇਰੀ ਘਰਵਾਲੀ ਬਿਮਾਰ ਹੈ, ਅਤੇ ਤੇਰੇ ਕੋਲ ਹੈਗੇ ਨੇ, ਦੇਣ ਲੱਗਿਆਂ ਇਹ ਜ਼ਰੂਰ ਸੋਚੀ ਤੇਰੇ ਦਰਵਾਜ਼ੇ 'ਤੇ ਪਤਾ ਕਿਉਂ ਆਇਆ ਹੈ, ਉਹਨੂੰ ਕੁਝ ਲੱਗਾ ਵੀ ਤੂੰ ਦੇ ਸਕਦਾ, ਹੋਰ ਕਿਸੇ ਦੇ ਦਰਵਾਜ਼ੇ 'ਤੇ ਕਿਉਂ ਨਹੀਂ ਚਲਾ ਗਿਆ? ਹੋਰ ਪਿੰਡ ਵਿੱਚ ਹੋਰ ਵੀ ਘਰ ਹੈਗੇ ਸੀ ਨਾ, ਤੇਰੇ ਦਰਵਾਜ਼ੇ 'ਤੇ ਕਿਉਂ ਆਇਆ? ਦਸਵੰਧ ਦੀ ਪ੍ਰਥਾ ਇੱਥੋਂ ਸ਼ੁਰੂ ਹੋਈ ਸੀ ਕਿ ਤੂੰ ਕਿਸੇ ਲੋੜਵੰਦ ਦੀ ਹੈਲਪ। ਸਿੱਖ ਕੌਮ ਦੇ ਕੋਲ ਪੈਸੇ ਦੀ ਕਮੀ ਨਹੀਂ, ਪੈਸਾ ਲਾਉਣ ਦਾ ਤਰੀਕਾ ਨਹੀਂ ਆ ਰਿਹਾ। ਰੁਮਾਲਾ 4,000 ਦਾ ਗੁਰੂ ਗ੍ਰੰਥ ਸਾਹਿਬ 'ਤੇ ਚੜ੍ਹਾ ਦੇਵਾਂਗੇ, ਪਰ ਕੋਈ ਗਰੀਬ ਆ ਜੇ ਨਾ ਜੀ ਸਕੂਲ ਦੀ ਵਰਦੀ ਲੈਣੀ ਪੁੱਤ ਵਾਸਤੇ, ਉਹ ਭਾਵੇਂ 500 ਦੀ ਆਵੇ, ਉਹ ਦੇਣ ਨੂੰ ਅਸੀਂ ਤਿਆਰ ਨਹੀਂ। ਰੁਮਾਲੇ ਭਾਵੇਂ ਬਾਅਦ ਵਿੱਚ ਅਗਨ ਪੇਟੀ, ਕਿੰਨੇ ਸਾਡੇ ਸਾਹਮਣੇ ਕੇਸ ਵਾਪਰੇ ਨੇ, ਲੱਖਾਂ ਦੇ ਰੁਮਾਲੇ ਬਾਅਦ ਵਿੱਚ ਅਗਨ ਭੇਟ ਕੀਤੇ ਜਾਂਦੇ ਨੇ। ਸਿੱਖ ਰਹਿਤ ਮਰਿਆਦਾ ਅੱਜ ਤੁਹਾਡੇ ਪਿੰਡ, ਮੇਰੇ ਖਿਆਲ 'ਚ ਸਾਰੇ ਪਿੰਡ ਵਿੱਚ ਹੀ ਉਹ ਨਾਨਸ਼ਾਹੀ ਕੈਲੰਡਰ, ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਵੀਰਾਂ ਨੇ ਵੰਡੀਆਂ ਨੇ। ਤੁਸੀਂ ਇਹੋ ਜਿਹੇ ਬੰਦੇ ਤਾਂ ਬਹੁਤ ਵੇਖੇ ਹੋਣਗੇ ਵੀ ਕਾਂਗਰਸੀ ਆਪਣੇ ਹੱਕ ਵਾਸਤੇ ਵੋਟਾਂ ਮੰਗਣ ਆਉਣ, ਅਕਾਲੀ ਆਪਣੇ ਲੀਡਰ ਵਾਸਤੇ ਵੋਟਾਂ ਮੰਗਣ ਆਉਣ, ਕੋਈ ਪੰਥ ਦਰਦੀ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਲੈ ਕੇ, ਉਹ ਵੀ ਬਿਨਾਂ ਕਾਮਨਾ ਤੋਂ ਵੀ ਮੈਨੂੰ ਕੁਝ ਚਾਹੀਦਾ ਨਹੀਂ। ਤੁਹਾਡੇ ਨੂੰ ਪਤਾ ਲੱਗ ਜਾਏ ਕਿ ਕੋਈ ਸਾਡੀ ਨੇਮ ਮਰਿਆਦਾ ਵੀ ਹੈ। ਤੁਹਾਡੇ ਸਾਰੇ ਪਿੰਡ ਦਾ ਮੇਰੇ ਖਿਆਲ 'ਚ ਟੂਰ ਲਾਇਆ ਇਹਨਾਂ ਵੀਰਾਂ ਨੇ, ਉਹਦਾ 12 ਸਟਾਰ ਲਾ ਕੇ ਬੈਠੇ ਨੇ, ਕਰ ਕਰ ਗਏ। ਕਿਉਂ ਪਿਆਰੇ ਹੋ, ਭੈਣਾਂ ਨੂੰ ਪਤਾ ਹੋਏਗਾ, ਗਏ ਨਾ ਜੀ। ਇਹੋ ਜਿਹੇ ਬੰਦੇ ਤੁਸੀਂ ਬਹੁਤ ਵੇਖੇ ਹੋਣਗੇ ਜਿਹੜੇ ਆਪਣੇ ਲੀਡਰ ਵਾਸਤੇ ਵੋਟਾਂ ਮੰਗਣ ਜਾਂਦੇ ਨੇ, ਪਰ ਇਹ ਆਪਣੇ ਲੀਡਰ ਵਾਸਤੇ ਵੋਟਾਂ ਮੰਗਣ ਲਈ ਸਿਰਫ ਕਹਿਣ ਗਏ ਨੇ ਭਾਈ ਮੈਗਜ਼ੀਨ ਲਵਾ ਲਓ ਗੁਰੂ ਦੀ। ਅਤੇ ਸਾਡੇ ਸਮਾਜ 'ਚ ਪਤਾ ਕੀ ਹੁੰਦਾ, ਜਿਹੜੀ ਚੀਜ਼ ਸਸਤੀ ਹੋਵੇ ਨਾ, ਹੁਣ ਜਿਹੜੀ ਗੋਭੀ ਮੁੱਲ ਲਿਆਂਦੀ ਹੋਵੇ ਨਾ ਬਾਜ਼ਾਰੋਂ, ਅਤੇ ਲਿਆਂਦੀ ਵੀ 20 ਰੁਪਈਏ ਕਿਲੋ ਹੋਵੇ, ਅਤੇ ਉਹ ਇੱਦਾਂ ਸੁੰਘ ਸੁੰਘ ਕੇ ਵੇਖੀ ਦੀ, ਖਰਾਬ ਮਾੜੀ ਜਿਹੀ ਲੱਗੀ ਨਾ, ਸਮਾਨ ਕਹਿੰਦੇ ਖਾ ਲਓ, ਕੁਝ ਨਹੀਂ ਹੋਇਆ, ਅਜੇ ਪਰੌਂਠਿਆਂ 'ਚ ਪਾ ਲਓ, ਆਟੇ 'ਚ ਪਾ ਲਓ। ਅਤੇ ਜਿਹੜੀ ਕਿਸਾਨ ਦੇ ਖੇਤਾਂ 'ਚ ਉੱਦਾਂ ਪੁੱਟ ਕੇ ਲਿਆਂਦੀ ਹੋਵੇ ਨਾ, ਸਬਜ਼ੀ ਚੰਗੀ ਪਲੀ ਹੈ, ਕਹਿੰਦੇ ਕੀ ਹੈ, ਸੁੱਟ ਦਿਓ, ਸਾਗ ਹੈਗਾ ਇਹ ਕਿਹੜੀ, ਉੱਚੀ ਬੋਲੋ ਹੁਣ, ਬਸ ਫਰਕ ਇੰਨਾ ਕਹਿ। ਫਰੀ ਦੀ ਕਦਰ ਨਹੀਂ ਕਰਦੇ ਅਸੀਂ, ਪਰ ਯਾਦ ਰੱਖੀ ਪਿਆਰੇ ਆ, ਯਾਦ ਰੱਖੀ, ਐਵੇਂ ਥੋੜ੍ਹਾ ਆਖਿਆ ਸੀ ਗੁਰੂ ਰਾਮ ਅਮਰਦਾਸ, ਗੁਰੂ ਅਰਜਨ ਸਾਹਿਬ ਜੀ ਨੇ, ਰੇ ਮੂੜੇ ਹੇ ਮੂਰਖ ਲਾਹੇ ਕੋ ਤੂੰ ਟੀਲਾ ਟੀਲਾ, ਲਾਹੇ ਦੇ ਕੰਮ ਵਾਸਤੇ ਤੇ ਢਿੱਲਾ ਢਿੱਲਾ। ਵੇਖੋ ਗੁਰਦੁਆਰਾ ਪਿੰਡ ਦੇ ਵਿੱਚ ਹੁੰਦਾ ਅਤੇ ਸ਼ਰਾਬ ਦੀ ਦੁਕਾਨ ਪਿੰਡ ਦੇ, ਬੋਲੋ ਹੁਣ, ਅਜੇ ਇੱਦਾਂ ਹੋਵੇ ਵੀ ਗੁਰਦੁਆਰਾ ਪਿੰਡ ਦੇ ਬਾਹਰ ਵਾਰ ਆ ਅਤੇ ਸ਼ਰਾਬ ਦੀ ਦੁਕਾਨ ਪਿੰਡ ਦੇ ਵਿੱਚ ਆ, ਤਾਂ ਇਹ ਗੱਲ ਮੰਨੀ ਜਾ ਸਕਦੀ ਹੈ।
ਨਸ਼ੇ ਦੀ ਦੁਕਾਨ ਹਮੇਸ਼ਾ ਹੀ ਬਾਹਰ ਬਾਹਰ ਹੁੰਦੀ ਹੈ, ਕਿਉਂਕਿ ਅਗਲੇ ਨੂੰ ਪਤਾ ਇਹਦੇ ਗਾਹਕ ਸਾਡੇ ਕੋਲ। ਉੱਚੀ ਬੋਲੋ ਹੁਣ ਭੈਣੋ, ਤੁਸੀਂ ਬੋਲੋ, ਇੱਧਰੋਂ ਆਵਾਜ਼ ਘੱਟ ਆ ਰਹੀ ਹੈ। ਇਹਦੇ ਗਾਹਕ ਸਾਡੇ ਕੋਲ, ਅਤੇ ਗੁਰਦੁਆਰਾ ਕੰਧ ਨਾਲ ਸਾਂਝਾ ਹੁੰਦਾ, ਉੱਥੇ ਨਮਸਕਾਰ ਕਰਨੇ ਆਉਣਾ, ਕੋਈ ਬਾਣੀ ਨਹੀਂ ਪੜ੍ਹਨੀ, ਘਰ 'ਚ ਪੋਥੀ ਨਹੀਂ ਰੱਖਣੀ, ਅਤੇ ਨੁਕਸਾਨ ਵੀ ਹੰਢਾ ਰਹੇ। ਘਰ ਬਹੁਤ ਵਧੀਆ ਬਣੇ ਨੇ ਪਰ ਸਕੂਨ ਟਾਵੇਂ ਘਰ 'ਚ ਪਿਆਰੇ, ਕਿਉਂਕਿ ਮਨ ਸਰੀਰ ਨੂੰ ਸੁੱਖ ਦੇਣ ਲਈ ਸਾਧਨ ਬੜੇ ਕਮਾਲ ਦੇ ਬਣਾਏ ਨੇ ਪਰ ਮਨ ਅਪਸੈਟ ਹੈ। ਪਤਾ ਕਿਉਂ? ਆ ਸੁਣਿਓ ਬਾਬੇ ਕਬੀਰ ਨੇ ਕੀ ਕਿਹਾ। ਬਾਬਾ ਕਬੀਰ ਜੀ ਕਹਿੰਦੇ ਨੇ, ਮੰਮਾ ਮਨ ਸਿਓਂ ਕਾਜ ਹੈ, ਮੰਮਾ ਮਨ ਸਿਓਂ ਕਾਜ ਹੈ। ਬੰਦੇ ਦਾ ਸਭ ਤੋਂ ਪਹਿਲਾਂ ਵਾਹ ਆਪਣੇ ਮਨ ਨਾਲ ਪੈਂਦਾ। ਤੁਸੀਂ ਆਪਣੇ ਘਰ 'ਚ ਇਕੱਲੇ ਜੇ ਨਾ, ਕੋਈ ਨਹੀਂ ਤੁਹਾਡੇ ਘਰ, ਨਾ ਪਤਨੀ ਘਰ ਹੈ, ਨਾ ਬੱਚੇ ਘਰ ਨੇ, ਇਕੱਲਾ ਹੈ ਬੰਦਾ, ਚਾਹੇ ਇਕੱਲੀ ਔਰਤ ਹੈ। ਤੁਹਾਡਾ ਸਭ ਤੋਂ ਉਸ ਵਕਤ ਵਧੀਆ ਮਿੱਤਰ ਪਤਾ ਕਿਹੜਾ? ਤੁਹਾਡਾ ਮਨ। ਜੇ ਤੁਹਾਡਾ ਮਨ ਸਟਰੋਂਗ ਹੈ ਨਾ, ਤੁਹਾਡੇ ਘਰ 'ਚ ਕੋਈ ਨਹੀਂ ਹੈਗਾ, ਤੁਸੀਂ ਅੱਜ ਇਕੱਲੇ ਘਰ ਰਹਿਣਾ, ਤੁਹਾਨੂੰ ਕੋਈ ਡਰ ਨਹੀਂ ਆਉਣਾ। ਪਰ ਜੇ ਤੁਹਾਡਾ ਮਨ ਕਮਜ਼ੋਰ ਹੋ ਗਿਆ ਨਾ, ਤੁਸੀਂ ਕਹਿਣਾ ਤਾਈ ਨੂੰ ਲਾਗੇ ਸਵਾਂ ਦੇ, ਚਾਚਾ ਤੂੰ ਲਾਗੇ ਆ ਜਾ ਮੈਨੂੰ ਰਾਤ ਨੂੰ, ਸਾਰੇ ਘਰ ਦੇ ਵਿਆਹ ਚਲੇ ਗਏ, ਨਾਲੇ ਗਾਲਾਂ ਕੱਢੀ ਜਾਂਦਾ ਵੀ ਸਾਰੇ ਟੱਬਰ ਨੇ ਗੰਦ ਪਾਇਆ, ਸਾਰੇ ਮੂੰਹ ਚੁੱਕ ਕੇ ਤੁਰ ਪੈਂਦੇ, ਮੈਨੂੰ ਇਕੱਲੇ ਨੂੰ ਘਰ ਛੱਡ ਜਾਂਦੇ। ਬੰਦਾ ਡੁੱਬ ਰਿਹਾ ਹੋਵੇ ਨਾ, ਡੁੱਬਦੇ ਨੂੰ ਵੀ ਉਹ ਬਚਾ ਸਕਦਾ ਜਿਹੜਾ ਸਭ ਤੋਂ ਪਹਿਲਾਂ ਆਪ ਮਾੜਾ ਮੋੜ ਹੱਥ ਪੱਲਾ ਮਾਰਦਾ, ਹੱਥ ਪੱਲਾ ਮਾਰਦਾ। ਮੰਮਾ ਮਨ ਸਿਓਂ ਕਾਜ ਹੈ, ਬੰਦੇ ਦਾ ਸਭ ਤੋਂ ਪਹਿਲਾਂ ਵਾਹ ਆਪਣੇ ਮਨ ਨਾਲ ਪੈਂਦਾ। ਮਨ ਸਾ ਦੇ ਸਿੱਧ ਹੋਏ, ਮਨ ਇੱਕ ਇੱਦਾਂ ਦਾ ਪਾਰਟ ਹੈ ਜਿਹੜਾ ਜਿਸਮ 'ਚੋਂ ਦਿਸਦਾ ਨਹੀਂ ਸਾਡੇ, ਮਨ ਵਿਚਾਰ ਹੈ ਪਿਆਰਿਓ। ਜਿਹੜਾ ਬੰਦਾ ਸਵੇਰੇ ਉੱਠ ਕੇ ਆਪਣੇ ਵਿਚਾਰ ਸਿੱਧੇ ਕਰ ਲੈਂਦਾ ਨਾ, ਸਾਰਾ ਦਿਨ ਉਹਦੇ ਅੱਗੇ ਸਫਲਤਾ ਗੋਡੇ ਟੇਕੀ ਜਾਂਦੀ ਹੈ, ਸਫਲਤਾ ਹੀ ਸਫਲਤਾ, ਉਹਨੂੰ ਨਿਰਾਸ਼ਤਾ ਕਦੀ ਆਉਣੀ ਨਹੀਂ। ਮੰਮਾ ਮਨ ਸਿਓਂ ਕਾਜ ਹੈ, ਮਨ ਸਾ ਦੇ ਸਿੱਧ ਹੋਏ, ਮਨ ਹੀ ਮਨ ਸਿਓਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਮਨ ਵਰਗਾ ਸਾਥੀ ਬੰਦੇ ਦਾ ਹੋਰ ਕੋਈ ਨਹੀਂ। ਅਤੇ ਮਨ ਕਹਿੰਦੇ ਘੜਨਾ, ਗੁਰ ਕੈ ਸ਼ਬਦ ਬਣਾਵੋ ਇਹ ਮਨ, ਅਤੇ ਜਦੋਂ ਮਨ ਗੁਰੂ ਦੇ ਸ਼ਬਦ ਦੁਆਰਾ ਘੜਿਆ ਹੋਵੇ ਫਿਰ ਤਾਂ ਨਜ਼ਾਰਾ ਹੀ ਵੱਖਰਾ ਹੈ। ਇਹ ਅਸਲੀ ਭਗਤੀ ਗਿਆਨੀ ਹੇ, ਆਪਣੇ ਆਪ ਨੂੰ ਗਿਆਨਵਾਨ ਸਮਝਣ ਵਾਲੇ ਮਨੁੱਖ, ਜਿਹੜਾ ਗਿਆਨੀ ਹੈ ਨਹੀਂ ਪਰ ਆਪਣੇ ਆਪ ਨੂੰ ਗਿਆਨੀ ਸਮਝ ਰਿਹਾ ਵੀ ਮੇਰੇ ਨਾਲ ਦਾ ਗਿਆਨੀ ਕੋਈ ਨਹੀਂ। ਗਿਆਨੀ ਗੁਰ ਬਿਨ ਭਗਤ ਨਾ ਹੋਈ, ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਕੋਰੇ ਰੰਗ ਕਦੇ ਨਾ ਚੜ੍ਹੇ, ਕੋਰੇ ਕੋਰੇ ਰੰਗ, ਜਿਵੇਂ ਦੁਪੱਟਾ ਰੰਗਣਾ ਹੋਵੇ ਮੇਰੀ ਕਿਸੇ ਭੈਣ ਨੇ, ਚੁੰਨੀ ਰੰਗਣੀ ਹੋਵੇ ਜਾਂ ਪੱਗ ਰੰਗਾਉਣੀ ਹੋਵੇ, ਕੋਰੀ ਪੱਗ ਉੱਤੇ ਰੰਗ ਨਹੀਂ ਚੜ੍ਹਦਾ, ਉਹਨੂੰ ਪਹਿਲਾਂ ਖੁੰਭ ਚਾੜ੍ਹਨੀ ਪੈਂਦੀ ਹੈ, ਪਾਹ ਲਾਉਣੀ ਪੈਂਦੀ ਹੈ, ਫਿਰ ਜਾ ਕੇ ਉਹ ਕੱਪੜਾ ਰੰਗ ਫੜਦਾ। ਕੋਰੇ ਰੰਗ ਕਦੇ ਨਾ ਚੜ੍ਹੇ, ਜੇ ਲੋਚੈ ਸਭ ਕੋਈ, ਕਿੱਦਾਂ ਰੰਗੀ ਹੈ ਮਹਾਰਾਜ ਕਹਿੰਦੇ, ਪੈ ਵਿੱਚ ਖੁੰਭ ਚੜ੍ਹਾਈ ਹੈ। ਪਰਮਾਤਮਾ ਦਾ ਨਿਰਮਲ ਭਾਉ ਆਪਣੀ ਚਿੱਤ ਵਿੱਚ ਰੱਖ। ਜਦੋਂ ਕੋਈ ਕੰਮ ਕਰਨ ਲੱਗਦਾ ਇਹ ਖਿਆਲ ਰੱਖ, ਬੰਦਾ ਕਦੋਂ ਗਲਤ ਕੰਮ ਕਰਦਾ ਵੀ ਇੱਥੇ ਮੈਨੂੰ ਕਿਹੜਾ ਕੋਈ, ਬਸ ਉਦੋਂ ਇਹ ਕਹਿ ਇਸ ਕੰਮ ਨੂੰ ਮੈਂ ਖੁਦ ਵੇਖਦਾ ਅਤੇ ਮੇਰੇ ਅੰਦਰ ਰੱਬ ਬੈਠਾ, ਕੋਈ ਦੁਨੀਆ ਦਾ ਐਸਾ ਕੰਮ ਨਹੀਂ ਜਿਹਨੂੰ ਕੋਈ ਨਾ ਵੇਖਦਾ ਹੋਵੇ। ਇਕੱਲਾ ਵੀ ਜਦੋਂ ਬੰਦਾ ਕੋਈ ਕੰਮ ਕਰਦਾ ਉਹਨੂੰ ਕੋਈ ਵੇਖ ਰਿਹਾ ਕੌਣ, ਉਹ ਖੁਦ ਆਪ ਅਤੇ ਉਹਦੇ ਵਿੱਚ ਹੀ ਰੱਬ ਬੈਠਾ।
ਹੁਣ ਮੰਨ ਲਓ ਇੱਕ ਬੰਦਾ ਦਿਨ ਵੇਲੇ ਗੁਰਦੁਆਰਿਓਂ ਪੈਸੇ ਕੱਢਣ ਆਇਆ ਗੋਲਕ 'ਚੋਂ, ਉਹਦੇ ਮੁਤਾਬਕ ਗੁਰਦੁਆਰੇ ਕੋਈ ਨਹੀਂ ਹੈਗਾ, ਇੱਦਾਂ ਹੀ ਹੈ ਜੀ, ਉੱਦਾਂ ਆਸਾ ਪਾਸਾ ਵੇਂਹਦਾ ਵੀ ਕਮੇਟੀ ਵੀ ਹੈ ਨਹੀਂ, ਗ੍ਰੰਥੀ ਵੀ ਹੈ ਨਹੀਂ, ਦਬਦਬਾ ਮੈਂ ਗੁਰਦੁਆਰੇ ਵਿੱਚੋਂ ਹੁਣ ਨਾ ਕਿੰਨੀਆਂ ਕਿੰਨੀਆਂ ਕਿੱਦਾਂ ਤਾਂ ਫੜੇ ਗਏ ਨੇ ਬੰਦੇ, ਕਈ ਸਟੋਰ ਵਿੱਚੋਂ ਚੋਰੀ ਕਰਦਾ ਫੜਿਆ ਜਾਂਦਾ। ਉਦੋਂ ਜੇ ਇਹ ਖਿਆਲ ਆ ਜਾਏ ਵੀ ਇਸ ਕੰਮ ਨੂੰ ਮੈਂ ਖੁਦ ਵੇਖ ਰਿਹਾ, ਕਿਉਂਕਿ ਮੈਂ ਚੋਰੀ ਕਰ ਰਿਹਾ ਮੈਂ ਵੇਖ ਰਿਹਾ, ਅਤੇ ਮੇਰੇ 'ਚ ਹੀ ਰੱਬ ਵੱਸਦਾ ਹੈ। ਅਤੇ ਜਿੱਦਣ ਤੂੰ ਇਹ ਕੰਮ ਛੱਡ ਦਿੱਤਾ, ਬਹੁਤ ਬਾਹਰਲੀਆਂ ਕੰਟਰੀਆਂ 'ਚ ਨਾ ਤੁਹਾਡੇ ਵਿੱਚੋਂ ਕਈ ਤੁਹਾਡੇ ਪਰਿਵਾਰਾਂ ਦੇ ਜੀ ਬਾਹਰ ਹੋਣਗੇ, ਆ ਤਾਂ ਹੌਲੀ ਹੌਲੀ ਸਾਡੇ ਵੀਰ ਗਏ ਨੇ, ਹੌਲੀ ਹੌਲੀ ਉਹੋ ਜਿਹਾ ਵਿਹਾਰ ਬਣ ਗਿਆ। ਨਹੀਂ ਤਾਂ ਸੱਚਾਈ ਹੈ, ਮੈਂ ਆਸਟ੍ਰੇਲੀਆ ਵਿੱਚ ਇੱਕ ਦੋ ਜਗ੍ਹਾ ਐਸੀਆਂ ਵੇਖੀਆਂ ਸੀ, ਰੋਡ ਦੇ ਉੱਤੇ ਨਾ ਇੱਦਾਂ ਫਰੂਟ ਪਿਆ ਹੋਇਆ, ਉੱਥੇ ਨਾਲ ਕੀਮਤ ਲਿਖੀ ਹੋਈ ਹੈ ਵੀ ਇੰਨੇ ਡਾਲਰ, ਬੰਦਾ ਕੋਈ ਨਹੀਂ। ਮੈਂ ਪੁੱਛਿਆ ਜੀ ਇੱਥੇ ਬੰਦਾ ਹੈ ਨਹੀਂ, ਇਹ ਕੀ ਮਤਲਬ? ਕਹਿੰਦੇ ਇਮਾਨਦਾਰੀ ਇੰਨੀ ਹੈ ਵੀ ਜਿੰਨਾ ਫਰੂਟ ਚੱਕਣਾ ਚੱਕ ਕੇ ਲੈ ਜਾਓ, ਉਨੇ ਡਾਲਰ ਬਣਦੇ ਉੱਥੇ ਰੱਖ ਜਾਓ। ਮੈਂ ਕਿਹਾ ਬੰਦਾ ਕਹਿੰਦੇ ਇਮਾਨਦਾਰੀ, ਅਗਲੇ ਨੂੰ ਪਤਾ ਵੀ ਜੇ ਮੈਂ ਇੱਥੋਂ ਦੋ ਗੁੱਛੇ ਕੇਲਿਆਂ ਦੇ ਚੱਕੇ ਨੇ ਜਾਂ ਸੰਤਰੇ ਕੋਈ ਫਰੂਟ ਲਿਆ ਤਾਂ ਉਨੇ ਡਾਲਰ ਰੱਖ ਜਾਣੇ। ਮੈਂ ਕਿਹਾ ਜੀ ਇਹ ਦੁਕਾਨ ਪੰਜਾਬ ਲਾ ਦੀ ਹੈ ਰੋਡ 'ਤੇ, ਸ਼ਾਮਾਂ ਨੂੰ ਫਰੂਟ ਸਾਰਾ, ਪਹਿਲੀ ਗੱਲ ਤਾਂ ਇੱਕੋ ਬੰਦੇ ਲੈ ਜਾਣਾ ਵੀ ਟਰਾਲੀ ਲੈ ਲਾ, ਇੱਕੋ ਨੇ ਕਹਿਣਾ ਵੀ ਟਰਾਲੀ ਲੈ ਆ, ਹੈ ਨਹੀਂ ਇੱਥੇ ਕੱਖ ਵੀ। ਇੱਥੇ ਤਾਂ ਇੱਥੇ ਟਰੱਕ ਉਲਟ ਜੇ ਨਾ ਸ਼ਰਾਬ ਦੀਆਂ ਪੇਟੀਆਂ ਦਾ ਕਿਤੇ ਖੋ ਖੋ ਕੇ ਲੈ ਜਾਂਦੇ ਨੇ ਹੱਥਾਂ 'ਚ। ਕਦੋਂ ਸਾਡੇ ਅੰਦਰ ਦੀ ਭੁੱਖ ਮਿਟੇ, ਕਦੋਂ ਅਸੀਂ ਆਪਣੇ ਆਪ ਨੂੰ ਇੱਦਾਂ ਕਹਾਂਗੇ ਤ੍ਰਿਪਤ ਹੋ ਗਿਆ ਇੱਦਾਂ? ਬੰਦਿਆ ਤੇਰੇ ਇਮਾਨ ਦੀ, ਤੇਰਾ ਇਮਾਨ, ਬੰਦਾ ਅਮੀਰ ਉਹ ਹੈ ਜਿਹਨੇ ਆਪਣੇ ਆਪ 'ਤੇ ਕੰਟਰੋਲ ਕੀਤਾ। ਪੈਸੇ ਨਾਲ ਕੋਈ ਅਮੀਰ ਨਹੀਂ ਹੁੰਦਾ, ਪੈਸਾ ਤਾਂ ਬਹੁਤ ਹੋਰ ਲੋਕਾਂ ਕੋਲ ਵੀ ਹੁੰਦਾ, ਅਸਲੀ ਅਮੀਰੀ ਹੈ ਤੁਹਾਡੇ ਆਪ, ਤੁਸੀਂ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਕੀਤਾ। ਤੁਹਾਨੂੰ ਪਰਸ ਲੱਭਾ ਹੈ ਵਿੱਚ 20,000 ਰੁਪਈਆ ਹੈ, ਤੁਹਾਨੂੰ ਪੈਸੇ ਦੀ ਲੋੜ ਹੈ, ਤੁਸੀਂ ਗੁਰਦੁਆਰੇ ਆਣ ਕੇ ਅਨਾਊਂਸਮੈਂਟ ਕਰਾਉਂਦੇ ਹੋ, ਜਾਂ ਤੁਸੀਂ ਲੱਭ ਕੇ, ਪਹਿਲੀ ਗੱਲ ਤਾਂ ਅੱਜ ਕੱਲ੍ਹ ਪਰਸ ਇੱਦਾਂ ਦੀ ਚੀਜ਼ ਹੈ ਵਿੱਚ ਉਹਦੇ ਕੋਈ ਨਾ ਕੋਈ ਪਰੂਫ ਹੁੰਦਾ, ਕੋਈ ਆਧਾਰ ਕਾਰਡ, ਕੋਈ ATM, ਕੋਈ ਨਾ ਕੋਈ ਪਰੂਫ ਹੁੰਦਾ। ਇਮਾਨਦਾਰ ਬੰਦਾ ਲੱਭ ਕੇ ਪਿੰਡ ਦੇ ਕੇ ਆਏਗਾ, ਅਤੇ ਸੱਚ ਜਾਣਿਓ ਜਦੋਂ ਤੂੰ ਇੱਦਾਂ ਕਰਕੇ ਆਏਗਾ ਨਾ, ਉਸ ਰਾਤ ਤੈਨੂੰ ਬਹੁਤ ਵਧੀਆ ਨੀਂਦ ਆਉਣੀ ਹੈ। ਇੱਕ ਆਪਣੇ ਬ੍ਰੇਨ ਨੂੰ ਮੈਸੇਜ ਆਉਣਾ, ਅੱਜ ਪਹਿਲੀ ਵਾਰ ਇਨਸਾਨੀਅਤ ਵਾਲਾ ਅੱਜ ਕੰਮ ਕੀਤਾ ਹੈ, ਅੱਜ ਪਹਿਲੀ ਵਾਰ, ਅੱਜ ਮੈਂ ਪਹਿਲੀ ਵਾਰ ਇਨਸਾਨੀਅਤ ਵਾਲਾ ਕੰਮ ਕੀਤਾ, ਅੱਜ ਮੈਨੂੰ ਪਹਿਲੀ ਵਾਰ ਇੰਝ ਮਹਿਸੂਸ ਹੋਇਆ ਮੈਂ ਸੱਚੀ ਮਨੁੱਖ ਹਾਂ, ਸੱਚੀ ਇਨਸਾਨ ਹਾਂ ਮੈਂ। ਅੱਜ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ, ਮੈਂ ਤਾਂ ਪਸ਼ੂਆਂ ਵਾਲਾ, ਡੰਗਰਾਂ ਵਾਲਾ ਜੀਵਨ ਜੀਵ ਜਾਂਦਾ ਸੀ, ਜਿਹਦਾ ਮਰਜ਼ੀ ਮਾਰ ਤਾੜ ਕਰ, ਲੁੱਟ ਸੁੱਟ ਕਰ। ਜਿੰਨੀ ਬੰਦਾ ਕਰਪਸ਼ਨ ਕਰਦਾ, ਜਿੰਨਾ ਪੁੱਠੇ ਕੰਮ ਕਰਦਾ ਨਾ, ਉਹਨਾਂ ਅੰਦਰੋਂ ਅਪਸੈਟ ਹੋਈ ਜਾਂਦਾ, ਉਨੀ ਉਹਦੀ ਚੈਨ ਨੀਂਦ ਸਭ ਖਤਮ ਹੋ ਜਾਂਦੀ ਹੈ। ਇਸ ਕਰਕੇ ਭੈ ਵਿੱਚ ਖੁੰਭ ਚੜ੍ਹਾਈ ਹੈ, ਭੈ ਅੰਦਰ ਨਿਰਮਲ ਭੈ ਰੱਖ, ਇਹ ਹੈ ਖੁੰਭ ਚਾਣੀ। ਸ਼ਰਮ ਪਾ ਤਨ ਹੋਏ, ਦਸਾਂਨਵਾਂ ਦੀ ਕਿਰਤ ਕਰ, ਮਿਹਨਤ ਕਰ ਆਪਣੀ, ਇਹ ਪਾ ਲਾਉਣੀ ਹੈ। ਨਾਨਕ ਭਗਤੀ ਜੇ ਰੱਪੈ, ਹੇ ਨਾਨਕ ਜੇ ਇੱਦਾਂ ਭਗਤੀ ਨਾਲ ਮਨ ਰੰਗਿਆ ਗਿਆ, ਕੋਰੈ ਸੋਏ ਨਾ ਕੋਏ, ਫਿਰ ਕੂੜ ਦੀ ਸੋਏ ਤੇਰੇ ਮਨ ਤੱਕ ਨਹੀਂ ਪਹੁੰਚੇਗੀ। ਗਿਆਨੀ ਗੁਰ ਬਿਨ ਭਗਤ ਨਾ ਹੋਈ, ਕੋਰੈ ਰੰਗ ਕਦੇ ਨਾ ਚੜੈ, ਜੇ ਲੋਚੈ ਸਭ ਕੋਈ, ਹਰ ਹਰ ਕਰੈ ਨਿਤ। ਜੇ ਗੁਰੂ ਕੋਲੋਂ ਨਹੀਂ ਨਾ ਸਿੱਖੇਗਾ ਬੰਦਗੀ, ਫਿਰ ਇੱਦਾਂ ਦੀ ਬੰਦਗੀ ਹੋਏਗੀ। ਹਰ ਹਰ ਕਰੈ ਨਿਤ ਕਪਟ ਕੁਮਾਵੈ, ਹਰੀ ਹਰੀ ਵੀ ਨਿਤ ਕਰੇਗਾ, ਅੱਲਾ ਅੱਲਾ ਵੀ ਨਿਤ ਕਰੇਗਾ, ਵਾਹਿਗੁਰੂ ਵਾਹਿਗੁਰੂ ਵੀ ਨਿਤ ਕਰੇਗਾ, ਅਤੇ ਨਿਤ ਕਪਟ ਵੀ ਕਰੇਗਾ। ਇੱਦਾਂ ਕਹੀ ਜਾਓ, ਘਰਾਂ 'ਚ ਨਹੀਂ ਹੁੰਦਾ, ਖਾਸ ਕਰਕੇ ਐਤਵਾਰ ਵਾਲੇ ਦਿਨ
ਮਾਵਾਂ ਨਾਲੇ ਸਫਾਈ ਕਰੀ ਜਾਂਦੀਆਂ ਨੇ, ਅਜੇ ਮਾਵਾਂ ਨੇ ਪੋਚੇ ਨਹੀਂ ਲਾਏ, ਚਾਦਰ ਝਾੜ ਕੇ ਵਿਛਾਈ ਹੈ ਬੈੱਡ 'ਤੇ, ਬੱਚੇ ਆਉਂਦੇ ਨੇ ਨਾਲ ਹੀ ਲੱਤਾਂ ਲੁੱਤਾਂ ਮਾਰ ਕੇ ਚਾਦਰ ਫੇਰ ਇਕੱਠੀ ਕਰ ਦਿੰਦੇ ਨੇ, ਅਤੇ ਮਾਵਾਂ ਪਤਾ ਕੀ ਕਹਿੰਦੀਆਂ ਨੇ ਮਨ 'ਚ, ਸਾਨੂੰ ਬੰਦਾ ਲੱਭ ਜੇ ਜਿਹਨੇ ਐਤਵਾਰ ਬਣਾਇਆ, ਵੀ ਆਹ ਸਫਾਈ ਹੈ ਕੋਈ, ਅਸੀਂ ਤਾਂ ਆਖ ਗਈਆਂ ਹਾਰ ਕੇ ਮਨ ਜਾਂਦੀਆਂ, ਹੁਣ ਨਹੀਂ ਸਫਾਈ ਕਰਨੀ, ਕੱਲ੍ਹ ਨੂੰ ਕਰ ਲਵਾਂਗੇ ਜਦੋਂ ਤੁਸੀਂ ਸਕੂਲੇ। ਅੱਛਾ, ਇੱਕ ਬੰਨੇ ਸਫਾਈ ਹੋ ਰਹੀ ਹੈ, ਦੂਜੇ ਬੰਨੇ ਗੰਦ ਪਈ ਜਾਂਦਾ ਹੈ, ਚੰਗਾ ਨਾ ਲੱਗਦਾ। ਅਤੇ ਮਹਾਰਾਜ ਕਹਿੰਦੇ ਆਪਣੇ ਵੱਲ ਵੀ ਸੋਚ ਲਾ, ਰਾਤ ਨੂੰ ਪਾਠ ਕਰਦਾ ਸਵੇਰੇ ਫੇਰ ਗੰਦ ਪਾਉਂਦਾ, ਸਵੇਰੇ ਪਾਠ ਕਰਦਾ ਸ਼ਾਮ ਨੂੰ ਫੇਰ ਗੰਦ ਪਾਈ ਜਾਂਦਾ ਹੈ। ਇੱਕ ਕੰਮ ਹੀ ਕਰ ਲਾ, ਜਾਂ ਤਾਂ ਰੱਜ ਕੇ ਗੰਦ ਪਾ ਲਾ, ਜਾਂ ਰੱਜ ਕੇ ਪਾਠ ਕਰ ਲਾ, ਕੰਮ ਇਹ ਕਰ ਲਾ, ਹਰ ਹਰ ਕਰੈ ਨਿਤ। ਅੱਛਾ, ਧਿਆਨ ਨਾਲ ਸੁਣਿਓ ਜੀ, ਬਾਣੀ ਪੜ੍ਹਨ ਵਾਲੇ ਕਈ ਬੈਠੇ, ਨਿਤ ਇੱਥੇ ਸ਼ਬਦ ਹੈ ਦਿਹਲੀ ਦੀਪਕ, ਦਿਹਲੀ ਸਮਝਦੇ ਹੋ, ਦਹਿਲੀਜ਼ ਦਰਵਾਜ਼ਾ ਹੈ ਨਾ, ਦਰਵਾਜ਼ੇ ਦਾ ਜਿਹੜਾ ਵਿਚਕਾਰਲਾ ਹਿੱਸਾ, ਇਹਨੂੰ ਦਹਿਲੀਜ਼ ਕਹਿੰਦੇ ਨੇ। ਤੋ ਦਿਹਲੀ ਦੀਪ ਦਾ ਅਰਥ ਹੁੰਦਾ ਜਿਹੜਾ ਦੀਵਾ ਤੁਸੀਂ ਦਰਵਾਜ਼ੇ ਦੇ ਵਿਚਕਾਏ ਜਗਾ ਦਿਓ, ਉਹਨੇ ਕਮਰੇ ਦੇ ਅੰਦਰ ਵੀ ਚਾਨਣ ਕਰਨਾ ਅਤੇ ਕਮਰੇ ਦੇ, ਇਹਨੂੰ ਕਹਿੰਦੇ ਦਿਹਲੀ ਦੀਪਕ ਸ਼ਬਦ। ਜਿਵੇਂ ਲੱਖ ਪਾਤਾਲਾਂ ਪਾਤਾਲ ਲੱਖ, ਉਹਦਾ ਲੱਖ ਸ਼ਬਦ ਹੈ, ਉਹ ਦਿਹਲੀ ਦੀਪਕ ਹੈ, ਵੀ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼, ਉਹ ਲੱਖ ਸ਼ਬਦ ਦਾ ਅਰਥ ਵਿਚਕਾਏ ਹੈ, ਉਹਨੇ ਵਿਚਕਾਏ, ਉਹਨੇ ਦੋਵੇਂ ਬੰਨੇ ਲੱਗਣਾ ਹੈ, ਵੀ ਇਹ ਪਤਾਲਾਂ ਪਤਾਲ ਲੱਖ ਆਗਾਸ਼ਾਂ ਆਗਾਸ਼ ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ, ਇਹ ਗੁਰੂ ਨਾਨਕ ਸਾਹਿਬ ਨਹੀਂ ਕਹਿੰਦੇ ਵੀ ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਨੇ, ਇਹ ਤਾਂ ਦੂਜੇ ਮਤਾਂ ਦੇ ਲੋਕ ਆਉਂਦੇ ਸੀ ਜੀ, ਲੱਖਾਂ ਪਤਾਲ ਆ ਲੱਖਾਂ ਆਕਾਸ਼ ਆ, ਅਤੇ ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵੀ ਕਮਲੇ ਹੋ ਤੁਸੀਂ ਲਿਖ ਲਿਖਤ ਵਿੱਚ ਲਿਆ ਸਕਦੇ ਜੀ ਵੀ ਲੱਖਾਂ ਪਤਾਲ ਲੱਖਾਂ ਆਕਾਸ਼ ਆ, ਉਹਦੇ ਵਾਸਤੇ ਤਾਂ ਅੱਖਰ ਸਾਰੇ ਮੁੱਕ ਜਾਂਦੇ ਨੇ, ਉਹ ਤਾਂ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ। ਇਹ ਦੂਜੇ ਮਤਾਂ ਦੇ ਲੋਕ ਆਉਂਦੇ ਸੀ ਵੀ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼ ਓੜਕ ਓੜਕ, ਵੇਦ ਕਹਿਣ ਸਹਿਸ 18 ਕਹਿਣ ਕਿਤੇਬਾਂ ਅਸੂਲੂ ਇੱਕ, ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ। ਇੱਦਾਂ ਹੀ ਇੱਥੇ ਦਿਹਲੀ ਦੀਪਕ ਸ਼ਬਦ ਇੱਦਾਂ ਹੈ ਵੀ ਹਰ ਹਰ ਕਰੈ ਨਿਤ, ਵੀ ਨਿਤ ਹਰੀ ਹਰੀ ਕਰੀ ਜਾਂਦਾ, ਨਿਤ ਕਪਟ ਕਮਾਵੇ, ਠੱਗੀਆਂ ਵੀ ਨਿਤ ਮਰੀ ਜਾਂਦਾ, ਬੇਈਮਾਨੀਆਂ ਵੀ ਨਿਤ ਕਰੀ ਜਾਂਦਾ, ਚੋਰੀਆਂ ਵੀ ਨਿਤ ਕਰੀ ਜਾਂਦਾ, ਅਤੇ ਪਾਠ ਵੀ ਨਿਤ ਕਰੀ ਜਾਂਦਾ, ਹਰੀ ਹਰੀ ਵੀ ਨਿਤ ਕਰਦਾ। ਹਰ ਹਰ ਕਰੈ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ, ਹਿਰਦਾ ਅੰਦਰ ਤੇਰਾ ਸ਼ੁੱਧ ਨਹੀਂ ਹੈਗਾ, ਹਰੀ ਹਰੀ ਨਿਤ ਕਰੀ ਜਾਂਦਾ ਹੈ। ਅੰਨ ਦਿਨ ਕਰਮ ਕਰੈ ਬਹੁ ਤੇਰੇ, ਦਿਨ ਰਾਤ ਕਰਮ ਕਰਦਾ ਸਰੀਰ ਦੇ ਤਲ ਉੱਤੇ, ਪਰ ਸੁਪਨੇ ਪੜੋ ਨਾਲ ਨਾਲ ਸੁਪਨੇ ਸੁੱਖ ਨਾ ਹੋਈ, ਤੈਨੂੰ ਤਾਂ ਸੁਪਨਾ ਵੀ ਸੁੱਖ ਦਾ ਨਹੀਂ ਆਉਂਦਾ। ਕਈ ਵਾਰੀ ਵੇਖਿਆ ਨਾ ਕਈਆਂ ਬੰਦਿਆਂ ਨੂੰ ਰਾਤ ਸੁਪਨਾ ਵੀ ਮੌਤ ਦਾ ਹੀ ਆਉਂਦਾ, ਸੁਪਨਾ ਵੀ ਇੱਦਾਂ ਦਾ ਆਉਂਦਾ ਵੀ ਮਗਰ ਊਠ ਲੱਗੇ ਆ, ਮਗਰ ਸੱਪ ਇਹਦਾ ਡੰਗ ਮਾਰਨ ਨੂੰ ਫਿਰਦਾ, ਵੀ ਮੈਂ ਉਹ ਡੰਗ ਮਾਰਦਾ ਫਿਰ ਪੈਰ ਚੁੱਕ ਲੈਣਾ ਉੱਥੋਂ, ਅਤੇ ਸਾਹ ਸਾਈ ਹੋਇਆ ਬੰਦਾ ਰਾਤ ਉੱਠ ਕੇ ਬਹਿ ਜਾਂਦਾ। ਨਿਆਣੇ ਪੁੱਛਦੇ ਆ ਪਾਪਾ ਜੀ ਕੀ ਹੋਇਆ, ਘਰ ਵਾਲੀ ਪੁੱਛਦੀ ਕੀ ਹੋਇਆ, ਕਹਿੰਦਾ ਵੀ ਸ਼ੁਕਰ ਮਸਾਂ ਹੀ ਬਚਿਆ, ਮੈਨੂੰ ਤਾਂ ਸੱਪ ਡੰਗ ਮਾਰ ਦੇਣ ਲੱਗਾ ਸੀ। ਅਸਲ 'ਚ ਉਹ ਸੱਪ ਨਹੀਂ ਸੀ, ਉਹ ਪਤਾ ਕੀ ਸੀ, ਜਿਨ੍ਹਾਂ ਨਾਲ ਬੇਈਮਾਨੀਆਂ ਕੀਤੀਆਂ ਉਹ ਰਾਤ, ਜੇ ਉਹਨਾਂ ਭੁੱਖਿਆਂ ਨੂੰ ਰਾਤ ਨੀਂਦ ਨਹੀਂ ਆਉਂਦੀ, ਸੌਣ ਉਹਨਾਂ ਨੇ ਤੈਨੂੰ ਨਹੀਂ ਦੇਣਾ। ਕਦੀ ਸੁਪਨਾ ਆਇਆ ਵੀ ਰਾਤ ਮੈਂ ਗੁਰਦੁਆਰੇ ਪਾਠ ਕਰ ਰਿਹਾ ਹਾਂ, ਇੱਦਾਂ ਮੈਂ ਸੁਪਨਾ ਆਇਆ ਹੋਵੇ, ਮੈਂ ਸੁਪਨੇ 'ਚ ਵੀ ਗੁਰਦੁਆਰੇ ਬੈਠਾ, ਉਹ ਸੁਪਨਾ ਤਾਂ ਆਊ ਜੇ ਸੋਚ ਚੰਗੀ ਹੋਊਗੀ। ਵੈਸੇ ਇਹ ਹੁਣ ਤਾਂ ਇਸ ਗੱਲ ਨੂੰ ਜੇ ਇੱਦਾਂ ਸਮਝ ਲਈਏ ਨਾ, ਸਾਡਾ ਜਿਹੜਾ ਮਨ ਹੈ ਨਾ, ਦੋ ਮਨ ਹੈ, ਇੱਕ ਸੁਚੇਤ ਮਨ ਇੱਕ ਅਵਚੇਤ ਮਨ।
ਇੱਕ ਸੁਚੇਤ ਮਨ, ਅੱਜ ਇਹਦੇ ਨਾਲ ਤੁਸੀਂ ਸੁਣ ਰਿਹਾ ਜੀ, ਇਹ ਸੁਚੇਤ ਮਨ ਸੁਣ ਰਿਹਾ, ਪਰ ਜਿਹਨੇ ਸੇਵ ਕਰਕੇ ਰੱਖਣਾ ਹੈ ਨਾ ਚੀਜ਼ ਨੂੰ, ਉਹ ਅਚੇਤ ਮਨ ਹੈ। ਜਿਵੇਂ ਡਾਕਟਰ ਹੈ, ਡਾਕਟਰ ਦੀ ਸਾਰੀ ਡਾਕਟਰੀ ਅਚੇਤ ਮਨ ਵਿੱਚ ਸੇਵ ਕੀਤੀ ਪਈ ਹੈ, ਹੈਗਾ ਤੁਹਾਡੇ ਵਰਗਾ, ਹੱਥ ਪੈਰ ਉਹਦੇ ਤੁਹਾਡੇ ਵਰਗੇ ਹੀ ਨੇ, ਪਰ ਇੱਦਾਂ ਨਬਜ਼ ਵੇਖਦਾ, ਅਚੇਤ ਮਨ ਦੇ ਵਿੱਚੋਂ ਮੈਟਰ ਕੱਢਦਾ, ਇੱਦਾਂ ਹੱਥ ਲਿਖਦਾ ਆਹ ਮੈਡੀਸਨ ਜਾ ਕੇ ਮੈਡੀਕਲ ਸਟੋਰ ਤੋਂ ਲੈ ਲਾ ਅਤੇ ਇੱਦਾਂ ਖਾ ਲਾ। ਆਪਾਂ ਨਹੀਂ ਲਿਖ ਸਕਦੇ ਕਿਉਂਕਿ ਆਪਣੇ ਬ੍ਰੇਨ 'ਚ ਉਹ ਡਾਕਟਰੀ ਸੇਵ ਨਹੀਂ ਹੋਈ। ਮਕੈਨਿਕ ਵੀ ਆਪਣੇ ਵਰਗਾ ਹੀ ਆ ਜਿਹੜਾ ਗੱਡੀਆਂ ਠੀਕ ਕਰਦਾ, ਹੱਥ ਪੈਰ ਸਾਡੇ ਵਰਗੇ ਹੀ ਨਹੀਂ ਉਹਦੇ, ਪਰ ਉਹਨੂੰ ਪਤਾ ਵੀ ਕਿੱਦਾਂ ਇੰਜਣ ਖੋਲ੍ਹਣਾ ਅਤੇ ਕਿੱਦਾਂ ਇੰਜਣ, ਉਹਨੇ ਇੰਜਣ ਨੂੰ ਖੋਲ੍ਹਣ ਦਾ ਅਤੇ ਇੰਜਣ ਨੂੰ ਫਿੱਟ ਕਰਨ ਦਾ ਸਾਰਾ ਮੈਟਰ ਆਪਣੀ ਮੈਮਰੀ 'ਚ ਸੇਵ ਕੀਤਾ ਹੋਇਆ, ਉਹਨੂੰ ਪਤਾ। ਇੱਦਾਂ ਜਦੋਂ ਤੁਸੀਂ ਰਾਤ ਨੂੰ ਸੌਣਾ, ਤੁਸੀਂ ਆਪਣੇ ਵਿਚੇਤ ਮਨ ਨੂੰ ਕਹਿ ਕੇ ਸੌ ਵੀ ਸਵੇਰੇ ਮੈਨੂੰ ਤੰਦਰੁਸਤ ਕਰ ਦੀ, ਮੈਂ ਐਂ ਫਰੈਸ਼ ਉੱਠਣਾ ਚਾਹੁੰਦਾ, ਮੈਨੂੰ ਕੋਈ ਬਿਮਾਰੀ ਨਾ ਹੋਵੇ, ਮੈਂ ਠੀਕ ਉੱਠਾਂ। ਸਾਡਾ ਅਵਚੇਤ ਮਨ ਜਿਹਨੂੰ ਬਾਣੀ ਜੋਤ ਆਉਂਦੀ ਹੈ, ਇਹ ਬਹੁਤ ਆਗਿਆਕਾਰੀ ਹੈ। ਇੱਕ ਵਾਰੀ ਕਹਿ ਕੇ ਵੇਖ ਇਹਨੂੰ ਸਵੇਰੇ ਫਰੈਸ਼ ਉੱਠੇਗਾ। ਅਸੀਂ ਜਦੋਂ ਰਾਤ ਨੂੰ ਇੱਦਾਂ ਕਹਿ ਕੇ ਸੌਣਾ, ਗੁਆਂਢੀਆਂ ਨੇ ਟਰੈਕਟਰ ਲੈ ਆਉਂਦਾ, ਉਹਨਾਂ ਦੇ ਨਿਆਣੇ ਬਾਹਰ ਚਲੇ ਗਏ, ਅਸੀਂ ਰਹਿ ਗਏ ਪਿੱਛੇ, ਪਤਾ ਨਹੀਂ ਕਿਹੜੇ ਬਾਬੇ ਕੋਲ ਜਾਂਦੇ ਆ, ਹੈਂ ਇੱਦਾਂ ਹੋ ਗਿਆ। ਰਾਤ ਨੂੰ ਇੱਦਾਂ ਵਾਹਵਾ ਜਿਹਾ ਘੋਲ ਜਿਹਾ ਕਰਕੇ ਸੌਂ ਜਾਣਾ, ਸਵੇਰੇ ਉੱਠਦਿਆਂ ਸਾਰੀ ਇੱਥੋਂ ਗਿੱਚੀ ਦੁਖਣੀ ਹੈ, ਬੀ ਪੀ ਵਧਿਆ ਹੋਣਾ, ਸਵੇਰੇ ਉੱਠਦਿਆਂ ਕੁੜੀਓ ਆਹ ਦੋ ਰਸ ਦੇ ਦਿਓ ਨਾਲ ਹੀ ਗੋਲੀ ਦੇ ਦਿਓ। ਕਿਉਂ 6 ਘੰਟੇ ਸੌਣ ਤੋਂ ਬਾਅਦ ਗੋਲੀ ਕਿਉਂ, ਟੈਬਲੇਟ ਕਿਉਂ ਲੈਣੀ ਪਵੇ? ਕਿਉਂਕਿ ਰਾਤ ਤੂੰ ਪੁੱਠਾ ਸੋਚ ਕੇ ਸੁੱਤਾ ਸੀ, ਇੱਕ ਦਿਨ ਚੰਗਾ ਸੋਚ ਕੇ ਸੌਂ ਕੇ ਵੇਖ, ਸਵੇਰੇ ਇੱਦਾਂ ਉੱਠੇਗਾ ਬਾਜ਼ ਨੂੰ ਅੱਖ ਖੁੱਲੂ ਤੇਰੀ, ਉੜਦਾ ਫਿਰੇਗਾ ਸਾਰਾ ਦਿਨ। ਅੱਜ ਅਸੀਂ ਮੈਟਰ ਗਲਤ ਸੇਵ ਕੀਤਾ, ਅਸੀਂ ਆਪਣੇ ਮਨ ਨੂੰ ਚੰਗੀ ਸਿੱਖਿਆ ਦਿੰਦੇ ਹੀ ਨਹੀਂ। ਅੱਛਾ ਧਿਆਨ ਨਾਲ ਸੁਣਿਓ ਮੇਰੀ ਉਹ ਭੈਣੋ ਮੇਰੇ ਵੀਰੋ, ਸਰੀਰ ਦੀ ਖੁਰਾਕ ਬਾਰੇ ਬੜੇ ਸੁਚੇਤ ਹਾਂ ਵੀ ਮੈਂ ਪਰੌਂਠਾ ਨਹੀਂ ਖਾਂਦਾ ਜੀ, ਹੁਣ ਮੈਂ ਪਕੌੜੇ ਖਾਣੇ ਛੱਡ ਦਿੱਤੇ ਜੀ, ਹੁਣ ਮੈਂ ਮਿੱਠਾ ਨਹੀਂ ਖਾਂਦਾ ਜੀ, ਹੁਣ ਮੈਨੂੰ ਡਾਕਟਰ ਨੇ ਆਹ ਚੀਜ਼ਾਂ ਰੋਕ ਦਿੱਤੀਆਂ। ਸਰੀਰ ਦੀ ਖੁਰਾਕ ਬਾਰੇ ਤਾਂ ਬੜੇ ਸੁਚੇਤ ਹਾਂ, ਮਨ ਦੀ ਖੁਰਾਕ ਬਾਰੇ ਕਦੀ ਧਿਆਨ ਦਿੱਤਾ ਵੀ ਮਨ ਨੂੰ ਕਿਹੜੀ ਖੁਰਾਕ ਦੇ ਰਹੇ ਹਾਂ? ਗੰਦੇ ਗੀਤ ਸੁਣੀ ਜਾਂਦਾ ਹੈ ਮਨ, ਗੰਦੀਆਂ ਫਿਲਮਾਂ ਵੇਖੀ ਜਾਂਦਾ ਹੈ, ਗੰਦੇ ਲੋਕਾਂ ਦੇ ਗਾਣੇ ਸੁਣੀ ਜਾਂਦਾ ਹੈ, ਆਹ ਵੀ ਆਹ ਖੁਰਾਕ ਮਨ ਦੀ ਹੈ। ਨਾਟਕ ਵੇਖੀ ਜਾਂਦਾ ਹੈ, ਆਹ ਬਹੁਤੀਆਂ ਲੜਾਈਆਂ ਕਿੱਥੋਂ ਪੈ ਰਹੀਆਂ ਨੇ? ਚੀਜ਼ਾਂ ਮਾੜੀਆਂ ਨਹੀਂ, ਬਹੁਤੇ ਫਾਰਮੂਲੇ ਨਾਟਕ ਵਾਲੇ ਬੰਦਾ ਘਰ ਵਰਤ ਕੇ ਵਹਿੰਦਾ ਵੀ ਆਪਾਂ ਵੀ ਵਰਤ ਕੇ ਵੇਖਣਾ, ਵੀ ਜਦੋਂ ਨਨਾਣ ਆਈ ਨਾ ਮੂੰਹ ਵੱਟ ਕੇ ਬਹਿ ਜਾਣਾ, ਵੀ ਜੇ ਉਹ ਆਪਾਂ ਉਹਦੇ ਸਾਹਮਣੇ ਹੱਸੇ ਉਹਨੇ ਭਰਾ ਨੂੰ ਕਹਿਣਾ ਵੀ ਯਾਰ ਕੀ ਫਰਿੱਜ ਲੈ ਕੇ ਦੇ, ਜੇ ਉਹਦੇ ਸਾਹਮਣੇ ਜ਼ਿਆਦਾ ਖੁਸ਼ ਹੋਏ ਉਹਨੇ ਕਹਿਣਾ ਵੀ ਲੈ ਕੇ ਦੇ। ਬਹੁਤੇ ਬੰਦੇ ਤਾਂ ਨਾਟਕਾਂ ਵਾਲੇ ਫਾਰਮੂਲੇ ਆਪਣੇ ਪਰਿਵਾਰਾਂ 'ਚ ਵਰਤ ਕੇ ਵੇਖਦੇ ਨੇ, ਨੌਟੰਕੀ ਬਾਜ਼ ਹੋ ਗਏ। ਨਾਟਕ ਵਿੱਚ ਕਿਸੇ ਨੂੰ ਗੋਲੀ ਵੱਜਦੀ ਸਾਰਾ ਟੱਬਰ ਰੋਈ ਜਾਂਦਾ, ਸਹੁਰਾ ਬਿਮਾਰ ਪਿਆ ਕਿਸੇ ਨੂੰ ਰੋਣ ਹੀ ਨਹੀਂ ਆ ਰਿਹਾ। ਸੱਚੀ ਮਾਂ ਨੂੰ ਟਾਈਫਾਇਡ ਹੋਇਆ ਉਹਦੇ ਵੱਲ ਕੋਈ ਵਹਿੰਦਾ ਹੀ ਨਹੀਂ। ਨਾਟਕ ਵੇਖ ਵੇਖ ਕੇ ਨੌਟੰਕੀ ਬਾਜ਼ ਹੋ ਗਏ। ਚੀਜ਼ਾਂ ਮਾੜੀਆਂ ਨਹੀਂ ਸੀ ਪਰ ਸਿੱਖਿਆ ਉਹਦੇ ਵਿੱਚੋਂ ਅਸੀਂ ਗਲਤ ਲੈ ਬੈਠੇ। ਕੋਈ ਚੀਜ਼ ਨਹੀਂ ਮਾੜੀ ਆ, ਕੈਮਰੇ ਇੰਟਰਨੈੱਟ ਮੋਬਾਈਲ ਕੋਈ ਚੀਜ਼ ਮਾੜੀ ਨਹੀਂ। ਮੈਂ ਇੱਕ ਉਦਾਹਰਨ ਦਿੰਦਾ ਹੁੰਦਾ, ਇੱਕੇ ਕੰਪਨੀ ਦਾ ਮੋਬਾਈਲ ਹੈ, ਇੱਕੇ ਪਿੰਡ ਦੇ 5 ਨੌਜਵਾਨ ਖਰੀਦ ਕੇ ਲਿਆਏ। ਜਦੋਂ ਲੈ ਕੇ ਆਏ ਸੀ ਨਾ, ਇੱਕੋ ਮਾਡਲ ਸੀ, ਇੱਕੋ ਕੰਪਨੀ ਸੀ, ਸਾਰੇ ਮੋਬਾਈਲ ਇੱਕੋ ਜਿਹੇ ਸੀ। ਉਹਨਾਂ 'ਚੋਂ 3 ਬੰਦੇ ਸੀ ਚੰਗੇ, ਉਹ ਦੁਕਾਨਦਾਰ ਕੋਲ ਗਏ, ਉਹਨੂੰ ਕਹਿੰਦੇ ਜੀ ਇਹਦੇ ਵਿੱਚ ਨਾ ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਪਾਠ ਭਰ ਦੇ। 2 ਦੇ ਵਿੱਚੋਂ ਸੀ ਮਾੜੀ ਸੋਚ ਵਾਲੇ, ਉਹਨਾਂ ਕਹਿ 'ਚ ਜਿੰਨੇ ਗਾਣੇ ਉਹ ਭਰਦੇ, ਕੋਈ ਫਿਲਮਾਂ ਭਰਦੇ। ਅੱਛਾ ਹੁਣ ਦੱਸਿਓ ਭਲਾ, ਹੁਣ ਜਿਹੜੇ ਉਹ 2 ਨੇ ਉਹ ਆਪਣੇ ਮੋਬਾਈਲ ਨੂੰ ਲੌਕ ਲਾ ਕੇ ਰੱਖਦੇ ਵੀ ਨਿਆਣੇ ਨਾ ਕਿਤੇ ਵੇਖ ਲੈਣ, ਮੇਰੀ ਘਰਵਾਲੀ ਨਾ ਕਿਤੇ। ਜਿਹੜੇ ਦੂਜੇ ਨੇ ਉਹਨਾਂ ਦੇ ਮੋਬਾਈਲ ਨੂੰ ਲੌਕ ਹੀ ਕੋਈ ਨਹੀਂ ਲੱਗਾ, ਨਿਆਣਾ ਵੇਖੇ,
ਸਿਆਣਾ ਵੇਖੇ, ਮਾਂ ਵੇਖੇ, ਭੈਣ ਵੇਖੇ, ਜਿਹੜਾ ਮਰਜ਼ੀ ਵੇਖੇ, ਹੁਣ ਦੱਸੋ ਤੁਸੀਂ ਇਹ ਕਹਿ ਸਕਦੇ ਹੋ ਵੀ ਆਹ ਜਿਨ੍ਹਾਂ ਦੇ ਮੋਬਾਇਲ 'ਚ ਗੰਦ ਭਰਿਆ ਪਿਆ, ਇਹ ਕਹੋ ਕੰਪਨੀ ਮਰ ਜਾਏ ਜਿਹਨੇ ਮੋਬਾਇਲ ਬਣਾਇਆ, ਇੱਦਾਂ ਕਹੋਗੇ? ਉਸ ਕੰਪਨੀ ਦਾ ਥੇ ਹੋ ਜਾਏ ਜਿਹਨੇ ਮੋਬਾਇਲ ਬਣਾਇਆ, ਕੰਪਨੀ ਦਾ ਕਸੂਰ ਥੋੜ੍ਹਾ। ਇਹ ਕਹੋ ਜਿਹਨੇ ਗੰਦ ਭਰਿਆ ਉਹ ਸੋਚ ਬਦਲ ਲਏ, ਦੂਜੇ ਬੰਨੇ ਉਹ ਵੀ ਮੋਬਾਇਲ, ਉਹਦੇ ਕੋਲ ਵੀ ਮੋਬਾਇਲ ਹੈ ਜਿਹਨੇ ਵਿੱਚ ਚੰਗੀ ਚੀਜ਼ ਭਰੀ ਹੈ, ਉਹਦੇ ਬਾਰੇ ਕੀ ਕਹੋਗੇ? ਯੁੱਗ ਯੁੱਗ ਜੀਵੇ ਉਹ ਕੰਪਨੀ, ਕੰਪਨੀ ਨਹੀਂ ਯੁੱਗ ਯੁੱਗ ਜੀਵੇ, ਉਹ ਨੌਜਵਾਨ ਯੁੱਗ ਯੁੱਗ ਜੀਵੇ ਜਿਹਨੇ ਮੋਬਾਇਲ ਵਿੱਚ ਚੰਗੀ ਵਿਚਾਰ ਭਰੀ ਹੈ। ਸਤਿਗੁਰ ਨੇ ਬ੍ਰੇਨ ਤਾਂ ਸਾਰਿਆਂ ਨੂੰ ਇੱਕੋ ਜਿਹਾ ਦਿੱਤਾ ਸੀ, ਸੋਚ ਆ ਬ੍ਰੇਨ ਤਾਂ ਸਾਰਿਆਂ ਦਾ ਇੱਕੋ ਜਿਹਾ, ਕਿਸੇ ਨੇ ਇਹਦੇ ਵਿੱਚ ਗੰਦ ਭਰ ਲਿਆ ਅਤੇ ਕਿਸੇ ਨੇ ਇਹਦੇ ਵਿੱਚ ਚੰਗੀਆਂ ਚੀਜ਼ਾਂ ਭਰ ਲਈਆਂ। ਭਰਨਾ ਤੇਰੇ 'ਤੇ ਡਿਪੈਂਡ ਕਰਦਾ, ਜੋ ਭਰੇਗਾ ਉਹੀ ਵੇਖੇਗਾ, ਬਸ ਚੇਤਾ ਰੱਖੀ। ਇਸ ਕਰਕੇ ਹਰ ਹਰ ਕਰੈ ਨਿਤ ਕਪਟ ਕੁਮਾਵੈ, ਹਿਰਦਾ ਸ਼ੁੱਧ ਨਾ ਹੋਈ ਅਨ ਦਿਨ ਕਰਮ ਕਰੈ ਬਹੁ ਤੇਰੇ। ਦਿਨ ਰਾਤ ਸਰੀਰ ਦੇ ਤਲ ਉੱਪਰ ਕਰਮ ਕਰੀ ਜਾਂਦਾ, ਪਰ ਸੁਪਨੇ ਸੁੱਖ ਨਾ ਹੋਈ, ਸੁਪਨਾ ਵੀ ਕਦੀ ਸੁੱਖਦਾ ਨਹੀਂ ਆਉਂਦਾ। ਜਪ ਤਪ ਸੰਜਮ, ਬੜੇ ਜਪ ਕਰਕੇ ਵੇਖ ਲਏ, ਬੜੇ ਮੰਤਰ ਪੜ੍ਹ ਕੇ ਵੇਖ ਲਏ, ਆ ਜਾਂਦੇ ਨਾ ਕਈ ਬਾਬਿਆਂ ਕੋਲੋਂ, ਬਾਬੇ ਫਿਰ ਮੰਤਰ ਦਿੰਦੇ ਆਹ ਸ਼ਬਦ 40 ਦਿਨ ਪੜ੍ਹਿਓ ਤੁਹਾਡੇ ਘਰ ਲੜਕਾ ਹੋਏਗਾ। ਜੇ ਸ਼ਬਦਾਂ ਨਾਲ ਲੜਕੇ ਹੁੰਦੇ ਤਾਂ ਬੇਬੇ ਨਾਨਕੀ ਵੇਲੇ ਸ਼ਬਦ ਨਹੀਂ ਸੀ ਹੈਗੇ, ਬੇਬੇ ਨਾਨਕੀ ਘਰ ਨਾ ਧੀ ਸੀ ਅਤੇ ਨਾ ਬੇਬੇ ਨਾਨਕੀ ਘਰ ਪੁੱਤ ਸੀ, ਪਰ ਲੋਕ ਜਾਂਦੇ ਨੇ। ਆਹ ਸ਼ਬਦ ਪੜ੍ਹਿਓ ਤੁਹਾਡਾ ਕੇਸ ਜਿੱਤਿਆ ਜਾਊ, ਆਹ ਸ਼ਬਦ ਪੜ੍ਹਿਓ ਤੁਹਾਡੇ ਦੁੱਖ ਦੂਰ ਹੋ ਜਾਣਗੇ। ਸ਼ਬਦ ਨੇ ਦੁੱਖ ਦੂਰ ਨਹੀਂ ਕਰਨਾ, ਸ਼ਬਦ ਪੜ੍ਹ ਕੇ ਸੋਚ ਸਹੀ ਕਰਨੀ ਪੈਣੀ ਹੈ। ਜੇ ਇਕੱਲੇ ਸ਼ਬਦ ਪੜ੍ਹਿਆ ਦੁੱਖ ਦੂਰ ਹੁੰਦੇ ਹੁੰਦੇ, ਫਿਰ ਤਾਂ ਗ੍ਰੰਥੀ 'ਤੇ 24 ਘੰਟੇ ਸ਼ਬਦ ਪੜ੍ਹਦਾ, ਜਿਹੜੇ ਪਾਠੀ ਆ ਉਹ ਤਾਂ ਦਿਹਾੜੀ 'ਚ ਕਈ ਵਾਰੀ 3-3 ਰੌਲਾਂ ਲਾਉਂਦੇ ਨੇ, ਪਰ ਫਿਰ ਬਾਬੇ ਕੋਲ ਬੈਠੇ ਹੁੰਦੇ, ਬਾਬਾ ਜੀ ਕੋਲ ਫੂਕ ਮਾਰੋ ਨਾ। ਕਈ ਗ੍ਰੰਥ, ਕਈ ਪਾਠੀ ਸਿੰਘ ਵੀ ਮੈਂ ਸ਼ਬਦ 3-3 ਰੌਲਾਂ ਰੋਜ਼ ਲਾਉਣ ਵਾਲੇ, ਉਹਦੀ ਘਰਵਾਲੀ ਕਹਿੰਦੀ ਚੰਗਾ ਫਿਰ ਮੈਂ ਵੀ ਬਾਬਾ ਜੀ ਕੋਲ ਦਰਸ਼ਨ ਕਰ ਆਵਾਂ, ਉੱਥੋਂ ਚਿਮਟੇ 2-3 ਮੋਹਰਾਂ 'ਤੇ ਖਾਵਾਂ ਮੈਂ। ਕਈ ਵਾਰੀ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਪਰਿਵਾਰ ਸਾਧਾਂ ਦੇ ਅੱਗੇ ਜਾ ਕੇ ਗੋਠੇ ਰੇਕਦੇ ਹੁੰਦੇ ਨੇ, ਉਹ ਦੀਵੇ ਜਾ ਕੇ ਮੜੀਆਂ 'ਤੇ ਜਗਾਉਂਦੇ ਹੁੰਦੇ ਨੇ, ਆਪ ਉਹ ਗੁਰਦੁਆਰੇ ਦੀ ਕਮੇਟੀ ਵਿੱਚ ਹੁੰਦੇ ਨੇ, ਸ਼ਬਦ 'ਤੇ ਰੋਜ਼ ਸੁਣਦੇ ਨੇ। ਸੋਚ ਆਪਣੀ ਬਦਲਣੀ ਪੈਣੀ, ਕਮਿਟਮੈਂਟ ਭਰਨੀ ਪੈਣੀ, ਵਾਅਦਾ ਕਰਨਾ ਪੈਣਾ। ਮਨ ਦੇ ਦੁੱਖਾਂ ਦਾ ਇਲਾਜ ਜਾਪ ਤਾਪ ਭਰਮਨ ਵਧਾ ਵਸੁਦਾ ਕਰ, ਉਰਧ ਤਾਪ ਲੈ ਕੇ ਜਪ ਮੰਤਰ, ਤਪ ਸਰੀਰ ਨੂੰ ਕਸ਼ਟ ਦੇਣੇ, ਸੰਜਮ ਕਈ ਪ੍ਰਕਾਰ ਦੇ ਵਰਤ ਰੱਖਣ ਦੀ ਨਾਟਕ ਕਰਨੇ, ਵਰਤ ਕਰੇ ਪੂਜਾ, ਵਰਤ ਰੱਖਣੇ। ਵਰਤ ਵੀ ਕੀ ਰੱਖਦੇ ਨੇ? ਪਤੀ ਦੀ ਲੰਬੀ ਉੱਚੀ ਬੋਲੋ ਜੀ। ਅੱਛਾ, ਪਤੀ ਕੋਈ ਵਰਤ ਨਹੀਂ ਰੱਖਦਾ ਵੀ ਪਤਨੀ ਦੀ ਲੰਬੀ ਉਮਰ ਹੋਵੇ, ਇੱਕ ਵੀ ਵਰਤ ਇੱਦਾਂ ਦਾ ਨਹੀਂ ਹੈਗਾ। ਅੱਛਾ, ਮੈਂ ਇੱਕ ਬੇਨਤੀ ਹੋਰ ਕਰਾਂ, ਸਿਆਣੀਆਂ ਮੇਰੀਆਂ ਭੈਣਾਂ ਬੈਠੀਆਂ ਨੇ, ਕਈਆਂ ਨੂੰ ਤਾਂ ਸੱਚੀ ਸੁੱਖ ਮਿਲਦਾ ਪਤੀ ਤੋਂ, ਕਈ ਵਿਚਾਰੀਆਂ ਮਾਰ ਵੀ ਖਾਂਦੀਆਂ ਨੇ ਉਹਦੇ ਕੋਲੋਂ, ਕੁੱਟ ਵੀ ਖਾਂਦੀਆਂ, ਨਾਲੇ ਰੋਟੀ ਬਣਾਉਂਦੀਆਂ, ਨਾਲੇ ਇੱਦਾਂ ਕਹਿਣਗੀਆਂ ਮੇਰੇ ਵਾਲ ਪੁੱਟਤੇ ਉਹਨੇ, ਮੇਰੀਆਂ ਮੋਰਾਂ ਸੇਕਤੀਆਂ ਮਾਰ ਮਾਰ ਕੇ, ਮੈਨੂੰ ਪੀ ਕੇ ਬਹੁਤ ਮਾਰਦਾ ਮੈਨੂੰ। ਕਈ ਵਾਰੀ ਉੱਧਰੋਂ ਦੋਸਤ ਆ ਜਾਂਦੇ ਨੇ, ਮੈਂ ਰੋਟੀ ਬਣਾ ਕੇ ਬੈਠੀ ਰਹਿੰਦੀ ਹਾਂ, ਮਾਰਦਾ ਮੈਨੂੰ। ਪਰ ਵਰਤ ਵਾਲੇ ਦਿਨ ਨਾ ਉਹ ਵੀ ਭੁੱਖੀ ਬੈਠੀ ਹੁੰਦੀ ਸਾਰੇ ਦਿਨ ਦੀ, ਸਗੋਂ ਤੂੰ ਅੱਜ 2 ਵੱਧ ਖਾ, ਵਿਖਾ ਵਿਖਾ ਕੇ ਖਾ, ਇੱਦਾਂ ਵੀ ਮੈਂ ਖਾਣ ਲੱਗੀ ਹੋ, ਕਿਉਂਕਿ ਜੇ ਭੁੱਖੇ ਰਿਹਾ ਉਮਰ ਵੱਧ ਹੀ ਆ ਤਾਂ ਖਾਣ ਨਾਲ, ਇੱਦਾਂ ਫਿਰ ਤਾਂ ਐਟਮ ਬੰਬ ਵਾਲੀ ਗੱਲ ਨਾ ਹੋਵੇ।
ਵੀ ਘਰ ਵਾਲਾ ਰਾਖੀ ਕਰਦਾ ਫਿਰ ਵੀ ਤੂੰ ਨਾ ਖਾਈ ਤਾਂ ਮੈਂ ਮਰ ਜਾਣੀ ਆ ਜੀ। ਉਹ ਤਾਂ ਰਾਖੀ ਕਰਦਾ ਫਿਰ ਵੀ ਲਾ ਦਿਓ ਲੋਕ, ਅੱਜ ਕੋਈ ਬਿਸਕੁਟਾਂ ਦਾ ਡੱਬਾ ਨਾ ਖੁੱਲ੍ਹਾ ਹੋਵੇ, ਇਹਨੂੰ ਇੱਕ ਕਮਰੇ 'ਚ ਬੰਦ ਕਰ ਦਿਓ, ਇਹ ਭੁੱਖੀ ਰਹੂ ਅਤੇ ਮੈਨੂੰ 4 ਸਾਲ। ਉਹ ਪਿਆਰਿਓ, ਜੇ ਇੱਦਾਂ ਉਮਰਾਂ ਵੱਧਦੀਆਂ ਹੁੰਦੀਆਂ, ਇਸ ਦੇਸ਼ ਵਿੱਚ ਬਹੁਤ ਔਰਤਾਂ ਨੇ ਜਿਨ੍ਹਾਂ ਨੂੰ ਖਾਣ ਲਈ ਸੱਚੀ ਰੋਟੀ ਅਜੇ ਨਸੀਬ ਨਹੀਂ ਹੋ ਰਹੀ। ਬਿਹਾਰ ਦੇ ਇਲਾਕੇ 'ਚ ਮੈਂ ਅੱਖੀਂ ਵੇਖ ਕੇ ਆਇਆ, ਝਾਰਖੰਡ ਦੇ ਇਲਾਕੇ 'ਚ ਹੌਲੀ ਹੌਲੀ ਤਰੱਕੀ ਹੋ ਗਈ ਤਾਂ ਵੱਖਰੀ ਗੱਲ ਹੈ, ਸੱਚੀ ਗੱਲ ਹੈ। ਜਦੋਂ ਉਹ ਬੰਦੇ ਪੰਜਾਬ ਆਉਂਦੇ ਆ ਨਾ, ਜਦੋਂ ਇੱਥੇ ਆਣ ਕੇ ਰਜਵੀਂ ਰੋਟੀ ਮਿਲਦੀ, ਉਹਨਾਂ ਵਾਸਤੇ ਕੈਨੇਡਾ ਅਮੈਰੀਕਾ ਨਾਲੋਂ ਘੱਟ ਨਹੀਂ ਹੁੰਦਾ। ਬਹੁਤ ਇਲਾਕੇ ਨੇ ਝਾਰਖੰਡ ਵਿੱਚ ਐਸੇ ਜਿੱਥੇ ਰੋਟੀ ਦਾ ਨਾਮ ਸੁਣਿਆ ਉਹਨਾਂ ਨੇ, ਪਰ ਰੋਟੀ ਉਹਨਾਂ ਨੇ ਵੇਖੀ ਨਹੀਂ ਹੈ। ਫਿਰ ਤਾਂ ਉਹਨਾਂ ਦੇ ਪਤੀ ਕਦੀ ਮਰਨੀ ਨਾ, ਵਰਤ ਰੱਖਿਆ ਉਮਰ ਨਹੀਂ ਵਧਣੀ, ਪਰ ਰੱਖ ਰਹੇ ਨੇ ਲੋਕ। ਉੱਦਾਂ ਸਰੀਰ ਨੂੰ ਇੱਕ ਦਿਨ ਤੁਸੀਂ ਭੁੱਖਾ ਰੱਖੋ ਤਾਂ ਗੱਲ ਵਧੀਆ ਵੀ ਸਾਹ ਮਿਲ ਜਾਂਦਾ, ਪਰ ਇਹਦੇ ਨਾਲ ਉਮਰ ਵਧਣ ਦਾ ਕੋਈ ਮਤਲਬ ਨਹੀਂ। ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ, ਮਨ ਦੇ ਪਿੱਛੇ ਤੁਰਨ ਵਾਲਾ ਰੋਗ ਨਾ ਜਾਈ। ਕਿਹੜਾ ਰੋਗ? ਅੰਤਰ ਰੋਗ, ਰੋਗ ਤੇ ਅੰਦਰ ਸੀ। ਮਹਾ ਅਭਿਮਾਨਾ, ਰੋਗ ਤੇ ਅੰਦਰ ਸੀ ਹੰਕਾਰ ਦਾ। 1100 ਗੁਰਦੁਆਰੇ ਦਿੱਤਾ, 2100 ਗੁਰਦੁਆਰੇ ਦਿੱਤਾ, 11000 ਗੁਰਦੁਆਰੇ ਦਿੱਤਾ, ਅਤੇ ਉਹਨਾਂ ਨੂੰ ਕਿਤੇ ਲਿਖਣ ਦਾ ਨਾਂ ਭੁੱਲ ਗਿਆ ਚੇਤਾ, ਉਹਨਾਂ ਨੇ ਕਿਤੇ ਅਰਦਾਸ ਵਿੱਚ ਨਾਂ ਨਾ ਲਿਆ, ਅਤੇ ਆਪਾਂ ਨੂੰ ਚੜ੍ਹ ਗਿਆ ਬੁਖਾਰ, ਕਿਉਂਕਿ ਮਹਾ ਅਭਿਮਾਨਾ ਵੀ ਮੈਂ ਗੁਰਦੁਆਰੇ ਪੈਸੇ ਦੇ ਗਿਆ ਸੀ, ਮੇਰਾ ਪੱਖੇ 'ਤੇ ਨਾਂ ਨਹੀਂ ਲਿਖਿਆ, ਮੇਰਾ ਫਰਿੱਜ 'ਤੇ, ਮੇਰਾ ਵਾਟਰ ਕੂਲਰ 'ਤੇ ਨਾਂ ਨਹੀਂ ਲਿਖਿਆ। ਵੇਖੋ ਨਾਂ ਲੱਭਦਾ ਫਿਰਦਾ। ਅੰਤਰ ਰੋਗ ਮਹਾ ਅਭਿਮਾਨਾ, ਮਹਾ ਅਭਿਮਾਨ ਦਾ ਰੋਗ ਹੈ ਅੰਦਰ, ਹੰਕਾਰ ਦਾ ਰੋਗ ਹੈ ਅੰਦਰ। ਦੂਜੇ ਪਾਏ ਖੁਆਏ, ਅੱਛਾ ਇਹ ਰੋਗ ਜਿਹੜਾ ਨਾ ਇਕੱਲਾ ਧਾਰਮਿਕ ਸਥਾਨ 'ਤੇ ਨਹੀਂ ਸਮੱਸਿਆ ਦਿੰਦਾ, ਵਿਆਹਾਂ ਸ਼ਾਦੀਆਂ 'ਤੇ ਵੀ ਪ੍ਰੋਬਲਮ ਦਿੰਦਾ। ਹੁਣ ਤੁਸੀਂ ਨਿਮਰਤਾ ਰੱਖ ਕੇ ਸਹੁਰੇ ਚੱਲ ਜਾਓ, ਵੀ ਜੇ ਕਿਸੇ ਨੇ ਚਾਹ ਪਾਣੀ ਪੁੱਛਤਾ ਤਾਂ ਵੀ ਠੀਕ ਹੈ, ਜੇ ਨਾ ਪੁੱਛਿਆ ਤਾਂ ਵੀ ਠੀਕ ਹੈ। ਜੇ ਘਰੋਂ ਹੰਕਾਰ ਰੱਖ ਕੇ ਗਏ ਅਤੇ ਚਲੇ ਗਏ ਆਪਾਂ ਕਿਤੇ ਸਾਂਢੂ ਦੇ, ਕੁੜਮਾਂ ਦੇ, ਕਿਤੇ ਵਿਆਹ ਜਾਂ ਸਹੁਰਿਆਂ ਦੇ, ਅਤੇ ਉੱਥੇ ਚਾਹ ਨਾ ਪਿਆਈ ਜਾਂ ਚਾਹ ਪਿਆਉਂਦਿਆਂ 2 ਮਿੰਟ ਲੇਟ ਹੋ ਗਈ, ਜਾਂ ਕਈ ਵਾਰੀ ਇੱਦਾਂ ਹੁੰਦਾ ਵੀ ਇੱਦਾਂ ਸਾਰਿਆਂ ਨੂੰ ਫੜਾਉਂਦਿਆਂ ਕਈ ਇਹ ਗੱਲ ਤੋਂ ਵੀ ਗੁੱਸਾ ਕਰ ਜਾਂਦੇ, ਉੱਥੋਂ ਹੀ ਵਿਆਹ 'ਚੋਂ ਭੱਜ ਆਉਂਦੇ ਆ ਵੀ ਸਾਰਿਆਂ ਨੂੰ ਚਾਹ ਫੜਾ ਦਿੱਤੀ, ਮੈਨੂੰ ਚਾਹ, ਮੈਨੂੰ ਰੋਟੀ ਪੁੱਛੀ ਨਹੀਂ। ਉਹ ਫਿਰ ਵਿਆਹ 'ਚੋਂ ਭੱਜ ਆਉਂਦੇ ਆ, ਫਿਰ ਵਿਚਾਰੀ ਉਹ ਵੀ ਡਰਦੀ ਹੁੰਦੀ ਆ, ਉਹ ਫਿਰ ਘਰ ਦੇ ਨਵਾਂ ਦੀ ਆ ਵੀ ਮੈਨੂੰ ਹੁਣ ਇਹਦੇ ਨਾਲ ਹੀ ਜਾਣਾ ਪੈਣਾ, ਤੁਹਾਡਾ ਵਿਆਹ, ਤੁਹਾਨੂੰ ਮੁਬਾਰਕ, ਤੁਸੀਂ ਤਾਂ ਇਹਨੂੰ ਚਾਹ ਪਾਣੀ। ਹੁਣ ਦੁਖੀ ਕਿੱਥੇ? ਇੱਕ ਆਪ ਦੁਖੀ ਹੋਇਆ, ਨਾਲ ਪਰਿਵਾਰ ਨੂੰ ਦੁਖੀ ਕੀਤਾ। ਸਭ ਤੋਂ ਵੱਡੀ ਸਮੱਸਿਆ ਇਕੱਲੀ ਇੱਥੇ ਹੀ ਨਹੀਂ, ਹੰਕਾਰ ਕਈਆਂ ਥਾਵਾਂ 'ਤੇ ਪਰਿਵਾਰਾਂ ਦੇ ਵਿੱਚ ਬਖੇੜੇ ਖੜੇ ਕਰਦਾ ਹੈ। ਅਤੇ ਜੇ ਬੰਦਾ ਇਹ ਸੋਚੇ, ਘਰ ਵਿੱਚ ਵੀ ਹੈ, ਘਰ ਵਿੱਚ ਵੀ ਸਮੱਸਿਆ ਹੈ। ਨਿਮਰਤਾ ਬੜਾ ਵੱਡਾ ਸੁਭਾਅ ਵਿੱਚ ਗੁਣ ਹੈ ਜਿਹੜਾ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਦਾ। ਤੁਹਾਡੇ ਵਿੱਚੋਂ ਕਈਆਂ ਦੇ ਧੀ ਪੁੱਤ ਬਾਹਰ ਗਏ ਹੋਣਗੇ ਕਦੀ ਵੇਖਣਾ, ਉੱਥੇ ਹਰ ਬੰਦਾ ਆਪਣਾ ਕੰਮ ਆਪ ਕਰਦਾ, ਉੱਥੇ ਰੋਟੀ ਖਾਂਦਾ ਨਾ ਪਲੇਟ ਚੁੱਕ ਕੇ ਕਿਚਨ 'ਚ ਆਪ ਰੱਖ ਕੇ ਆਉਂਦਾ। ਹਰ ਬੰਦਾ ਇੰਝ ਅਹਿਸਾਸ ਹੁੰਦਾ ਕਿ ਮੈਂ ਆਪਣਾ ਬੋਝ ਨਹੀਂ ਬਣਨਾ ਕਿਸੇ 'ਤੇ। ਇੱਥੇ ਬੰਦਾ ਤਾਸ਼ ਖੇਡ ਕੇ ਵੀ ਬਾਹਰੋਂ ਆਉਂਦਾ, ਕਹਿੰਦਾ ਲਿਆਓ ਪਾਣੀ, ਬਾਹਰੋਂ ਘੁੰਮ ਕੇ ਆਇਆ, ਸਾਰੀ ਦਿਹਾੜੀ ਲੀਡਰਾਂ ਦੇ ਪਿੱਛੇ ਰੈਲੀਆਂ ਕਰਦਾ ਆਇਆ, ਘਰ ਆਣ ਕੇ ਕੀ ਆਉਂਦਾ, ਗਰਮ ਪਾਣੀ ਕਰੋ, ਮੇਰੇ ਪੈਰ ਧਵਾਓ, ਮੇਰੇ ਵਾਸਤੇ ਚਾਹ ਪਾਣੀ ਗਰਮ ਕਰੋ। ਦੱਸ ਵੀ ਸਵੇਰ ਦਾ ਲੀਡਰਾਂ ਮਗਰ ਘੁੰਮਦਾ ਆ, ਆਪੇ ਫੜ ਕੇ ਪਾਣੀ ਪੀ ਲਾ ਭਾਈ, ਪਰ ਨਹੀਂ, ਸਾਰਿਆਂ ਨੂੰ ਇੱਕ ਅੱਧਾ ਨੌਕਰ। ਅਸੀਂ ਬਾਬਿਆਂ ਨੂੰ ਕਹਿੰਦੇ ਨਾ ਵੀ ਬਾਬਿਆਂ ਨੇ ਗੜਬਈ ਰੱਖੇ ਆ, ਘਰਾਂ 'ਚ ਵੀ ਕਈਆਂ ਰੱਖੇ ਆ, ਇਕੱਲੇ ਬਾਬਿਆਂ ਨੂੰ ਰੱਖੇ, ਅਸੀਂ ਘਰਾਂ 'ਚ ਵੀ ਗੜਬਈ ਰੱਖੇ। ਜਿੱਥੇ ਜਿੱਥੇ ਜਿਹਦਾ ਜ਼ੋਰ ਲੱਗਦਾ, ਮਾੜਾ ਮੋਟਾ ਆਪਣਾ ਦਬਕਾ ਚਲਾਈ ਜਾਂਦਾ। ਇੱਥੇ ਨੁਕਸਾਨ ਸਭ ਤੋਂ ਵੱਡਾ ਹੋ ਰਿਹਾ। ਆਪਾਂ ਕਈ ਵਾਰੀ ਕਹਿੰਦੇ ਜਥੇਦਾਰ ਹੁਕਮ ਚਲਾਉਂਦੇ ਨੇ, ਬਾਬਿਆਂ ਨੇ ਗੜਬਈ ਰੱਖੇ ਹੋਏ ਨੇ,
ਮਾੜਾ ਮੋੜ ਤੇ ਹਰ ਇੱਕ ਨੇ ਰੱਖਿਆ। ਕਈ ਤੇ ਬੰਦਿਆਂ ਦਾ ਇੱਦਾਂ ਦਾ ਹਿਸਾਬ ਕਿਤਾਬ ਵੀ ਇਸ਼ਨਾਨ ਕਰਨ ਵੀ ਜਾਣਾ ਨਾ, ਮੈਨੂੰ ਕੱਪੜੇ ਇੱਥੇ ਚਾਹੀਦੇ ਪਏ ਹੋਏ। ਅਤੇ ਕਈ ਬੰਦੇ ਇੱਦਾਂ ਦੇ ਆ, ਉਹ ਕਹਿੰਦਾ ਕੋਈ ਨਹੀਂ, ਉਹ ਆਪਣੇ ਬੱਚਿਆਂ 'ਚ ਬਿਜੀ ਆ, ਮੈਂ ਆਪੇ ਆਪਣੇ ਕੱਪੜੇ ਫੜ ਕੇ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਜਾਣਾ। ਕਈ ਬੱਚੇ ਇੱਦਾਂ ਦੇ ਨੇ, ਉੱਥੇ ਪਤਾ ਹੈ ਸਕੂਲੋਂ ਆਣ ਕੇ ਆਪਣੀ ਵਰਦੀ ਲਾਹ ਲੈਣੀ ਹੈ, ਮੁੜ ਕੇ ਘਰ ਵਾਲੇ ਕੱਪੜੇ ਪਾ ਲੈਣੇ ਨੇ। ਅਤੇ ਕਈਆਂ ਨਿਆਣੇ ਦੇ ਇੱਦਾਂ ਦੀ ਤਿਆਰੀ ਹੁੰਦੀ ਹੈ ਵੀ ਆਣ ਕੇ ਵਰਦੀ ਲਾ ਕੇ ਇੱਧਰ ਨੂੰ ਮਾਰੀ, ਇੱਕ ਵਰਦੀ ਐਂ ਨੂੰ ਮਾਰੀ, ਪਟਕੀ ਲਾ ਕੇ ਉੱਥੇ ਰੱਖੀ, ਬੈਗ ਰੱਖਿਆ ਉੱਥੇ, ਕਹਿੰਦਾ ਲਿਆ ਮਾਂ ਮੇਰੇ ਕੱਪੜੇ। ਹੁਣ ਇਹ ਤਿਆਰੀ, ਇੱਦਾਂ ਦਾ ਬੱਚਾ ਕਿਤੇ ਬਾਹਰ ਚਲਾ ਗਿਆ, ਮੈਂ ਅੱਖੀਂ ਵੇਖਿਆ ਬਾਹਰਲੀਆਂ ਕੰਟਰੀਆਂ 'ਚ, ਉਹ ਸੌਕਸਾਂ 'ਚ ਸਪਰੇਅ ਕਰਕੇ ਜਾਂਦੇ, ਆਪਣੀ ਸੌਕਸ ਵੀ ਧੋਣ ਨੂੰ ਤਿਆਰ ਨਹੀਂ ਹੁੰਦੇ। ਮਾਂ ਬਾਪ ਨੇ ਜ਼ਮੀਨਾਂ ਵਿੱਚ ਵੇਚ ਕੇ ਉਹਨਾਂ ਨੂੰ ਬਾਹਰ ਕੱਲਿਆ ਹੁੰਦਾ। ਗੱਲ ਫਿਰ ਸਪਸ਼ਟ ਹੈ, ਜੇ ਤੁਹਾਡੇ ਸਾਹਮਣੇ ਤੁਹਾਡੀ ਧੀ ਤੁਹਾਡੇ ਆਖੇ ਨਾ ਲੱਗ ਰਹੀ, ਖਤਰੇ ਦੀ ਘੰਟੀ ਹੈ, ਸਹੁਰੇ ਵਸੇਗੀ ਕਿੱਦਾਂ? ਇਹ ਖਤਰੇ ਦੀ ਘੰਟੀ ਹੈ। ਜੇ ਤੁਹਾਡੇ ਸਾਹਮਣੇ ਤੁਹਾਨੂੰ ਟਿੱਚ ਕਰਕੇ ਜਵਾਬ ਦਿੰਦੀ, ਉਹ ਤਾਂ ਬਗਾਨੀ ਮਾਂ ਦੇ ਕੋਲ ਜਾਣਾ ਉਹਨੇ, ਇਹ ਤਾਂ ਜੰਮੀ ਸੀ, ਘਰੋਂ ਜੰਮੀ ਸੀ, ਪਿਓ ਨੇ ਪੈਦਾ ਕਰਕੇ ਵੱਡੀ ਕੀਤੀ ਸੀ। ਜੇ ਸਾਡੀ ਗੱਲ ਨੱਕ 'ਤੇ ਮੱਖੀ ਨਹੀਂ ਬਹਿਣ ਦਿੰਦੀ, ਸਹੁਰੇ ਘਰ ਕਿੱਦਾਂ ਜਾਏਗੀ? ਜੇ ਤੁਹਾਡਾ ਪੁੱਤ ਤੁਹਾਡੀ ਗੱਲ ਧਿਆਨ ਨਾਲ ਨਹੀਂ ਸੁਣ ਰਿਹਾ, ਤਾਂ ਉਹ ਆਪਣੀ ਵਾਈਫ ਦੇ ਪੇਕਿਆਂ ਨੂੰ ਕਿੱਦਾਂ ਮਾਣ ਦੇਵੇਗਾ? ਭਲਾ, ਮੈਂ ਇਕੱਲੀ ਲੜਕੀ ਦੀ ਗੱਲ ਨਹੀਂ ਕਰਦਾ, ਮੈਂ ਲੜਕੇ ਦੀ ਗੱਲ ਵੀ ਕਰਦਾ। ਜੇ ਉਹ ਮਾਂ ਦਾ ਸਤਿਕਾਰ ਨਹੀਂ ਕਰ ਰਿਹਾ, ਪਿਓ ਨੂੰ ਟਿੱਚ ਨਹੀਂ ਜਾਣਦਾ, ਸਹੁਰੇ ਅਤੇ ਸੱਸ ਦਾ ਕਿੱਦਾਂ ਸਤਿਕਾਰ ਕਰੇਗਾ? ਗੁਰਬਾਣੀ ਸਾਨੂੰ ਇੰਝ ਸਿਖਾਉਂਦੀ ਸੀ, ਗੁਰਬਾਣੀ ਸਾਨੂੰ ਇੱਦਾਂ ਜ਼ਿੰਦਗੀ ਜਿਉਣ ਦਾ ਤਰੀਕਾ ਸਮਝਾਉਂਦੀ ਸੀ। ਅਜੇ ਟਾਈਮ ਮੇਰੇ ਖਿਆਲ 'ਚ ਥੋੜ੍ਹਾ ਹੀ ਹੋਇਆ ਜੀ, ਜੇ ਸੰਗਤ ਜ਼ਿਆਦਾ ਉੱਠਣ ਲੱਗ ਪਈ ਮੈਨੂੰ ਸਮਾਪਤੀ ਕਰਨੀ ਪੈਣੀ ਹੈ। ਵੈਸੇ 11 ਕੁ ਵਜੇ ਨੇ, ਇੰਨੇ ਕੁ ਵਜੇ ਵਿਆਹਾਂ ਸ਼ਾਦੀਆਂ 'ਤੇ ਨਾ ਨੱਚਣ ਗਾਉਣ ਦਾ ਕੰਮ, ਅਤੇ ਆਪਾਂ ਤਾਂ ਮੇਰੇ ਖਿਆਲ 'ਚ ਇਹ ਤੋਂ ਪਹਿਲਾਂ ਸਮਾਪਤੀ ਕਰ ਦੇਣੀ ਹੈ। ਰੋਜ਼ ਸਮਾਗਮ ਇੱਦਾਂ ਦੇ ਹੁੰਦੇ ਨਹੀਂ, ਮੇਰਾ ਟਾਈਮ ਅਨਾਊਂਸ ਨਹੀਂ ਕੀਤਾ, ਪਰ ਜਦੋਂ ਜ਼ਿਆਦਾ ਉੱਠਣ ਲੱਗ ਪਏ ਨਾ, ਫਿਰ ਮੈਨੂੰ ਇੱਥੋਂ ਕਹਿਣਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਸਮਾਂ ਹੋਰ ਹੈ, ਬਸ ਮੈਂ ਸੰਖੇਪ ਸ਼ਬਦਾਂ 'ਚ ਅਰਥ ਜਿਹੜੇ ਆ ਉਹ ਕਰ ਰਿਹਾ ਵਾਂ, ਅਤੇ ਆਓ ਧਿਆਨ ਨਾਲ ਸੁਣੋ। ਸਤਿਗੁਰੂ ਜੀ ਕਹਿੰਦੇ, ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਭਾਏ ਖਵਾਈ। ਕਹਿੰਦੇ ਬਾਹਰ ਭੇਖ, ਬਾਹਰੋਂ ਭੇਖ ਬਣਾ ਲਿਆ, ਬਾਹਰ ਭੇਖ ਬਹੁਤ ਚਤੁਰਾਈ, ਬਾਹਰੋਂ ਭੇਖ ਧਾਰਨ ਕਰ ਲਿਆ, ਮਨ ਚਲਾਕੀਆਂ ਕਰਦਾ, ਬਾਹਰ ਭੇਖ ਬਹੁਤ ਚਤੁਰਾਈ, ਮਨੂਆ ਦਹਿ ਦਿਸ ਧਾਵੇ, ਮਨ ਦਸਾਂ ਦਸਾਵਾਂ ਵਾਲੇ ਬੰਨੇ ਭੜਕਦਾ ਫਿਰਦਾ ਹੈ। ਮਨੂਆ ਦਹਿ ਦਿਸ ਧਾਵੇ, ਹਉਮੈ ਵਿਆਪਿਆ ਸ਼ਬਦ ਨਾ ਚੀਨੇ। ਹਉਮੈ 'ਚ ਫਸਿਆ ਬੰਦਾ ਸ਼ਬਦ ਨੂੰ ਨਹੀਂ ਚੀਨਦਾ, ਸਿੱਖਿਆ ਨਹੀਂ ਲੈਂਦਾ, ਫਿਰ ਫਿਰ ਜੂਨੀ ਮਨ ਕਰਕੇ ਜੰਮਣ ਮਰਨ ਦੇ ਚੱਕਰਾਂ 'ਚ ਪਿਆ। ਅਖੀਰ 'ਚ ਕਹਿੰਦੇ ਨੇ, ਨਾਨਕ ਨਦਰ ਕਰੇ ਸੋ ਬੂਝੈ। ਹੇ ਨਾਨਕ, ਜਦੋਂ ਮਾਲਕ ਦੀ ਨਦਰ ਦਾ ਪਾਤਰ ਬਣ ਗਿਆ, ਉਹਨੇ ਇਸ ਗੱਲ ਨੂੰ ਬੁੱਝ ਲਿਆ। ਸੋ ਜਨ ਨਾਮ ਧਿਆਏ, ਉਹ ਜਨ ਪਰਮੇਸ਼ਰ ਦੇ ਨਾਮ ਦੇ ਨਾਲ ਸਾਂਝ ਪਾਉਂਦਾ। ਗੁਰਪ੍ਰਸਾਦੀ ਏਕੋ ਬੂਝੈ, ਗੁਰੂ ਦੇ ਪ੍ਰਸਾਦ ਨਾਲ ਉਹਨੇ ਇੱਕ ਨਾਲ ਸਾਂਝ ਪਾ ਲਈ। ਏਕ ਸਮਾਹੇ ਸਮਾਏ, ਉਹ ਇੱਕ ਵਿੱਚ ਹੀ ਸਮਾ ਗਿਆ, ਇੱਕ ਵਿੱਚ ਹੀ ਲੀਨ ਹੋ ਗਿਆ। ਸਾਡੀ ਜ਼ਿੰਦਗੀ ਦੀ ਯਾਤਰਾ ਇਹੋ ਹੀ ਹੈ, ਆਪਣੇ ਆਪ ਨੂੰ ਇੱਕ ਕਰ ਲਓ। ਇੱਕ ਦਾ ਅਰਥ ਪਤਾ ਕੀ ਹੈ? ਜਿੱਦਾਂ ਦਾ ਵਿਹਾਰ ਤੁਸੀਂ ਆਪਣੀ, ਹੁਣ ਮੈਂ ਸੌਖੀ ਜਿਹੀ ਉਦਾਹਰਨ ਦੇਣ ਲੱਗਾ, ਸਾਡਾ ਵਿਹਾਰ ਕਿੱਦਾਂ ਦਾ। ਤੁਸੀਂ ਜਦੋਂ ਆਪਣੇ ਪਰਿਵਾਰ 'ਚ ਬੈਠਦੇ ਹੋ, ਅਸੀਂ ਅਗਲੇ ਤੋਂ ਆਸ ਲਾਉਂਦੇ ਵੀ ਅਗਲਾ ਬੰਦਾ ਮੇਰੇ ਨਾਲ ਫੁੱਲ ਇਮਾਨਦਾਰੀ ਕਰੇ। ਅਸੀਂ ਆਸ ਲਾਉਂਦੇ ਨਾ ਕਿਸੇ ਤੋਂ ਵੀ ਅਗਲਾ ਬੰਦਾ ਮੇਰੇ ਨਾਲ ਫੁੱਲ ਇਮਾਨਦਾਰੀ ਕਰੇ। ਜੇ ਆਪਾਂ ਦੂਜੇ ਤੋਂ ਇਮਾਨਦਾਰੀ ਦੀ ਆਸ ਲਾਉਂਦੇ ਹਾਂ, ਉਹ ਵੀ ਬੰਦਾ ਮੇਰੇ ਪ੍ਰਤੀ ਉੱਦਾਂ ਹੀ ਸੋਚ ਰਿਹਾ ਹੈ। ਸੌਖੀ ਜਿਹੀ ਗੱਲ, ਮੈਂ ਸੌਖੀ ਜਿਹੀ ਇੱਕ ਪਰਿਵਾਰਕ ਉਦਾਹਰਨ ਦੇਵਾਂ। ਮੰਨ ਲਓ ਆਪਾਂ ਧੀ ਵਿਆਹੀ ਹੈ, ਸਹੁਰੇ ਚਲੇ ਗਈ ਹੈ, ਸਾਨੂੰ ਕੋਈ 6 ਮਹੀਨਿਆਂ ਬਾਅਦ ਪੁੱਛਦਾ ਵੀ ਕਿੱਦਾਂ ਧੀ ਸੁਖੀ ਹੈ,
ਤਾਂ ਕਈਆਂ ਪਰਿਵਾਰਾਂ ਦਾ ਜਵਾਬ ਹੁੰਦਾ, ਭੈਣੇ ਅਸੀਂ ਤਾਂ ਮੋਤੀ ਪੁੰਨ ਕੀਤੇ ਨੇ, ਬਹੁਤ ਹੀ ਵਧੀਆ ਪਰਿਵਾਰ ਮਿਲਿਆ, ਜਵਾਈ ਤਾਂ ਇੰਨਾ ਨੇਕ ਹੈ, ਉਹ ਤਾਂ ਮੇਰੀ ਲੜਕੀ ਨੂੰ ਪੁੱਛ ਕੇ ਤੁਰਦਾ ਵੀ ਕਿੱਦਾਂ ਅੱਜ ਠੀਕ ਹੈ, ਰੋਟੀ ਬਣਾ ਸਕਦੀ ਹੈ, ਨਹੀਂ ਤਾਂ ਆਪਾਂ ਰੈਸਟੋਰੈਂਟ ਚਲੀਏ, ਮੈਨੂੰ ਧੀ ਨੂੰ ਪੁੱਛ ਕੇ ਤੁਰਦਾ। ਅੱਛਾ, ਮੋਤੀ ਪੁੰਨ ਕੀਤੀ, ਇੱਦਾਂ ਦਾ ਜਵਾਈ ਮਿਲਿਆ। 6 ਕੁ ਮਹੀਨਿਆਂ ਬਾਅਦ ਪੁੱਤ ਦਾ ਵਿਆਹ ਹੋ ਗਿਆ। 6 ਮਹੀਨਿਆਂ ਬਾਅਦ ਪੁੱਤ ਬਾਰੇ ਪੁੱਛਿਆ, ਕਿੱਦਾਂ ਭੈਣੇ, ਨਹੁੰ ਲੈ ਕੇ ਠੀਕ ਹੈ? ਪੁੱਛ ਨਾ ਭੈਣੇ, 24 ਘੰਟੇ ਉਹਦੇ ਪਿੱਛੇ ਤੁਰਿਆ ਫਿਰਦਾ, ਜੋ ਕਹਿੰਦੀ ਉਹ ਹੀ ਕਰਦਾ। ਸਾਨੂੰ ਤਾਂ ਉਹ ਪਰਿਵਾਰ ਆਉਂਦਾ ਵੀ ਜਦੋਂ ਧੀ ਦੀ ਗੱਲ ਸੀ ਉਦੋਂ ਆਉਂਦੇ ਸੀ ਮੋਤੀ ਪੁੰਨ ਕੀਤੇ, ਇੱਦਾਂ ਤਾਂ ਫਿਰ ਤੁਹਾਡੇ ਬੇਟੇ ਬਾਰੇ ਵੀ ਇਹਦੇ ਸਹੁਰੇ ਇੱਦਾਂ ਹੀ ਕਹਿੰਦੇ ਹੋਣੇ ਨੇ ਵੀ ਅਸੀਂ ਵੀ। ਜਦੋਂ ਤੁਸੀਂ ਆਪਣੀ ਧੀ ਵੱਲ ਵਹਿੰਦੇ ਜੇ, ਉਦੋਂ ਕਹਿੰਦੇ ਅਸੀਂ ਮੋਤੀ ਪੁੰਨ ਕਿਤੇ ਜਵਾਈ ਚੰਗਾ ਮਿਲਿਆ, ਅਤੇ ਉਹਦਾ ਮਾਂ ਬਾਪ ਵੀ ਸੋਚਦਾ ਹੋਏਗਾ ਨਾ। ਗੱਲਾਂ ਕੁਝ ਨਹੀਂ ਹੈਗੀਆਂ ਪਿਆਰਿਓ, ਕਿਸੇ ਬਾਬੇ ਨੇ ਮੰਤਰ ਨਹੀਂ ਦੇਣਾ, ਕਿਸੇ ਬਾਬੇ ਕੋਲ ਜੜੀ ਬੂਟੀ ਨਹੀਂ ਹੈ। ਸੌਖੀ ਜੀ ਗੱਲ ਹੈ, ਜਿਹੜੀ ਅੱਜ ਸੱਸ ਹੈ ਨਾ, ਕਦੀ ਇੱਥੇ ਨੂੰਹ ਬਣ ਕੇ ਆਈ ਸੀ, ਅਤੇ ਜਿਹੜੀ ਅੱਜ ਇੱਥੇ ਨੂੰਹ ਬਣ ਕੇ ਆਈ ਹੈ, ਕਦੀ ਇਹਨੇ ਇਸ ਪਰਿਵਾਰ 'ਚ ਸੱਸ ਬਣਨਾ। ਪਤਾ ਨਹੀਂ ਇਹ ਪ੍ਰੋਬਲਮਾਂ ਕਿਉਂ ਨੇ, ਗੱਲਾਂ ਕੱਖ ਨਹੀਂ ਗੀਆਂ। ਸੁਭਾਅ ਕਰਕੇ ਆਪਣੇ ਆਪ ਨੂੰ ਥੋੜ੍ਹਾ ਬਦਲਣ ਦੀ ਕੋਸ਼ਿਸ਼ ਕਰੋ, ਨਾਦਰਸ਼ਾਹੀ ਫਰਮਾਨ ਜਾਰੀ ਨਾ ਹੋਣ, ਪਰਿਵਾਰਾਂ 'ਚ ਰਹਿਣਾ ਸਿੱਖ ਲਈਏ। ਕਿਸੇ ਸਾਧੂ ਕੋਲ, ਕਿਸੇ ਬਾਬੇ ਕੋਲ, ਕਿਸੇ ਜੋਤਸ਼ੀ ਕੋਲ, ਕਿਸੇ ਪਾਂਧੇ ਕੋਲ ਕੋਈ ਮੰਤਰ ਨਹੀਂ, ਪਰਿਵਾਰਾਂ 'ਚ ਰਹਿਣਾ ਸਿੱਖੋ, ਹਲੇਮੀ ਦੇ ਨਾਲ ਸੋਹਣਾ ਜੀਵਨ ਜੀਵੀਏ, ਚੰਗੀ ਸੋਚ ਆਪਣੇ ਅੰਦਰ ਰੱਖੀਏ। ਗੁਰਬਾਣੀ ਸਾਨੂੰ ਇਹੋ ਸਿਖਾਉਂਦੀ ਹੈ ਵੀ ਜੇ ਇੱਕ ਨੂੰ ਪੜ੍ਹਦਾ ਹੈ ਨਾ, ਇੱਕ ਹੋ ਜਾ। ਜਿੱਦਾਂ ਤੂੰ ਆਪਣੀ ਧੀ ਦੇ ਪੇਕਿਆਂ ਸਹੁਰਿਆਂ ਬਾਰੇ ਸੋਚਦਾ, ਉੱਦਾਂ ਆਪਣੀ ਨੂੰਹ ਦੇ ਪੇਕਿਆਂ ਬਾਰੇ ਵੀ ਸੋਚ। ਜਿੱਦਾਂ ਇੱਦਾਂ ਸੋਚਦਾ ਨਾ, ਤੂੰ ਇਹ ਵਿਤਕਰੇ ਛੱਡ ਦੇ, ਸੁਭਾਅ ਛੱਡ ਦੇ। ਹੁਣ ਪੁੱਤ ਵਿਆਹੇ ਦੋ, ਇੱਕ ਪੁੱਤ ਦੇ ਸਹੁਰਿਆਂ ਤੋਂ ਦਾਜ ਆ ਗਿਆ ਚੰਗਾ, ਅਤੇ ਇੱਕ ਪੁੱਤ ਦੇ ਸਹੁਰਿਆਂ ਵੱਲੋਂ ਦਾਜ, ਹੁਣ ਉੱਚੀ ਬੋਲਿਓ। ਹਾਂ, ਜਿਹਨਾਂ ਦਿੱਤਾ, ਹੁਣ ਸਾਰਿਆਂ 'ਤੇ ਮੈਂ ਪਹਿਲਾਂ ਕਹਿੰਦਾ ਗੱਲਾਂ ਢੁੱਕਦੀਆਂ ਨਹੀਂ, ਜਿੰਨਾ ਸਮਾਨ ਦਿੱਤਾ ਜ਼ਿਆਦਾ, ਉਹਨਾਂ ਦੇ ਅੱਗੇ ਤਾਂ ਟਰੇਆਂ ਆਪ ਚੱਕੀ ਫਿਰਦਾ ਇੱਦਾਂ ਕੁੜਮ ਸਾਹਿਬ, ਅਤੇ ਜਿਨ੍ਹਾਂ ਨੇ ਸਮਾਨ ਘੱਟ ਦਿੱਤਾ, ਉਹ ਜਦੋਂ ਕੁੜਮ ਸਾਹਿਬ ਮਿਲਣ ਆਉਂਦੇ ਆ, ਤਾਂ ਦੂਜਿਆਂ ਦੇ ਕੋਲ ਬਹਿ ਜਾ, ਕਹਿੰਦਾ ਚੌਥੇ ਦਿਨ ਆ ਜਾਂਦਾ ਕਿਹੜਾ ਕਲੋਜ ਬਵੇ ਦੇ ਕੋਲ, ਬਲਕਿ ਉਹ ਚੌਥੇ ਦਿਨ ਨਹੀਂ ਆਉਂਦਾ, ਪਰ ਜਿਸ ਕੀ ਪੋਕਟ ਭਾਰੀ ਉਸ ਕੀ ਬਾਤ ਵੀ ਭਾਰੀ, ਜਿਸ ਕੀ ਪੋਕਟ ਹਲਕੀ ਉਸ ਕੀ ਬਾਤ ਵੀ ਹਲਕੀ, ਜਿਹਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ। ਪਰ ਇਹ ਪੰਚਾਇਤ ਵਿੱਚ ਸਿਰੇ ਦੀ ਕਮਲੀ ਗੱਲ ਕਰੇ, ਬੰਦੇ ਦੇ ਹੁਣ ਪੱਲੇ 4 ਪੈਸੇ, ਪਤਾ ਕੀ ਕਹਿਣਗੇ, ਕਮਾਲ ਦੀ ਗੱਲ ਕੀਤੀ, ਆਹਾ ਗੱਲਾਂ ਹੀ ਕਮਾਲ ਦੀਆਂ। ਬੰਦਾ ਹੋਵੇ ਗਰੀਬ ਅਤੇ ਗੱਲ ਕਰੇ ਸਿਆਣੀ, ਝਾੜ ਕੇ ਉਹਨੂੰ ਪਿਛਾਂਹ ਪਾ ਦੇਣਗੇ, ਬਾਅਦ 'ਚ ਕਹਿਣਗੇ, ਪਰਾਂ ਜਾ ਕੇ ਭਾਵੇਂ ਕਹਿ ਦੇਣ ਵੀ ਗੱਲ ਤਾਂ ਉਹਦੀ ਸਿਆਣੀ ਸੀ, ਪਰ ਮੂੰਹ 'ਤੇ ਨਹੀਂ ਕਹਿਣੀ। ਪਤਾ ਕਿਉਂ? ਕਿਉਂਕਿ ਉਹਦੀ ਜੇਬ ਨਹੀਂ ਭਾਰੀ। ਆਹ ਸਮੱਸਿਆ ਸਾਡੀ ਕੌਮ ਦੀ, ਸਾਡਿਆਂ ਪਰਿਵਾਰਾਂ ਦੀ, ਇਹ ਪਰਿਵਾਰਾਂ 'ਚ ਵੀ ਵਾਪਰਦਾ ਹੈ। ਕੁਝ ਨਹੀਂ ਹੋਇਆ ਸਾਨੂੰ, ਸਿਰਫ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ ਲਈਏ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ। ਰੋਜ਼ ਸਿੱਖ, ਰੋਜ਼ ਮਨ, ਕਿਤੇ ਨਾ ਕਿਤੇ। ਹੁਣ ਜਿਹਨੂੰ ਹੁਣੇ ਸ਼ਬਦ ਪੜ੍ਹ ਰਹੇ ਸੀ ਨਾ ਭਾਈ ਸਾਹਿਬ ਮੇਰੇ ਤੋਂ ਪਹਿਲਾਂ, ਬੰਦੇ ਖੋਜ ਦਿਲ ਹਾਰ ਰੋਜ਼ ਨਾ ਫਿਰ ਪਰੇਸ਼ਾਨ। ਇਹਨੂੰ ਖੋਜਣ ਦਾ ਅਰਥ ਪਤਾ ਕੀ ਹੈ? ਇਕੱਲਾ ਬਹਿ ਕੇ ਸੋਚ ਵੀ ਆਹ ਜਿਹੜੀ ਘਰ 'ਚ ਲੜਾਈ ਪਈ ਹੈ, ਇਹਦੇ ਵਿੱਚ, ਇਸ ਲੜਾਈ ਵਿੱਚ ਤੇਰਾ ਕਿੰਨਾ ਰੋਲ ਹੈ। ਮੰਨ ਲਓ ਜਦੋਂ ਲੜਾਈ ਹੁੰਦੀ ਹੈ ਨਾ ਘਰ 'ਚ, ਉਸ ਲੜਾਈ 'ਚ ਤੇਰਾ ਕਿੰਨਾ ਰੋਲ ਹੈ? ਜਿੰਨਾ ਜਿੰਨਾ ਰੋਲ ਹੈ ਨਾ, ਉਹਨਾਂ ਉਹਨਾਂ ਰੋਲ ਆਪਣਾ ਵਿੱਚੋਂ ਕੱਢ ਦੇ, ਯਾਨੀ ਕਿ ਮਾਫ਼ੀ ਮੰਗ ਲਾ, ਸੁਧਾਰ ਕਰ ਲਾ, ਸਾਰੇ ਜੀ ਇੰਜ ਕਰਨ, ਅਤੇ ਘਰਾਂ 'ਚੋਂ ਲੜਾਈਆਂ ਬਹੁਤ ਘੱਟ ਸਕਦੀਆਂ ਨੇ। ਜਿੱਦਣ ਅਸੀਂ ਆਪਣੇ ਆਪ ਨੂੰ ਖੋਜਣਾ ਸ਼ੁਰੂ ਕਰਤਾ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਰ ਮੇਲਾ ਦਸਤਗੀਰੀ ਨਾ ਹੈ।
ਹੱਥ ਪੱਲੇ ਆਉਣ ਵਾਲਾ ਕੁਝ ਨਹੀਂ, ਇਹ ਜਾਦੂ ਦੀ ਦੁਨੀਆ ਹੈ। ਪਰ ਪਿਆਰੇ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਾਓ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁਦ ਪੜ੍ਹੀਏ, ਸਹਿਜ ਪਾਠ ਕਰੀਏ, ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਜੀਵਨ ਬਤੀਤ ਕਰੀਏ। ਬਾਹਰ ਸਟਾਲ ਲੱਗਾ ਹੈ, ਜਾਣ ਲੱਗਿਆਂ ਕੋਈ ਨਾ ਕੋਈ ਕਿਤਾਬ, ਪੋਥੀ, ਮੈਗਜ਼ੀਨ ਜ਼ਰੂਰ ਲੈ ਕੇ ਜਾਓ, ਤਾਂ ਕਿ ਸਾਨੂੰ ਪੜ੍ਹਨ ਦਾ ਸ਼ੌਂਕ ਪੈਦਾ ਹੋਵੇ, ਆਪਣੇ ਅੰਦਰ ਸੱਚ ਦੀ ਵਿਚਾਰ ਲੈ ਕੇ ਆਈਏ। ਆਓ ਗੁਰਬਾਣੀ ਪੜ੍ਹੀਏ। ਭੈਣਾਂ ਨੂੰ ਵੀ ਬੇਨਤੀ ਹੈ, ਆਪਣੇ ਘਰਾਂ ਵਿੱਚ ਸਹਿਜ ਪਾਠ ਕਰਨ ਦੀ ਆਦਤ ਪਾਈਏ, ਤਾਂ ਕਿ ਸਾਨੂੰ ਗੁਰਬਾਣੀ ਦੀ ਵਿਚਾਰ ਦਾ ਪਤਾ ਲੱਗ ਸਕੇ। ਇਹ ਸਾਰੀ ਕਮੇਟੀ ਦਾ, ਸਾਰੇ ਨਗਰ ਨਿਵਾਸੀਆਂ ਦਾ, ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਹੈ, ਜੋ ਆਪਣੀ ਰਜੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸਤਿਗੁਰ ਦੀ ਗੋਦ ਵਿੱਚ ਬੜੇ ਪਿਆਰ ਨਾਲ ਆਪ ਜੀ ਨੇ ਹਾਜ਼ਰੀ ਲਵਾਈ ਹੈ। ਸ਼ੁਕਰਾਨਾ ਅਕਾਲ ਪੁਰਖ ਦਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਬਲ ਬਖਸ਼ਿਸ਼ ਕੀਤਾ ਹੈ। ਆਓ ਇਹਨੇ ਕੀ ਬਚਨ ਪ੍ਰਵਾਨ ਕਰਿਓ, ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਬੜੇ ਪਿਆਰ ਨਾਲ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਅਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।